ਪੰਜਾਬੀ ਪੌਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਪਰਮੇਸ ਸਿੰਘ ਵਿਦੋਵਾਲੀ ਦੁਨੀਆ ਦੇ ਵਿੱਚ ਕਈ ਯੁੱਧ ਕਈ ਲੜਾਈਆਂ ਤੇ ਕਈ ਸੰਘਰਸ਼ ਇੱਕ ਸ਼ਬਦ ਨੂੰ ਲੈ ਕੇ ਹੋਏ ਆ ਤੇ ਇਸ ਸਮੇਂ ਪੰਜਾਬ ਦੇ ਵਿੱਚ ਵੀ ਜਾਂ ਕਹਿ ਸਕਦੇ ਆ ਪੂਰੇ ਭਾਰਤ ਦੇ ਵਿੱਚ ਇੱਕ ਸ਼ਬਦ ਐਮਐਸਪੀ ਨੂੰ ਲੈ ਕੇ ਕਿਸਾਨ ਸੜਕਾਂ ਦੇ ਉੱਪਰ ਨੇ ਰਤਨ ਜੀ ਕੀ ਹਾਲ ਚਾਲ ਨੇ ਬਦਗੀ ਜੀ ਠੀਕ ਆ ਚੜ੍ਹਦੀ ਕਲਾ 'ਚ ਹੂੰ ਪੂਰਾ ਪੰਜਾਬ ਚੜ੍ਹਦੀ ਕਲਾ ਵਿੱਚ ਆ ਜੀ ਤਾਂ ਪਹਿਲਾਂ ਦੱਸ ਦਈਏ ਕਿ ਅਸੀਂ ਅੱਜ ਸਪੈਸ਼ਲ ਪੌਡਕਾਸਟ ਕਰਨ ਦੇ ਲਈ ਹੀ ਖਨੌਰੀ ਤੋਂ ਆਏ ਆ ਜੀ ਕੀ ਤੁਹਾਡੇ ਤੱਕ ਅਪਡੇਟ ਪਹੁੰਚ ਸਕੇ ਜਿਹੜੀਆਂ ਅਪਡੇਟ ਨਹੀਂ ਆ ਸਕੀਆਂ ਕਿਉਂਕਿ ਇੰਟਰਨੈਟ ਸੇਵਾ ਬੰਦ ਆ ਹਾਂਜੀ ਤਾਂ ਪੱਤਰਕਾਰਾਂ ਨੂੰ ਇੱਕ ਜਾਣਕਾਰੀ ਦੇਣ ਦੇ ਲਈ ਤਕਰੀਬਨ 15 ਤੋਂ 20 ਕਿਲੋਮੀਟਰ ਦੂਰ ਆ ਰਿਹਾ ਤੁਸੀਂ ਦੇਖੋ ਇੱਕ ਇੱਕ ਸਟੋਰੀ ਨੂੰ ਗਾਹਾਂ ਭੇਜਣ ਦੇ ਲਈ ਹਮ ਤਸਵੀਰ ਦਿਖਾਉਣ ਦੇ ਲਈ ਕਿਵੇਂ ਕਿਸਾਨਾਂ ਦੇ ਉੱਪਰ ਜ਼ੁਲਮ ਠਾਇਆ ਜਾ ਰਿਹਾ ਹੈ ਉਸ ਨੂੰ ਦਿਖਾਉਣ ਦੇ ਲਈ ਉਹਨਾਂ ਨੂੰ 20 25 25 ਕਿਲੋਮੀਟਰ ਦੂਰ ਆ ਕੇ ਸਟੋਰੀ ਭੇਜਣੀ ਪੈ ਰਹੀ ਹੈ ਹਮ ਜੋ ਜਿਹੜੇ ਲੋਕੇ ਸੋਚਦੇ ਹਨਾ ਕਿ ਵਿਊਆਂ ਦੀ ਦੌੜ ਦੇ ਵਿੱਚ ਪੱਤਰਕਾਰ ਉੱਥੇ ਗਿਆ ਨਹੀਂ ਜੀ ਸਾਡੇ ਪੇਜ ਸਾਡੀ ਮੇਨ ਸਾਈਟ ਦਾਤੇ ਆ ਤੁਸੀਂ ਦੇਖਿਆ ਕਿ ਕਿੰਨੇ ਟਵਿੱਟਰ ਅਕਾਊਂਟ ਬੰਦ ਹੋ ਗਏ ਕਿਸਾਨ ਆਗੂਆਂ ਦੇ ਖਾਤੇ ਬੰਦ ਹੋ ਗਏ ਪੱਤਰਕਾਰਾਂ ਦੇ ਹੋਣ ਲੱਗੇ ਮਨਦੀਪ ਪੂਣੀਏ ਦੇ ਦੋਨੇ ਹੋ ਗਏ ਉਹਦਾ گاਉਂ ਸਵੇਰਾ ਪੇਜ ਵੀ ਹੋ ਗਿਆ ਬੰਦ ਟਵਿੱਟਰ ਵੀ ਵੈਬਸਾਈਟ ਹੀ ਬੰਦ ਹੋ ਗਈ ਤੇ ਉਹਦਾ ਆਪ ਦਾ ਵੀ ਬੰਦ ਹੋ ਗਿਆ ਹਾਂ ਕਿ ਹਰ ਖਬਰ ਜਿਹੜੀ ਜ਼ਰੂਰੀ ਆ ਕਿ ਕਿਵੇਂ ਜ਼ੁਲਮ ਟਾਇਆ ਜਾ ਰਿਹਾ ਦਿਖਾਉਣ ਦੇ ਲਈ ਕਿੰਨੀ ਮਿਹਨਤ ਕਰਨੀ ਪੈ ਰਹੀ ਆ ਹੂੰ ਇੰਟਰਨੈਟ ਬੰਦ ਕਰਨਾ ਕੀ ਕੋਈ ਮਸਲੇ ਦਾ ਹੱਲ ਹੈ ਹੂੰ ਸ਼ੁਰੂਆਤ ਇੱਥੋਂ ਜੇ ਦੀ ਨਾ ਜੀ ਸਿੱਖ ਪਾਸੇ ਹਰੇਕ ਵਿਅਕਤੀ ਦੀ ਗੱਲ ਕਰਦੇ ਹੋ ਆਜ਼ਾਦੀ ਦੀ ਆਰਟੀਕਲ 19 ਹੋ ਗਿਆ ਉਸ ਤੋਂ ਬਾਅਦ 20 ਤੋਂ ਲੈ ਕੇ 31 ਤੱਕ ਗੱਲ ਹੁੰਦੀ ਆ ਹੂੰ ਅਧਿਕਾਰਾਂ ਦੀ ਤਾਂ ਉਸ ਦੇ ਵਿੱਚ ਹੁਣ ਇਹ ਵੀ ਐਡ ਹੁੰਦਾ ਜਾ ਰਿਹਾ ਨਾ ਜੋ ਪਿਛਲੀ ਵਾਰ ਜੰਮੂ ਕਸ਼ਮੀਰ ਵਿੱਚ ਲਗਾਤਾਰ ਇੰਟਰਨਸਮਾਂ ਠੱਪ ਰਹਿੰਦੀਆਂ ਨੇ ਫਿਰ ਸੁਪਰੀਮ ਕੋਰਟ ਜੱਜਮੈਂਟ ਆਉਂਦੀ ਆ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ ਤੁਸੀਂ ਹੁਣ ਇੰਟਰਨੈਟ ਬੰਦ ਕਰਕੇ ਲੋਕਾਂ ਨੂੰ ਕਿਵੇਂ ਦਬਾ ਲੋਗੇ ਹੁਣ ਇੱਕ ਗੱਲ ਇਹਦੇ 'ਚ ਹੋਰ ਆ ਜਿਹੜੀ ਸਭ ਤੋਂ ਜਿੱਥੇ ਆਪਾਂ ਗੱਲ ਚੱਕਾਂਗੇ ਹੂੰ ਉਹ ਗੱਲ ਚੱਕਣ ਵਾਲੀ ਇਹ ਬੰਦੀ ਆ ਵੀ ਜਿਹੜੀਆਂ ਚੀਜ਼ਾਂ ਦੀ ਪਰਮਿਸ਼ਨ ਹੀ ਨਹੀਂ ਹੂੰ ਉਹ ਉਹ ਪਰਸ ਕੋਲੇ ਕਿਵੇਂ ਆ ਗਈਆਂ ਹੂੰ ਪਹਿਲੀ ਗੱਲ ਤਾਂ ਇਹ ਆ ਫੇਰ ਤੁਸੀਂ ਇਹ ਦੇਖੋ ਦਿਮਾਗ ਵੀ 13 ਤਰੀਕ ਨੂੰ ਕਿਸਾਨਾਂ ਨੇ ਐਲਾਨ ਕੀਤਾ ਸੀ ਦਿੱਲੀ ਜਾਣ ਦਾ ਬਿਲਕੁਲ 13 ਨੂੰ ਬਾਰਡਰਾਂ ਤੇ ਪਹੁੰਚ ਗਏ ਸੀ ਕਿਸਾਨ ਹਾਂਜੀ ਦੋਨੇ ਪਾਸੇ ਪਹੁੰਚ ਤਾਂ ਹਾਲਾਂਕਿ ਪਹਿਲੇ ਹੀ ਗਏ ਸੀ ਚਲੋ 13 ਨੂੰ ਪਹੁੰਚ ਗਏ ਸੀ ਹੂੰ ਉਦੋਂ ਹੀ ਬੀਜੇਪੀ ਪੋਸਟਰ ਜਾਰੀ ਕਰਦੀ ਆ ਹੂੰ ਬੀਸੀ ਕਿਸਾਨਾਂ ਲਈ ਜਾਂ ਆ ਖੇਤੀਬਾੜੀ ਲਈ ਕਰ ਰਹੇ ਆ ਡਰੋਨ ਲੈ ਕੇ ਆਏ ਆ ਸਪਰੇਸ ਪ੍ਰੂ ਕਰਨੀ ਸੌਖੀ ਆ ਨਹੀਂ ਡਰੋਨ ਵਾਲਾ ਅਗਲੇ ਦਿਨ ਹੋ ਗਿਆ ਡਰੋਨ ਵਾਲਾ ਉਹ ਅਗਲੇ ਦਿਨ ਉਹਦਾ ਟਵੀਟ ਪਹਿਲਾਂ ਆਇਆ ਉਹਨਾਂ ਦਾ ਟਵੀਟ ਬੀਸੀ ਕਿਸਾਨਾਂ ਲਈ ਆ ਸਹੂਲਤਾਵਾਂ ਉਹ ਕਰਗਾਂਗੇ ਉਹ ਲਗਾਤਾਰ ਟਵੀਟਸ ਆਉਂਦੇ ਨੇ ਹ ਲਗਾਤਾਰ ਉਹਨਾਂ ਦਾ ਆਈਟੀ ਸੈੱਲ ਜਿਹੜਾ ਟਵੀਟ ਕਰਦਾ ਆਫੀਸ਼ੀਅਲ ਹੈਂਡਲਾਂ ਤੋਂ ਹੋਰ ਬਥੇਰੇ ਤੋਂ ਟਵੀਟ ਹੋ ਰਹੇ ਨੇ ਹਮ ਠੀਕ ਹੈ ਜੀ ਫੇਰ ਅਗਲੇ ਦਿਨ ਡਰੋਨ ਵਾਲਾ ਟਵੀਟ ਆਉਂਦਾ ਵੀ ਡਰੋਨ ਦੇ ਨਾਲ ਤੁਸੀਂ ਖੇਤੀ ਦੇ ਵਿੱਚ ਕਿਵੇਂ ਲਾਭ ਲੈ ਸਕਦੇ ਹੋ ਟੈਕਨੀਕ ਦੇ ਵਿੱਚ ਹਨਾ ਪਰ ਦਾ ਹਿੰਦੂ ਖਬਰ ਨੇ ਜਾਂ ਹੋਰ ਪੰਜਾਬੀ ਡੀ ਐਕਸਪ੍ਰੈਸ ਤੋਂ ਵੀ ਡੀ ਐਕਸਪ੍ਰੈਸ ਨੇ ਵੱਡੇ ਅਖਬਾਰਾਂ ਨੇ ਭਾਰਤਦਿਆਂ ਨੇ ਉਹਨਾਂ ਨੇ ਇਹ ਦੱਸ ਦਿੱਤਾ ਵੀ ਜਿਹੜੇ ਇਹ ਡਰੋਨ ਆ ਏ ਭਾਈ ਵਰਤੇ ਜਾਂਦੇ ਆ ਬੰਗਲਾਦੇਸ਼ ਤੇ ਇੰਡੋਪਾਕ ਸਰਦ ਦੇਤੇ ਜਾਂ ਸਰਦਾਂ ਦੇ ਉੱਤੇ ਉਹ ਮੈਨੇਜਮੈਂਟ ਜਾਂ ਇਨਫਰਾਸਟ੍ਰਕਚਰ ਦੇਖਣ ਲਈ ਕਿੱਥੇ ਲਾਈਟਾਂ ਬੰਦ ਹੋ ਗਈਆਂ ਕਿੱਥੋਂ ਤਾਰ ਟੁੱਟੀ ਵੀ ਆ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਜਾਨਵਰ ਅੰਦਰ ਬਾਹਰ ਆ ਰਹੇ ਆ ਜਾਨਵਰਾਂ ਕਰਕੇ ਕੋਈ ਤਾਰ ਟੁੱਟ ਗਈ ਕੋਈ ਆਹਾ ਛੋਟੇ ਸੱਟ ਗਿਆ ਪੈਕਟ ਪੂਕਟ ਜਿਹੜੇ ਆਹਾ ਹੁੰਦੇ ਆ ਨਸ਼ੇ ਨੂੰ ਛੇ ਵਾਲੇ ਇਹਦੀਆਂ ਚੀਜ਼ਾਂ ਲਈ ਪਰ ਮੇਨ ਇਨਫਰਾਸਟ੍ਰਕਚਰ ਲਈ ਹੀ ਵਰਤੇ ਜਾਂਦੇ ਆ ਹਮਲਾ ਕਰਨ ਲਈ ਉਵੇਂ ਨਹੀਂ ਵਰਤੇ ਗਏ ਤੇ ਪੁਲਿਸ ਕੋਲੇ ਤਾਂ ਹੈ ਹੀ ਨਹੀਂ ਡਰੋਨ हां खास गले की हरियाणा दी कंपनी ने ड्रोन तैयार ਕੀਤੇ ਆ ਹੂੰ ਤੇ ਉਹਨਾਂ ਨੇ ਕਿਸੇ ਵੀ ਹੇਠ ਤੱਕ ਪੁਲਿਸ ਨੂੰ ਵੇਚੇ ਨਹੀਂ ਹੂੰ ਮਤਲਬ ਕੀ ਭਾਰਤ ਦੀ ਕਿਸੇ ਪੁਲਿਸ ਨੂੰ ਵੇਚੇ ਨਹੀਂ ਗਏ ਤੇ ਇਹ ਫਸਟ ਵਾਰ ਬੀਐਸਐਫ ਦੀ ਇੱਕ ਮੀਟਿੰਗ ਚ ਪੇਸ਼ ਕੀਤੇ ਗਏ ਸੀ ਹਾਂ ਤੇ ਇੱਕ ਹੋਰ ਹੋ ਗਿਆ ਖਲਾਸਾ ਵੀ ਜਿਹੜਾ ਸਮੋਕ ਵਾਲਾ ਬੰਬ ਜਾਗਾ ਜੀ ਉਹਦਾ ਲੰਬਾ ਹੈ ਆਪਾਂ ਦੇਖਿਆ ਜਾਂ ਟਾਇਰ ਗੈਸ ਵਾਲੇ ਉਹ ਇੱਕ ਲੋਕਲ ਸਪਲਾਈਅਰ ਤੋਂ ਲਏ ਨੇ ਹਰਿਆਣਾ ਸਰਕਾਰ ਨੇ ਹੂੰ ਇੱਕ ਲੋਕਲ ਸਪਲਾਈਅਰ ਤੋਂ ਉਹ ਸੈਂਕੜਾ ਦੀ ਗੰਤੀ ਦੇ ਵਿੱਚ ਕਹਿੰਦੇ ਲਏ ਗਏ ਨੇ ਇਹ ਦੇਖ ਲਓ ਕਿੱਧਰ ਦੀ ਗੱਲ ਆ ਕਿੱਧਰ ਦੀ ਨਹੀਂ ਤੇ ਫੇਰ ਜੇ ਡੀਸੀ ਪਟਿਆਲੇ ਦਾ ਲਿਖਦਾਗਾ ਵੀ ਤੁਸੀਂ ਭਾਈ ਸਾਡੇ ਏਰੀਆ 'ਚ ਤੁਹਾਡਾ ਡਰੋਨ ਕਿਵੇਂ ਆ ਰਿਹਾਗਾ ਤਾਂ ਉਹਦੇ ਉੱਤੇ ਜਿਹੜਾ ਗ੍ਰਹਿ ਮੰਤਰੀ ਆਨੇ ਲਵੇ ਜ ਹਰਿਆਣਾ ਦਾ ਉਹ ਕਹ ਰਿਹਾ ਵੀ ਇਹ ਕਹੀ ਜੀ ਗੱਲ ਐ ਕਹੀ ਜੀ ਗੱਲ ਨਾ ਹੋ ਕਿ ਤੁਸੀਂ ਭਾਰਤ ਪਾਕਿਸਤਾਨ ਦਾ ਕਿਹ ਬਣਾ ਰਹੇ ਹੋ ਵਾਟਰ ਬਣਾ ਰਹੇ ਹੋ ਉਹਨਾਂ ਦਾ ਕਿਹਨਾ ਸੀ ਐਨਐਲ ਵਿੱਚ ਹੋ ਰਹਾਂ ਦਾ ਕਿ ਬਣਾ ਤਾਂ ਤੁਸੀਂ ਰਹੇ ਹੋ ਪਰ ਇਹਦੇ ਤੇ ਸਭ ਤੋਂ ਜਿਹੜੀ ਮੰਦਭਾਗੀ ਗੱਲ ਆ ਹੂੰ ਜੋ ਸੰਭੂ ਬੈਰੀਅਰ ਤੇ ਦੇਖਣ ਨੂੰ ਮਿਲੀ ਉਨ੍ਹਾਂ ਦਾ ਡਰੋਨ ਕਿੰਨੇ ਅੰਦਰ ਤੱਕ ਆ ਗਿਆ ਬਿਲਕੁਲ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਵੀ ਬਿਆਨ ਨਹੀਂ ਇਹਦੇ ਤੇ ਆਇਆ ਹਾਲਾਂਕਿ ਏ ਡੀ ਜੀ ਪੀ ਉੱਥੇ ਆਏ ਆ ਤੇ ਜਿੱਥੇ ਏ ਡੀ ਜੀ ਪੀ ਦੇਖਣ ਗਏ ਉਹ ਨਾਲ ਉੱਥੇ ਉਹਨਾਂ ਨੇ ਫਿਰ ਅਟੈਕ ਕੀਤਾ ਉਹ ਦੱਸ ਰਹੇ ਸੀ ਪੰਦੇਰ ਜੀ ਉਹ ਕਹਿੰਦੇ ਹਾਂ ਜਿਹੜਾ ਮੇਰਾ ਫੋਨ ਆ ਨਾ ਉਹ ਲੱਗਿਆ ਹੋਇਆ ਟਰੇਸ ਤੇ ਮੈਂ ਜਿੱਧਰ ਵੀ ਜਾਣਾ ਗੋਲੀ ਉੱਥੇ ਆਉਂਦੀ ਆ ਜਉ ਆਸੂ ਗੈਸ ਦਾ ਗੋਲਾ ਉਧਰ ਨੂੰ ਆਉਂਦਾ ਹੂੰ ਉਹ ਕਹਿ ਰਹੇ ਸੀ ਮੈਂ ਐਡੀਜੀਪੀ ਸਾਹਿਬ ਨੂੰ ਲੈ ਗਿਆ ਸੀ ਹਾਲਾਤ ਦਿਖਾਉਣ ਲਈ ਖੇਤਾਂ 'ਚ ਜਦੋਂ ਅਸੀਂ ਗਏ ਉਧਰ ਨੂੰ ਤੇ ਉੱਥੇ ਉਹਨਾਂ ਨੇ ਉਹ ਜਿਹੜੀ ਰਬੜ ਵਾਲੀ ਬੋਲਟ ਆ ਫਾਇਰ ਕੀਤੀ ਸਾਡੇ ਮੇਰੇ ਤਾਂ ਹੀ ਲੱਗੀ ਉਹ ਨਾਲ ਕੇ ਦਾ ਮੁੰਡਾ ਸੀ ਉਹਨਾਂ ਦੇ ਅੱਖ ਤੇ ਲੱਗੀ ਹੂੰ ਮਤਲਬ ਇਹ ਕੇਜੀ ਗੱਲ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਡਟ ਕੇ ਤੇ ਬਿਆਨ ਦੇਣਾ ਚਾਹੀਦਾਗਾ ਮਤਲਬ ਪਤਾ ਹੀ ਨਹੀਂ ਕਿੱਥੇ ਨੇ ਹਾਂ ਮੈਨੂੰ ਤਾਂ ਨਜ਼ਰ ਨਹੀਂ ਆਇਆ ਕਿਤੇ ਮੈਂ ਐਂ ਖਾਂ ਹੂੰ ਸੋ ਦੇਖਣਾ 13 14 ਦੇ 15 ਹੋ ਗਈ ਹੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਚੁੱਪ ਨੇ ਹੂੰ ਪਰ ਦੂਸਰੇ ਪਾਸੇ ਜੇ ਅਗਰ ਕਰਦੇ ਆਂ ਡਰੋਨਾਂ ਦੀ ਇਹਨਾਂ ਨੇ ਲੀਗਲ ਤੌਰ ਤੇ ਨਹੀਂ ਖਰੀਦੇ ਹੋਏ ਪਰ ਹੁਣ ਇੱਕ ਦਾਵਾ ਕੀਤਾ ਗਿਆ ਸੀ ਉਹ ਇਹਦੀ ਖਬਰਾਂ ਲੱਗੀਆਂ ਦੋਨਾਂ ਚ ਐਕਸਪ੍ਰੈਸ ਤੇ ਦਾ ਹਿੰਦੂ ਚ ਕਿ ਇਹ ਚਲਾ ਰਹੇ ਆ ਪੈਰਾਮਿਲਟਰੀ ਫੋਰਸ ਵਾਲੇ ਹੂੰ ਉਹਨਾਂ ਦਾ ਕਹਿਣਾ ਸੀ ਕਿ ਹਰਿਆਣਾ ਪੁਲਿਸ ਚਲਾ ਰਹੀ ਤਾਂ ਇਹ ਪੈਰਾਮਿਲਟਰੀ ਚਲਾ ਰਹੇ ਆ ਜੋ ਤੁਸੀਂ ਚਲਾ ਰਹੇ ਹੋ ਪਰ ਇਹਦਾ ਲੀਗਲ ਰਿਕਾਰਡ ਤੁਹਾਡੇ ਕੋਲ ਹੋਊਗਾ ਨਹੀਂ ਪੈਰਾਮਿਲਟਰੀ ਕੋਲੇ ਵੀ ਨਹੀਂ ਆਏ ਕਿੱਤੇ ਵੀ ਪੈਰਾਮਿਲਟਰੀ ਨਹੀਂ ਆਈ ਨਹੀਂ ਵਰਤੇ ਵੀ ਡਰੋਨਾਂ ਦੇ ਨਾਲ ਤੁਸੀਂ ਤਿੰਨ ਤਿੰਨ ਚਾਰ ਚਾਰ ਇਕੱਠੇ ਹੋ ਸਿੱਟੀ ਆਉਂ ਉਥਰੂ ਗੈਂਸ ਜਾਂ ਹੋਰ ਕੋਈ ਸਿੱਟੀ ਐਸਐਲਆਰ ਦੇ ਫਾਇਰ ਹੋਏ ਨੇ ਬਿਲਕੁਲ ਰਤਨ ਜੀ ਖਾਸ ਗੱਲ ਇਹ ਵੀ ਹੈ ਨਾ ਕਿ ਫਸਟ ਟਾਈਮ ਇੰਡੀਆ ਚ ਪਹਿਲੀ ਵਾਰ ਇਹ ਵਰਤੋਂ ਹੋ ਰਹੀ ਹੈ ਕਿ ਆਪਣੇ ਹੀ ਨਾਗਰਿਕਾਂ ਦੇ ਉੱਪਰ ਡਰੋਨ ਦੇ ਨਾਲ ਆਸੂ ਗੈਂਦ ਕੋ ਸਿੱਟਿਆ ਜਾ ਰਿਹਾ ਜਾਂ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਆਪਣੇ ਲੋਕਾਂ ਦੇ ਉੱਪਰ ਹੀ ਇਹ ਇੱਕ ਹੋਰ ਵੀ ਹੈ ਜੇ ਤਾਂ ਸ਼ਾਇਦ ਹਰਿਆਣਾ ਸਰਕਾਰ ਨੂੰ ਜਾਂ ਸੈਂਟਰ ਨੂੰ ਇਹ ਭਲੇਖਾਗਾ ਵੀ ਪੰਜਾਬ ਦੇ ਨੌਜਵਾਨ ਸ਼ਹੀਦਿਆਂ ਲਈ ਬਣੇ ਆ ਇਹ ਭਲੇਖੇ ਦੂਰ ਹੋ ਜਾਣਗੇ ਹਾਂ ਅਸੀਂ ਸ਼ਹੀਦਿਆਂ ਲਈ ਬਣੇ ਆ ਪਰ ਅਸੀਂ ਹੋਰ ਵੀ ਬਹੁਤ ਕੁਝ ਕਰਨਾ ਜਾਣਦੇ ਆ ਇਹ ਅੰਦਰ ਪੰਜਾਬ ਦੇ ਹੁਣ ਨਹੀਂ ਹੁਣ ਉਹ ਗੱਲ ਨਹੀਂ ਰਹੀ ਠੀਕ ਆ ਉਦੋਂ ਸਾਡੇ ਲੀਡਰਾਂ ਨੇ ਕਰਤਾ ਜੋ ਹੋ ਗਿਆ ਜਿਹੜਾ 1966 ਚ ਹੋ ਗਿਆ ਜਾਂ ਜੋ ਉਹ ਉਹ ਸਾਰੇ ਲੀਡਰ ਲੂਡਰ ਨਕਾਰੇ ਵੇ ਆ ਤੇ ਅੱਜ ਵਾਲੇ ਵੀ ਨਕਾਰ ਦੇਣੇ ਆ ਚਾਹੇ ਉਹ ਭਗਤ ਸਿੰਘ ਦੀ ਪੱਗ ਬੰਨੀ ਰੱਖਣ ਜਾਂ ਕੁਝ ਮਰਜ਼ੀ ਕਰੀ ਰੱਖਣ ਅੱਜ ਵਾਲੇ ਵੀ ਆਪਣੇ ਆਲੇ ਨੇ ਨਕਾਰ ਦੇਣੇ ਆ ਜੇ ਨਾ ਬੋਲੇ ਹੂੰ ਇਹ ਤਾਂ ਅੰਦਰ ਵੜ ਕੇ ਜਿੱਤ ਕੇ ਲੈ ਕੇ ਆਉਣਗੇ ਸਾਰਾ ਕੁਝ ਜੇ ਐਮਐਸਪੀ ਤੱਕ ਵੀ ਨਹੀਂ ਹੂੰ ਹੁਣ ਐਮਐਸਪੀ ਨੂੰ ਲੈ ਕੇ ਜਾਂ 10 ਮੰਗਾਂ ਹੋਰ ਆ ਜਿਵੇਂ ਉਹ ਮਿਸ਼ਰੇ ਨੂੰ ਬਾਹਰ ਕੱਟਣਾਗਾ ਇਹਨਾਂ ਦੀ ਮੰਤਰੀਸ਼ਪਤ ਉਹ ਤੇ ਬਕਾਇਦਾ ਉਹਨੂੰ ਜੇ ਹੋ ਗਿਆ ਕਿਸਾਨਾਂ ਦੀ ਪੈਨਸ਼ਨ ਦੀ ਗੱਲ ਹੋ ਗਈ ਜਿਹੜੇ ਨਰੇਗਾ ਵਾਲੇ ਬਿਜਲੀ ਬਿੱਲ ਦੀ ਗੱਲ ਹੋ ਰਹੀ ਆ ਮਤਲਬ ਏ ਆਪਦੇ ਹੱਕ ਲੈਣੇ ਜਾਣਦੇ ਆ ਸੈਂਟਰ ਜਾਂ ਹਰਿਆਣਾ ਸਰਕਾਰ ਜਾਂ ਮੁੱਖ ਮੰਤਰੀ ਜਿਹੜਾ ਖੱਟੜ ਆ ਉਹ ਨਾ ਇਹ ਸਮਝੇ ਵੀ ਇਹ ਬਸ ਆਈਆਂ ਇਹ ਦੇਖ ਲਾ ਤੂੰ 5-500 ਰੁਪਏ ਵਾਲੀਆਂ ਨਾਲ 5-5 ਲੱਖ ਵਾਲੀਆਂ ਚੀਜ਼ਾਂ ਸਿੱਟ ਲਈਆਂ ਇਹਨਾਂ ਨੇ ਗੱਲ ਬਿਲਕੁਲ ਹਾਂ ਤਾਂ ਉਹ ਵੀ ਲੜਕਾ ਦੱਸ ਰਿਹਾ ਸੀ ਕਿ ਤਕਰੀਬਨ ਉਹਨੂੰ 4 ਤੋਂ 5 ਘੰਟੇ ਹੋ ਗਏ ਸੀ ਜਿਹਨੇ ਉਹ ਸੰਗੜੇ ਦੇ ਉੱਪਰ ਸਿੱਟਿਆ ਡਰੋਨ ਹਾਂ ਉਹ ਜਦੋਂ ਡਰੋਨ ਵਿੱਚ ਫਸ ਜਾਂਦਾ ਹਾਂ ਤਾਂ ਪਤੰਗ ਤਾਂ ਕੱਟਿਆ ਜਾਂਦਾ ਭਾਈ ਉਹਦੀ ਡੋਰ ਸੀ ਉਹ ਨਾਲ ਬਲੀਟੀ ਜਾਂਦੀ ਆ ਤਾਂ ਮੁੰਡਿਆ ਦਿਮਾਗ ਦੇਖੋ ਉਹ ਡੋਰ ਹੋ ਢਿੱਲੀ ਕਰੀ ਗਿਆ ਹੁਣ ਇੱਕ ਅਸੀਂ ਨਹੀਂ ਕਿ ਜਿੰਨਾ ਤੱਕ ਜਾਊਗਾ ਹੋਰ ਹੁਲਜੂਗਾ ਹੋਰ ਜਾਵਦਾ ਤੇ ਡਿੱਗ ਪਿਆ ਖੇਤਾਂ ਚ ਆ ਕੇ ਮਤਲਬ ਤੁਸੀਂ ਇਹ ਵੀ ਦੇਖੋ ਨਾ ਇੱਕ ਪਾਸੇ ਟੈਕਨੋਲੋਜੀ ਹੂੰ ਤੁਹਾਡੇ ਕੋਲ ਟੈਕਨੋਲੋਜੀ ਆ ਦੂਸਰੇ ਪਾਸੇ ਕਿਸਾਨਾਂ ਦੇ ਕੋਲ ਦਿਮਾਗ ਆ ਜਾਂ ਸਕੀਮਾਂ ਜਾਂ ਜਗਾੜ ਆ ਹੂੰ ਕਿ ਜਗਾੜ ਸ਼ਬਦ ਹੀ ਹੁੰਦਾ ਨਾ ਇੱਕ ਪਾਸੇ ਟੈਕਨੋਲੋਜੀ ਆ ਤੁਸੀਂ ਐਡਵਾਂਸ ਹੋ ਤੁਸੀਂ ਬਾਇਮੇ ਸਦੀ ਦੀ ਗੱਲ ਕਰ ਰਹੇ ਹੋ ਪਰ ਦੂਸਰੇ ਪਾਸੋਂ ਨਾਲ ਕੋਈ ਜਗਾੜ ਹੈ ਗਿਆ ਉਹਦਾ ਹੱਲ ਕਰਨ ਦੇ ਲਈ ਪਰ ਇਹ ਸ਼ਰਮਨਾਕ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਦੇਸ਼ ਦੀ ਰਾਜਧਾਨੀ ਵਿੱਚ ਜਾ ਰਹੇ ਆ ਪ੍ਰੋਟੈਸਟ ਕਰਨ ਦੇ ਲਈ ਕਿ ਗਲਤ ਹੈ ਨਹੀਂ ਪਰ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਬੈਰੀਕੇਟ ਤੇ ਬੈਰੀਕੇਟ ਤਕਰੀਬਨ ਤੁਸੀਂ ਕਹਿ ਸਕਦੇ ਹੋ ਹਰਿਆਣੇ ਤੋਂ ਜਿੱਥੋਂ ਹੁਣ ਪੰਜਾਬ ਦੀ ਹੱਦ ਖਤਮ ਹੋ ਕੇ ਦਿੱਲੀ ਤੱਕ ਕਿਹਾ ਜਾ ਰਿਹਾ ਹੈ ਕਿ ਹਰੇਕ 40 ਕਿਲੋਮੀਟਰ ਤੋਂ ਬਾਅਦ ਬੈਰੀਕੇਟ ਲੱਗੇ ਹੋਏ ਨੇ ਹੁਣ ਇੱਕ ਹੋਰ ਵੀ ਤੁਸੀਂ ਦੇਖੋ ਇੱਕ ਪਾਸੇ ਤਾਂ ਬਿਆਨ ਦੇ ਰਿਹਾ ਵੀ ਟ੍ਰੇਨਾਂ ਜਰਿਏ ਜਾਂ ਬੱਸ ਜਰੀਏ ਆਜੋ ਹੂੰ ਕੋਰਟ ਨੇ ਵੀ ਕਹਿਤਾ ਵੀ ਇਹਨਾਂ ਨੂੰ ਪਾਈ ਦੋ ਜਗ੍ਹਾ ਬਿਲਕੁਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਚਕੁਲਾ ਦੇ ਦੋ ਬੰਦਿਆਂ ਨੇ ਅਰਜੀ ਲੈ ਕੇ ਗਏ ਸੀ ਤੇ ਉਸ ਤੇ ਸੁਣਵਾਈ ਹੋਈ ਹੈ ਇਹਦੇ ਨਾਲ ਅੱਜ ਸ਼ਾਮ ਨੂੰ ਮੀਟਿੰਗ ਆ ਹੂੰ ਜਦੋਂ ਤੱਕ ਆਪਣਾ ਪੋਡਕਾਸਟ ਰਿਲੀਜ਼ ਹੋਣਾ ਉਦੋਂ ਤੱਕ ਹੋ ਸਕਦਾ ਮੀਟਿੰਗ ਦਾ ਸੱਟਾ ਕੋਈ ਆ ਜੇ ਜਾਂ ਉਦੋਂ ਦੋ ਘੰਟੇ ਬਾਅਦ ਆਜੂਗਾ ਹੂੰ ਤੇ ਜਿਆਦਾ ਸਾਰ ਨਹੀਂ ਮੀਟਿੰਗ ਸਿਰੇ ਚੜਨ ਦੀ ਜੋ ਲਗ ਰਹੀ ਆ ਪਤਾ ਕਹਿਣਾ ਵੀ ਚੜ ਜੇ ਸਿਰੇ ਮੰਨ ਲੈਣਾ ਸਾਰਾ ਕੁਝ ਪਰ ਜਿਆਦਾ ਕੁਝ ਮੰਗਣਾ ਨਹੀਂ ਪਰ ਕਿਸਾਨਾਂ ਗੁਆਂਣਾਂ ਦੇ ਪ੍ਰਮੁੱਖ ਤੌਰ ਦੇ ਉੱਤੇ ਪਹਿਲਾਂ ਗੱਲ ਇਹ ਜਾ ਕੇ ਰੱਖਣੀ ਆ ਵੀ ਆਹ ਚੱਲ ਕੀ ਰਿਹਾ ਹੈਗਾ ਅਦਰੋਨਾ ਰਾਹੀਂ ਜਾਂ ਜਿਹੜੇ ਫੈਰ ਹੋ ਰਹੇ ਨੇ ਇਹ ਹੋ ਕੀ ਰਿਹਾ ਹੋ ਜਿਵੇਂ ਕਿਸਾਨ ਦੀ ਇੱਕ ਦੀ ਵੀਡੀਓ ਆਈ ਹੈ ਸਾਰੇ ਢਿੱਡ ਦੇ ਉੱਤੇ ਕਿਵੇਂ ਸ਼ਰਰੇ ਵੱਜੇ ਹੋਏ ਨੇ ਧੌਣ ਦੇ ਉੱਤੇ ਵੱਜੇ ਹੋਏ ਨੇ ਕਿੰਨੇ ਹੂੰ ਦਰਜਣਾਂ ਦੀ ਗਿਣਤੀ ਚਾਹੋ ਆਏ ਨਹੀਂ ਵੀ 1 2 4 5 10 10 ਨਹੀਂ ਦਰਜਣਾਂ ਦੀ ਗਿਣਤੀ ਤੇ ਉੱਤੇ 2 ਦਰਜਣ ਤੋਂ ਜ਼ਿਆਦਾ ਉਹ ਸ਼ਰਰੇ ਵੱਜੇ ਬੇ ਨੇ ਉਹਦੇ ਤੇ ਇਹ ਚੱਲ ਕੀ ਰਿਹਾ ਭਾਈ ਹਾਂ ਇਹ ਆ ਵੀ ਜਿਵੇਂ ਅਮਰੀਕਾ ਦੀਆਂ ਪ੍ਰਮੁੱਖ ਵੈਬਸਾਈਟਾਂ ਨੇ ਅਮਰੀਕਾ ਦੇ ਜਿਹੜੇ ਵੱਡੇ ਅਖਬਾਰ ਨੇ ਵਾਸ਼ਿੰਗਟਨ ਟਾਈਮ ਨਿਊਯਾਰਕ ਟਾਈਮ ਵੱਡੀਆਂ ਜਿਹੜੀਆਂ ਹੈਗੀਆਂ ਉੱਥੇ ਹੋਰ ਵੀ ਜਥੇਬੰਦੀਆਂ ਜਿਹੜੀਆਂ ਮੰਨ ਕੇ ਚੱਲ ਯੂਰਪ ਦੀਆਂ ਖਾਸ ਕਰਕੇ ਜਿਹੜੇ ਸੋਸ਼ਲ ਐਕਟਿਵਿਸਟ ਨੇ ਉਹਨਾਂ ਨੇ ਟਵਿੱਟਰ ਦੇ ਉੱਤੇ ਪ੍ਰਮੁੱਖਤਾ ਤੌਰ ਤੇ ਆਵਾਜ਼ ਉਠਾਈ ਆ ਤੇ ਥੂ ਥੂ ਹੋ ਰਹੀ ਆ ਭਾਰਤ ਸਰਕਾਰ ਦੀ ਜੇ ਕੋਈ ਇਟਲੀ 'ਚ ਵੀ ਆਪਣੇ ਕੋਲ ਲਿੰਕ ਆਇਆ ਸੀ ਇੱਕ ਤਾਂ ਹਰੇਕ ਦੇਸ਼ 'ਚ ਨਿਊਜ਼ ਆਈ ਪਈ ਆ ਹਾਂ ਮਤਲਬ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿ ਰਹੇ ਆ ਕਿ ਅਸੀਂ ਤਾਂ ਕਿਸਾਨਾਂ ਦੀ ਇਨਕਮ ਦੁੱਗਣੀ ਕਰਤੀ ਸਾਰੇ ਖੁਸ਼ ਨੇ ਅਸੀਂ 5 ਟ੍ਰਿਲੀਅਨ ਦੀ ਇਕਨੋਮਿਕਸ ਆਦੀ ਬਣਾ ਲੈਣੀ ਆ ਪਰ ਦੂਸਰੇ ਪਾਸੇ ਤੁਹਾਡੇ ਹੀ ਕਿਸਾਨ ਤੁਹਾਨੂੰ ਹੀ ਸਵਾਲ ਕਰ ਰਹੇ ਤੁਸੀਂ ਉਹ ਸੁਣਨ ਨੂੰ ਤਿਆਰ ਵੀ ਨਹੀਂ ਇਹਨਾਂ ਨੇ ਹਰਿਆਣੇ ਤੇ ਪੰਜਾਬ ਦੇ ਕੇਨੇ ਇਹਨਾਂ ਦੀ ਹਿੱਕ ਤੇ ਜਾ ਕੇ ਬੈਠ ਜਾਣਾਗਾ ਜੇ ਕਿੰਨਾ ਕੁ ਟਾਈਮ ਰੋਕ ਲੈਣਗੇ ਜਿਆਦਾ ਟਾਈਮ ਨਹੀਂ ਰੋਕ ਸਕਦੇ ਸਾਨੂੰ ਨਹੀਂ ਲੱਗਦਾ ਵੀ ਇਹ ਮੀਟਿੰਗ ਦੇ ਵਿੱਚ ਅੱਜ ਦੀ ਚ ਨਿਬੜੂਗਾ ਤੇ ਇਹ ਜਾਣਗੇ ਇਹ ਅੱਗੇ ਜਾਣਗੇ ਜਿਵੇਂ ਆਪਣੇ ਕੋਲੇ ਉਹ ਨਿਊਜ਼ ਆ ਰਹੀ ਆ ਵੀ ਖਨੌਰੀ ਜਿਵੇਂ ਆਪਾਂ ਖਨੌਰੀ ਜ਼ਿਆਦਾ ਕਵਰ ਕਰ ਰਹੇ ਆ ਕਿ ਖਨੌਰੀ ਤੋਂ ਲੈ ਕੇ ਬਾਦਰਗੜ ਤੱਕ ਜਾਂ ਅੱਗੇ ਤੱਕ ਵੀ ਇਹਨਾਂ ਨੇ ਚਾਰ ਵਾਰੀ ਗੇਟ ਪੰਜ ਬੁਲਾਏ ਵਿਆ ਇਹਨਾਂ ਨੇ ਇਹਨਾਂ ਨੇ ਚਲੇ ਜਾਣਾਗਾ ਜਦੋਂ ਕਰੀ ਅੰਦਰ ਵੜ ਗਏ ਨਾ ਹਰਿਆਣੇ ਦੇ ਵਿੱਚ ਜਿਵੇਂ ਕੱਲ ਉਦੋਂ ਇੱਕ ਐਂਟਰੀ ਹੋ ਗਈ ਸੀਗੀ ਬਿਲਕੁਲ ਤੇ ਜਦੋਂ ਅੰਦਰ ਕਰੀ ਵੜ ਗਏ ਇਹਨਾਂ ਨੇ ਵਗ ਜਾਣਾ ਉਹ ਵੀ ਖਾਸ ਕਰਕੇ ਜਦੋਂ ਆਪਾਂ ਜਾਣਦੇ ਹ ਖਨੌਰੀ ਤੇ ਜਿੱਥੇ ਬੈਰੀਕੇਡ ਲੱਗੇ ਹੋਏ ਆ ਤੇ ਉਹਦੇ ਪਰਲੇ ਪਾਸੇ ਯਾਨੀ ਕਿ ਸੱਜੇ ਹੱਥ ਜਿਹੜੇ ਕਣਕ ਸੀ ਨਾਲ ਹੀ ਪਾਖੜਾ ਤੇ ਉੱਥੋਂ ਪ੍ਰਸ਼ਾਸਨ ਨੇ ਆਪਣੇ ਟੈਂਕ ਲਾ ਕੇ ਜਾਂ ਪੱਖੇ ਲਾ ਕੇ ਵੱਡੇ ਤਾਂ ਪੱਖਿਆਂ ਦੇ ਨਾਲ ਮੋਟਰਾਂ ਦੇ ਨਾਲ ਪਾਣੀ ਭਰਤਾ ਕਣਕ ਦੇ ਹਾਂ ਉਹਦੀ ਪਰਮਿਸ਼ਨ ਕਿਵੇਂ ਲਈ ਕਿੱਥੋਂ ਲਈ ਹਾਂ ਉਹ ਅਜੇ ਸਵਾਲਾਂ ਵਿੱਚ ਆ ਤੁਸੀਂ ਹੁਣ ਇੱਡੇ ਉੱਥੋਂ ਦੇ ਖੇਤਾਂ ਵਾਲੇ ਕਿਸਾਨ ਨੇ ਜਿਨ੍ਹਾਂ ਦੇ ਖੇਤ ਨਾਲ ਨੇ ਉੱਥੇ ਆਪਾਂ ਦੇਖਿਆ ਪੰਜ ਤੋਂ ਲੈ ਕੇ 6 ਗੁਲਾ ਪਾਣੀ ਖੜਾ ਜਿੰਨਾਂ ਤੱਕ ਵਟਾਂ ਸੀ ਬਸ ਵਟੋ-ਵੱਟ ਪਾਣੀ ਖੜਾ ਪੱਟਾਂ ਦੀਆਂ ਨਹੀਂ ਕੁਝ ਤਾਂ ਦਿਸਣ ਲੱਗ ਗਈਆਂ ਇੱਕ ਦਿਨ ਤੋਂ ਬਾਅਦ ਪਰ ਇਹ ਪੂਰਾ ਫੁੱਲ ਪਾਣੀ ਭਰਤਾ ਸੀ ਉਹਨਾਂ ਦੀ ਕਣਕ ਦਾ ਨੁਕਸਾਨ ਕਿਉਂ ਕੀਤਾ ਜਾ ਰਿਹਾ ਹੂੰ ਤੁਸੀਂ ਦੇਖੋ ਨਾ ਕਿ ਪ੍ਰਸ਼ਾਸਨ ਕਿ ਸੱਦ ਤੱਕ ਜਾ ਰਿਹਾ ਦੂਸਰੇ ਪਾਸੇ ਜਿਹੜਾ ਕੱਲ ਫਿਰ ਸੀਆਈਡੀ ਦਾ ਬੰਦਾ ਫੜਿਆ ਇੱਕ ਕਿਸਾਨਾਂ ਦਾ ਦਾਵਾ ਕੀ ਇਹ ਸੀਆਈਡੀ ਵਾਲਾ ਉਹ ਇਨਸਾਨ ਆਪਾਂ ਨੂੰ ਸਵੇਰੇ ਮਿਲਦਾ ਰਤਨ ਜਦੋਂ ਆਪਾਂ ਹੋਟਲ ਤੋਂ ਜਾ ਰਹੇ ਹੁੰਨੇ ਆ ਜਮਾ ਅੱਗੇ ਕਿੱਥੇ ਉਹ ਕਿਸਾਨ ਕਿਲਪਟਰੇ ਸੀ ਹੂੰ ਤਾਂ ਉਦੋਂ ਉਹ ਬੰਦੇ ਦੇ ਸ਼ਬਦ ਆਪ ਨੂੰ ਮਿਲਿਆ ਉਹ ਕਹਿੰਦਾ ਐ ਨਾ ਆਸੇ-ਪਾਸੇ ਪਿੰਡਾਂ ਵਾਲੇ ਨਾਲ ਗੰਦ ਪਾਈ ਜਾਂਦੇ ਆ ਹੂੰ ਉਹਨਾਂ ਨੂੰ ਅਕਲ ਨਹੀਂ ਹੂੰ ਕਿਸਾਨ ਆਪੇ ਪੱਟ ਲੈਣਗੇ ਹੂੰ ਮਤਲਬ ਕਿ ਕਿਸਾਨਾਂ ਦਾਵਾ ਸੀ ਕਿ ਗੁੰਮਰਾਹ ਕੀਤਾ ਜਾ ਰਿਹਾ ਤੇ 扑ੜਕਾਰਿਆ ਤੇ ਉਹ ਸ਼ਬਦ ਬੰਦੇ ਨੇ ਆਪਣੇ ਕੋਲ ਵੀ ਗਏ ਆ ਹਾਂ 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 ਤਾਂ ਤੁਸੀਂ ਦੇਖੋ ਕਿ ਹੁਣ ਹਰਿਆਣਾ ਪ੍ਰਸ਼ਾਸਨ ਜਾਂ ਸੀਆਈਡੀ ਜਾਂ ਫਿਰ ਗਵਰਨਮੈਂਟ ਕਿਸ ਤਰੀਕੇ ਨਾਲ ਕੰਮ ਕਰਦੀ ਆ ਹੂੰ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਗੁੰਡਾਗਰਦੀ ਕਰ ਰਹੇ ਆ ਇਹ ਮਾਹੌਲ ਖਰਾਬ ਕਰ ਰਹੇ ਆ ਪਰ ਦੂਸਰੇ ਪਾਈ ਤੁਸੀਂ ਆਪਣੇ ਬੰਦੇ ਭੇਜ ਕੇ ਵਿੱਚ ਕਿਸਾਨਾਂ ਵਰਗੀ ਕੱਪੜੇ ਪਵਾ ਕੇ ਉਹਨਾਂ ਦੇ ਤੇ ਤੁਸੀਂ ਮਾਹੌਲ ਨੂੰ ਗਰਮਾ ਰਹੇ ਹੋ ਤਾਂ ਫਿਰ ਸਟੇਟ ਦਾ ਇਹ ਕੰਮ ਕਰ ਰਿਹਾ ਨਾ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਕਿਸਾਨ ਹਿੰਸਕ ਹੋ ਰਹੇ ਨੇ ਹੂੰ ਹਿਸਾਬ ਤੁਸੀਂ ਪੈਦਾ ਕਰ ਰਹੇ ਹੋ ਗੱਲ ਉੱਤੇ ਸ਼ੱਕ ਹੋਰ ਵੀ ਪੈਦਾ ਕਰਦੀ ਹੈ ਵੀ ਜਿਹੜੀ ਪੰਜਾਬ ਪੁਲਿਸ ਉੱਥੇ ਵਿੱਚ ਜਾ ਰਹੀ ਆ ਮਤਲਬ ਜੋ ਖਨੌਰੀ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਹੀ ਅਟੈਕ ਹੁੰਦਾ ਹੈ ਸ਼ੱਕ ਦੇ ਘੇਰੇ ਦੀ ਗੱਲ ਆ ਇਹ ਉਹ ਵੀ ਦੋ ਵਾਰੀ ਹੋਇਆ ਹਾਂ ਉਹ ਵੀ ਦੋ ਵਾਰੀ ਨਹੀਂ ਤਿੰਨ ਵਾਰੀ ਹੋ ਗਿਆ ਤਿੰਨ ਵਾਰੀ ਤਿੰਨ ਵਾਰੀ ਹੋ ਗਿਆ ਇਹ ਇੱਕ ਵਾਰੀ ਤਾਂ ਪਹਿਲੇ ਦਿਨ ਹੋਇਆ ਹਾਂ ਦੋ ਵਾਰੀ ਕੱਲ ਹੋਇਆ ਉਹ ਵੀ ਉਦੋਂ ਜਦੋਂ ਐਸਐਸਪੀ ਸਾਹਿਬ ਲੰਗੇ ਆ ਹਾਂ ਐਸਐਸਪੀ ਸਾਹਿਬ ਦੀ ਗੱਡੀ ਲੰਗੀ ਸੀ ਹਜੇ ਮਗਰ ਲਈਆਂ ਦੋ ਗੱਡੀਆਂ ਬਾਕੀ ਸੀ ਉਦੋਂ ਕੱਲ ਵੀ ਆਈ ਹੋਇਆ ਕੱਲ ਦੋ ਵਾਰੀ ਆਏ ਹੋਇਆ ਹਾਂ ਕੱਲ ਦੋ ਵਾਰੀ ਹੋਇਆ ਹਾਂ ਕਿਉਂਕਿ ਕੱਲ ਗੱਡੀਆਂ ਗਾਹ ਨਹੀਂ ਜਾਂਦੀਆਂ ਤੁਰਕੇ ਹੋਇਆ ਹੂੰ ਕੁਝ ਚਾਲ ਜ਼ਰੂਰ ਰਿਹਾਗਾ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਥੋੜਾ ਜਿਹਾ ਬੋਲਣਾ ਚਾਹੀਦਾ ਹੈਗਾ ਬਿਲਕੁਲ ਬੋਲਣਾ ਪਰ ਦੂਸਰੇ ਪਾਸੇ ਸਿਹਤ ਮੰਤਰੀ ਨੇ ਉਹਨਾਂ ਦਾ ਬਿਆਨ ਆਇਆ ਕਿ ਜਿਹੜੇ ਵੀ ਜ਼ਖਮੀ ਹੋ ਰਹੇ ਨੇ ਉਹਨਾਂ ਦਾ ਇਲਾਜ ਪੰਜਾਬ ਸਰਕਾਰ ਕਰਵਾਏਗੀ। ਇਹ ਉਹ ਚੰਗੀ ਗੱਲ ਆ ਐਂਬੂ ਐਂਬੂਲੈਂਸਾਂ ਖੜੀਆਂ ਗਈਆਂ ਹੋਰ ਹੂੰ ਚੀਜ਼ਾਂ ਵਹੀਆ ਕਰਾਈਆਂ ਜਾਂਦੀਆਂ ਚੰਗੀ ਗੱਲ ਆ। ਹਾਂ ਜੇ ਆਪਾਂ ਗੱਲ ਕਰਦੇ ਆ ਜ਼ਖਮੀ ਹੋਣ ਦੀ ਤਾਂ ਕੱਲ ਪੰਜਾਬ ਦੇ ਨੇੜ ਖਨੌਰੀ ਹੋਇਆ। ਹਾਂਜੀ। ਤੇ ਸਿੰਘੂ ਸੌ ਦੇ ਨੇੜ ਹੋਇਆ ਹੋਣਾ ਜਿੰਨਾ ਕਾਪਾ ਰਿਪੋਰਟਾਂ 'ਚ ਪੜਿਆ ਜਿਹੜੇ ਸੀਰੀਅਸ ਨੇ ਉਹ ਇੱਕ ਦਰਜਨ ਹੈਗੇ ਨੇ। ਹੂੰ ਤਾਂ ਇਹ ਨਿੱਕੇ ਮੁੱਟੇ ਸਾਰੇ ਮਿਲਾ ਕੇ ਆਪਾਂ ਨੂੰ ਲੱਗਦਾ ਕਿ 500 ਹੋਗੇ ਹੋਣਗੇ ਹੁਣ ਤੱਕ ਹਾਂਜੀ ਹਾਂ ਬਿਲਕੁਲ ਬਿਲਕੁਲ 500 ਦੇ ਆਸ-ਪਾਸ ਹੈਗੇ ਆ 13 ਤੋਂ ਲੈ ਕੇ ਹੁਣ ਤੱਕ ਬਿਲਕੁਲ ਯਾਰ ਫੈਕਟਰ ਤਾਂ ਉਹ ਧੂਏ ਦਾ ਹੀ ਕਿੰਨਾ ਹੋ ਜਾਂਦਾ ਹੈਗਾ ਬਹੁਤ ਜ਼ਿਆਦਾ ਇਫੈਕਟ ਹੋ ਜਾਂਦਾ ਹੈਗਾ ਜਦੋਂ ਜਦੋਂ ਕਵਰ ਕਰ ਰਹੇ ਸੀ ਆਪਾਂ ਵੀ ਪਹਿਲੇ ਦਿਨ ਤਾਂ ਆਪਾਂ ਨੇ ਹਾਂ ਤੁਹਾਡੇ ਮੁੰਡੇ ਤੇ ਅਗ ਲੱਗਦਾ ਉਹ ਹਾਂ ਪਹਿਲੇ ਦਿਨ ਦੂਜੇ ਦਿਨ ਤੇਰੇ ਪੈਰਾਂ 'ਆਂ ਚੜੇ ਜਾਗਾ ਤੇ ਕਾਫੀ ਆ ਤਰੋਂ ਤੋਂ ਬਾਅਦ ਸ਼ੁੱਕਰ ਉਹਦੇ ਬਲਾਸਟਿੰਗ ਹੋਇਆ ਪਰ ਉਹ ਇੰਨੇ ਖਤਰਨਾਕ ਆ ਕਿ ਜਦੋਂ ਇੱਕ ਵਾਰ ਉਹ ਬਲਾਸਟ ਹੁੰਦਾ ਧੂਆਂ ਨਿਕਲਦਾ ਤੁਹਾਡਾ ਸਭ ਕੁ ਪਤਾ ਨਹੀਂ ਲੱਗਦਾ ਮਾਈਂਡ ਕੀ ਹੋ ਜਾਏਗਾ ਜਿਸ ਸਮੇਂ ਇਹ ਬੰਦ ਹੋ ਜਾਂਦਾ ਕੋਈ ਵਾਰ ਉਹ ਮੱਚੀ ਵੀ ਜਾਂਦਾ ਹੈਗਾ ਹਾਂ ਉਹ ਹੁਣ ਵੀ ਐਂ ਜਿ ਲੱਗ ਰਿਹਾ ਹੈਗਾ ਹੁਣ ਕੱਲ ਕੱਲ ਦੁਪਹਿਰ ਦੀ ਗੱਲ ਆ ਇਹ ਹੁਣ ਵੀ ਐਂ ਜਿ ਲੱਗ ਰਿਹਾ ਵੀ ਉਹ ਮੱਚੀ ਜਾ ਰਿਹਾ ਹੈਗਾ 20 ਘੰਟੇ ਤੱਕ ਹੋਣ ਨੂੰ ਆ ਗਏ ਤੇ ਹੁਣ ਵੀ ਜਦੋਂ ਕੋਈ ਬੋਲਦੇ ਆ ਨਾ ਤੇ ਆੜ ਚੋਂ ਜਿਵੇਂ ਸਾਹ ਨਾਈਵੇ ਦੀ ਅੰਦਰ ਗਿਆ ਹੁੰਦਾ ਉਹ ਮਾਇਦਾ ਹੂੰ ਤੇ ਹੁਣ ਕਿਸਾਨਾਂ ਦਾਵਾ ਤੇ ਇਹ ਵੀ ਹੈ ਕਿ ਉਹ ਐਕਸਪਾਇਰੀ ਨੇ ਹੂੰ ਕਈ ਅਜੇ ਛੱਟਿਆ ਰਹੇ ਜਿਹੜੇ ਐਕਸਪਾਇਰੀ ਨੇ ਹੂੰ ਪਰ ਹਾਲਾਤ ਬਹੁਤ ਨਾਜ਼ੁਕ ਬਣਾਏ ਜਾ ਰਹੇ ਨੇ ਪ੍ਰਸ਼ਾਸਨ ਦੇ ਜੀ ਤੇ ਉਹ ਕਿੱਲਾ ਖਾਸ ਗੱਲ ਉਹ ਜਿਹੜੇ ਆਪਾਂ ਕਿੱਲਾਂ ਵਾਲੀ ਕਰਨੀ ਆ ਹੂੰ ਜਦੋਂ ਉਹ ਕਿੱਲ ਲੱਗੇ ਹੋਏ ਸੀ ਜੀ ਤਾਂ ਪਹਿਲਾਂ ਕਿਸਾਨਾਂ ਨੇ ਕੁਝ ਨਹੀਂ ਕੀਤਾ ਪਰ ਕੱਲ 14 ਤਰੀਕ ਨੂੰ ਸਵੇਰੇ ਕਿਸਾਨਾਂ ਨੇ ਹੱਥਾਂ ਦੇ ਨਾਲ ਹੀ ਉਹ ਕਿੱਲ ਪੱਟਦੇ ਹੂੰ ਕੁਝ ਨੇ ਉਹ ਏ ਟੈਕਟਰਾਂ ਦੀ ਲਿੰਕ ਹੁੰਦੀ ਆ ਘਟਾਣ ਵਧਾਉਣ ਦੇ ਲਈ ਉਹ ਪੱਟ ਲਿਆਂਦੀ ਉਹ ਤੋਂ ਖੋਲ ਕੇ ਉਹਨਾਂ ਪੱਟ ਰਹੇ ਸੀ ਜੀ ਤੇ ਕਿਸਾਨਾਂ ਦੇ ਵੱਲੋਂ ਕਿੱਲ ਇਕੱਠੇ ਕੀਤੇ ਜਾ ਰਹੇ ਸੀ ਜੀ ਤੇ ਆਪਣੇ ਪੁੱਛ ਦੱਸਿਆ ਕਿ ਅਸੀਂ ਨਿਸ਼ਾਨੇ ਵੱਜੋਂ ਘਰੇ ਲੈ ਕੇ ਜਾ ਰਹੇ ਹਾਂ ਹਾਂ ਅਸੀਂ ਕਰਦੇ ਕੌਲਿਆਂ ਤੇ ਲਾਵਾਂਗੇ ਆ ਵੇਖੋ ਅਸੀਂ ਪੱਟਕੇ ਲੈ ਕੇ ਆਏ ਆ ਜੀ ਤੇ ਲੋਕ ਆਪਸ ਵਿੱਚ ਉੱਥੇ ਲੜ ਰਹੇ ਸੀ ਹੂੰ ਕਿ ਆ ਮੈਂ ਪਟਨਾ ਆ ਮੈਂ ਪਟਨਾ ਜੀ ਇੱਕ ਕਿਸਾਨ ਨੇ ਤਕਰੀਬਨ 1 ਦਰਜਨ ਕਿੱਲੇ ਦੇ ਹੱਥੇ ਸੀ ਤੇ ਅਜੇ ਹੋਰ ਪੱਟ ਰਿਆ ਸੀ ਉਹ ਹੂੰ ਮੈਂ ਕਿਹਾ ਭਾਈ ਬਸ ਕਰ ਹੁਣ ਕਾ ਨਾ ਇਹਦਾ ਨਿਸ਼ਾਨੀਆਂ ਯਾਰ ਹੂੰ ਫਿਰ ਕੋਈ ਆਸੂ ਗੈਸ ਦੇ ਗੋਲੇ ਜਿਹੇ ਚੱਲੇ ਹੋਏ ਸੀ ਹੂੰ ਉਹ ਲਈ ਫਿਰਦਾ ਕੋਈ ਬਿਨਾ ਚਲੇ ਲਈ ਫਿਰਦਾ ਲਫਾਫਿਆਂ 'ਚ ਪਾ ਕੇ ਜੀ ਲਗੀ ਹੌਸਲੇ ਬੁਲੰਦ ਨੇ ਉਹ ਕਿ ਕੱਲ ਦਾ ਪਾ ਗੱਡੀ ਚ ਚੱਕੀ ਫਿਰਦੇ ਆ ਮੈਂ ਲੈ ਕੇ ਆ ਇੱਕ ਤੋਂ ਮੰਗ ਕੇ ਮੈਂ ਕਿਹਾ ਭਰਾਵਾ ਇੱਕ ਦੇ ਦੇ ਮੈਂ ਬਾਈ ਬਣ ਕੇ ਮੈਨੂੰ ਹਾਂ ਜਦੋਂ ਉਹ ਕਿਲ ਪਟਰੇ ਸੀ ਤਾਂ ਉਸ ਇਥੋਂ ਉਹਨਾਂ ਦੇ ਨਾ ਆ ਚੀਜ਼ਾਂ ਛਿੱਲੇ ਗਈਆਂ ਸੀ ਹਾਂਜੀ ਹਾਂ ਪਰ ਫਿਰ ਵੀ ਰੁਕ ਨਹੀਂ ਰਹੀ ਸੀ ਹਾਂ ਚਲੋ ਕੀ ਉਹ ਕਹਿੰਦੇ ਨਹੀਂ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਆਏ ਆ ਅਸੀਂ ਦਾਸ਼ ਕਰਨਾ ਹਾਂ ਹਾਂ ਬਾਪੂ ਪੂਲ ਵਾਲਾ ਉਹ ਜੇ ਚੱਲਿਆ ਨਹੀਂ ਸਮੋਕ ਬੰਬ ਜਾਉਂ ਵੀ ਲਈ ਫਿਰਦਾ ਲੋਹਾਫੇ ਚੂ ਦੀ ਗੱਡ ਲੈ ਕਹਿੰਦਾ ਮੈਂ ਆਪਣੇ ਪੋਤਿਆਂ ਨੂੰ ਜਾ ਕੇ ਦਿਖਾਉਣਾ ਕਹਿੰਦਾ ਹੂੰ ਤੁਸੀਂ ਇਹ ਵੀ ਇੱਕਣਾ ਕੀ ਹੌਸਲਾ ਕਿੰਨਾ ਤੇ ਡਰ ਵੀ ਨਹੀਂ ਹੂੰ ਟਿੱਕਰੀ ਬਾਰਡਰ ਤੇ ਆਪਾਂ ਦੇਖਿਆ ਜਦੋਂ ਉਹ ਡਿੱਗਦੇ ਸੀ ਤਾਂ ਨੌਜਵਾਨ ਹੱਥ ਨਾਲ ਚੱਕ ਕੇ ਉਹਨੂੰ ਵਾਪਸ ਥਰੋ ਕਰ ਰਹੇ ਸੀ ਹਾਂ ਇੱਥੇ ਖਨੌਰੀ ਤੇ ਹਾਂ ਖਨੌਰੀ ਖਨੌਰੀ ਤੇ ਹਾਂ ਹਾਂ ਸਿੰਘ ਉੱਥੇ ਸ਼ੰਪੂਣੀ ਬਤਾਪਣ ਕਿਵੇਂ ਉੱਥੇ ਨੈੱਟ ਨਹੀਂ ਚੱਲ ਰਿਹਾ ਸੀ ਆਪਾਂ ਕਨੈਕਟ ਹੀ ਨਹੀਂ ਸੀ ਤੇ ਇੱਥੇ ਆਪਾਂ ਦੇਖਿਆ ਤਸਵੀਰਾਂ ਜਿਵੇਂ ਆਉਂਦਾ ਸੀ ਉਹ ਚੱਕ ਕੇ ਵਾਪਸ ਛੱਡ ਦਿੰਦੇ ਸੀ ਸੁਗੰਤ ਨੂੰ ਪੁੱਛਦੇ ਸੁਗੰਤ ਕਿਉਂ ਕਿਵੇਂ ਲੱਗਿਆ ਫਿਰ ਦਿਨ ਕੱਲ ਦਾ ਪਰਸੋਂ ਦਾ ਹੈ 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 ਹਲਾਕ ਤਾਂ ਬਹੁਤ ਮੋੜੇ ਹੋ ਗਏ ਹੂੰ ਇਹ ਬੰਦਾ ਚੜਦੀ ਕਲਾ ਨਹੀਂ ਚੜਦੀ ਕਲਾ ਦੀ ਗੱਲ ਕਰਿਆ ਕਰੇ ਹਾਲਾਤਾਂ ਨੂੰ ਕੀ ਹੁੰਦਾਗਾ ਹਾਲਾਤਾਂ ਹੀ ਹੁੰਦੇ ਆ ਹਾਲਾਤਾਂ ਬੱਦਲ ਹੈ ਹਾਂ ਹੂੰ ਇਹ ਪੰਜਾਬ ਦਾ ਇਹਦਾ ਪੰਜਾਬ ਤਾਂ ਇਹਦਾ ਹਿੱਕ ਚ ਵੱਜਦਾ ਜਾ ਕੇ ਹਾਂ ਤੜੀ ਉਹ ਪੰਜਾਬ ਤੇ ਹਰਿਆਣਾ ਦੀ ਜੱਜ ਸੁਣਵਾਈ ਹੋ ਰਹੀ ਉਹ ਚ ਇੱਕ ਇਹ ਵੀ ਕਿਹਾ ਗਿਆ ਟਿੱਪਣੀਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਤੋਂ ਹਨ ਤਾਂ ਉਹਨਾਂ ਨੇ ਹਰਿਆਣਾ ਚੋਂ ਸਿਰਫ ਲੰਘਣਾ ਏ ਤਾਂ ਫਿਰ ਤੁਸੀਂ ਅੜੀਕਾ ਕਿਉਂ ਬਣ ਰਹੇ ਹੋ ਹਾਂ ਹਾਂ ਕਿਸਾਨ ਆਪਣੇ ਹੱਕ ਮੰਗ ਮੰਗਰੇ ਨੇ ਤੇ ਉਹਨਾਂ ਨੂੰ ਧਰਨ ਲਈ ਥਾਂ ਦਿੱਤੀ ਜਾਣੀ ਚਾਹੀਦੀ ਆ ਹਰਿਆਣਾ ਹਰਿਆਣਾ ਸਰਕਾਰ ਨੂੰ ਤਾਂ ਦੱਸ ਦੇਣਗੇ ਆਪਣੇ ਵਾਲੇ ਤੁਹਾਨੂੰ ਦੱਸਤੀ ਗੱਲ ਮੈਂ ਖਾਮ ਖਾਂ ਯਾਰ ਤੁਸੀਂ ਅੱਬਾ ਪਿਛਲੇ ਪੋਡਕਾਸਟ ਚ ਗੱਲ ਕੀਤੀ ਸੀ ਕਿ ਐਵੇਂ ਬਸ ਸੱਦੀ ਨਾ ਬੁਲਾਈ ਹਾਂ ਮੈਂ ਲੜ ਦੀ ਤਾਈ ਜਾਬੀਣਾ ਕੁੜੀ ਤੋਂ ਪ੍ਰਾਣੇ ਵਾਲਿਆ ਅਕਸਰ ਪਿੰਡਾਂ 'ਚ ਗੱਲ ਹੁੰਦੀ ਹੁੰਦੀ ਆ ਕਿ ਇਹ ਖਾਮ ਖਾਈ ਆ ਕਿ ਖੱਟਰ ਸਾਹਿਬ ਚੌਮਚਾ ਗਰੀ ਦੀ ਹੱਦ ਖਾ ਰਹੇ ਆ ਕਿਦੋਂ ਬਾਅਦ ਇਸ ਸਾਲ ਦੇ ਵਿੱਚ ਅਖੀਰ 'ਚ ਇਲੈਕਸ਼ਨ ਆ ਜਾਣੇ ਆ ਕਿ ਉਦੋਂ ਮੈਨੂੰ ਮੁੱਖ ਮੰਤਰੀਆ ਚਿਹਰਾ ਅਨਾਉਂਸ ਕਰਨ ਦੂਸਰੇ ਪਾਸੇ ਅਨਿਲ ਵਿਜ ਸਾਬ ਉਹ ਵੀ ਲੱਗੇ ਹੋਏ ਨੇ ਕਿ ਮੈਂ ਚਮਚਾ ਵੱਡਾ ਦੂਜਾ ਮੈਂ ਚਮਚਾ ਵੱਡਾ ਕਿ ਤੁਹਾਡੇ ਰਾਜ ਨੂੰ ਸਿਰਫ ਲੰਘਣਾ ਹਾਲਾਤ ਤੁਸੀਂ ਇਹ ਬਣਾਤੇ ਕਿ ਇੱਥੇ ਜਿਵੇਂ ਪੰਜਾਬ ਦੇ ਨਾਲ ਹਰਿਆਣਾ ਦਾ ਬਾਰਡਰ ਆ ਤੁਸੀਂ ਐ ਇੱਕ ਪੇਸ਼ ਕਰਤਾ ਕਿ ਇਹ ਤਾਂ ਜਿਵੇਂ ਪਾਕਿਸਤਾਨ ਨਾਲ ਬਾਰਡਰ ਹੋਵੇ ਜਾਂ ਐਲੋਸੀ ਹੋਵੇ ਜਾਂ ਐਲੈਸੀਓਵੇ ਲਾਈਨ ਆਫ ਐਕਚੁਅਲ ਕੰਟਰੋਲ ਹੋਵੇ ਹਾਂ ਹਾਲਾਤ ਤਾਂ ਤੁਸੀਂ ਬਣਾ ਰਹੇ ਹੋ ਕਿਸਾਨ ਤਾਂ ਲੰਘਦੇ ਜਾ ਰਹੇ ਸੀ ਇਹ ਮੜਾ ਇਹਨਾਂ ਨੂੰ ਆਈ ਨਹੀਂ ਪਤਾ ਵੀ ਜੇ ਆਪਣੇ ਵਾਲੇ ਇਧਰ ਨੂੰ ਸਿੱਧੇ ਹੋ ਗਏ ਵੈਸਟਰਨ ਬਾਰਡਰ ਗ੍ਰੀਨੂ ਤੇ ਹੋਊ ਕੀ ਹੂੰ ਹੋਣਾ ਕੀ ਆ ਤੁਹਾਡਾ ਤਮਾਸ਼ਾ ਜਲੂਸ ਨਿਕਲ ਜਾਣਾਗਾ ਜਲੂਸ ਤਾਂ ਹੁਣੇ ਹੀ ਨਿਕਲ ਗਿਆ ਸਾਰੀ ਦੁਨੀਆ ਚ ਤੇ ਜਮਾਂ ਤੁਹਾਡਾ ਪਤਾ ਹੀ ਨਹੀਂ ਤੁਹਾਨੂੰ ਕੀ ਹੋ ਜਾਣਾਗਾ ਫਿਰ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਜੇ ਇੰਟਰਨੈਟ ਬੰਦ ਕਰਕੇ ਤੁਸੀਂ ਕਿੰਨੀ ਕੁ ਆਵਾਜ਼ ਰੋਕ ਸਕਦੇ ਹੋ ਮਤਲਬ ਇਹ ਤਾਂ ਇੱਕ ਤਨਸ਼ਾਈ ਨਵੀਂ ਹੋਗੀ ਨਾ ਕਿ ਤੁਸੀਂ ਲੋਕਾਂ ਦੀ ਆਵਾਜ਼ ਨੂੰ ਰੋਕ ਰਹੇ ਹੋ ਪਰ ਲੋਕਾਂ ਨੂੰ ਨਾ ਇੱਕ ਚੀਜ਼ ਹੋਰ ਵੀ ਸਮਝਣੀ ਚਾਹੀਦੀ ਆ ਲੋਕ ਇੱਥੇ ਥੋੜੇ ਜੇ ਕਮਜ਼ੋਰ ਪਾਏ ਜਾਂਦੇ ਆ ਇਕਿੱਤਾ ਜਿਹੜਾ ਪਾਣੀ ਵਾਲਾ ਮੁੱਦਾ ਇੱਕ ਜਿਹੜਾ ਚੰਡੀਗੜ੍ਹ ਵਾਲਾ ਮੁੱਦਾ ਇਹਦੇ ਤੇ ਵੀ ਲੋਕਾਂ ਨੂੰ ਆਈ ਡਟਣਾ ਚਾਹੀਦਾ ਚਾਹੇ ਕਿਸਾਨ ਜਥੇਬੰਦਗੀ ਮੂਰੇ ਲੱਗ ਜਾਣ ਜਾਂ ਜਿਵੇਂ ਵੀ ਕੋਈ ਵੀ ਲੱਗੇ ਹੂੰ ਆਈ ਡਟ ਕੇ ਮੈਂ ਕਹਣਾ ਇਹ ਤਾਂ ਚੀਜ਼ ਹੀ ਬਦਲ ਜੂਗੀ ਦਿਨਾਂ ਚ ਹੀ ਚੀਜ਼ਾਂ ਬਦਲ ਜਾਣੀਆਂ ਗਈਆਂ ਬਿਲਕੁਲ ਤੇ ਦੂਸਰੇ ਪਾਸੇ ਰਾਹੁਲ ਗਾਂਧੀ ਨੇ ਗੱਲ ਕੀਤੀ ਜਿਹੜੇ ਕਿਸਾਨ ਫੱਟੜ ਹੋਏ ਆ ਹੂੰ ਨਾਲ ਗੱਲਬਾਤ ਕੀਤੀ ਆ ਤੇ ਹੁਣ ਜਿਹੜਾ ਨੈਸ਼ਨਲ মিডিਆ ਪੱਗਲ ਉਹਦੀ ਕਰਦੇ ਆ ਜਾਂ ਜਿਹੜੇ ਨੈਸ਼ਨਲ ਹਿੰਦੀ ਅਖਬਾਰ ਨੇ ਉਹ ਕੀ ਨੈਰਟਿਵ ਸੈਟ ਕਰ ਰਹੇ ਨੇ ਉਹ ਕਹਿ ਰਿਹਾ ਦੇਖੋ ਜੀ ਕਿਸਾਨਾਂ ਦੇ ਕਰਕੇ ਦਿੱਲੀ ਜਾਮ ਲੱਗ ਗਿਆ ਦੇਖੋ ਜੀ ਲੋਕ ਪਰੇਸ਼ਾਨ ਹੋ ਰਹੇ ਆ ਕਿਸਾਨਾਂ ਦੇ ਕਰਕੇ ਪਰ ਵੀਰੋ ਕਿਸਾਨ ਤਾਂ ਬੈਠੀ ਪੰਜਾਬ ਚ ਹਜੇ ਉਹ ਤਾਂ ਦਿੱਲੀ ਪਹੁੰਚੇ ਹੀ ਨਹੀਂ ਜੀ ਉੱਥੇ ਉਹ ਪੁੱਲ ਗਏ ਉਹ ਉਹਨਾਂ ਨੂੰ ਆਏ ਆ ਵੀ ਸਾਨੂੰ ਕਿਤੇ ਵੀ ਇਹ ਪੀਜਾ 버ਗਰ ਤਾਂ ਤੁਰੀ ਡੇਗਦੇ ਆ ਕਿਸਾਨਾਂ ਕਰ ਕੀ ਮਿਲ ਰਿਹਾ ਸਾਰਾ ਕੁਝ ਚਾਹੇ ਤੁਸੀਂ ਪੀਜਾ ਖਾ ਰਹੇ ਹੋ ਚਾਹੇ 버ਗਰ ਖਾ ਰਹੇ ਹੋ ਬਿਲਕੁਲ ਬਿਲਕੁਲ ਚਾਹੇ ਰੋਟੀ ਖਾ ਰਹੇ ਹੋ ਚਾਹੇ ਚੌਲ ਖਾ ਰਹੇ ਹੋ ਕੁਝ ਵੀ ਆ ਕਿਸਾਨਾਂ ਕਰ ਕੀ ਆ ਬਿਲਕੁਲ ਤੇ ਇੱਕ ਪੱਤਰਕਾਰ ਨੇ ਕਰ ਰੱਖੇ ਟਵੀਟ ਕੀ ਦਿੱਲੀ ਪੁਲਿਸ ਹਰੇ ਗੱਡੇ ਨੂੰ ਠੱਲ ਕੇ ਉਹ ਚ ਦੇਖ ਰਹੀ ਹੈ ਕਿਸਾਨ ਤਾਂ ਨਹੀਂ ਵਿੱਚ ਹੈਗੇ ਕਿਸਾਨ ਤਾਂ ਨਹੀਂ ਵਿੱਚ ਹੈਗੇ ਕਿ ਉਹ ਜਾਣ ਬੁੱਝ ਕੇ ਟ੍ਰੈਫਿਕ ਦੀ ਸਪੀਡ ਸਲੋ ਕਰ ਰਹੇ ਪੰਜਾਬ ਨੰਬਰ ਗੱਡੀਆਂ ਤੇ ਵੀ ਹੁੰਦਾ ਇਹ ਹਾਂ ਪੰਜਾਬ ਚ ਬੈਠੇ ਆ ਹਜੇ ਕਿਸਾਨ ਉਹ ਹਰਿਆਣਾ ਵੀ ਨੰਗੇ ਹੂੰ ਤੁਹਾਡੇ ਦਿੱਲੀ ਦੇ ਵਿੱਚ ਜੇਕਰ ਟ੍ਰੈਫਿਕ ਜਾਮ ਹੋ ਰਿਹਾ ਜੇਕਰ ਤੁਸੀਂ ਬੈਰੀਕਡ ਲਗਾ ਰਹੇ ਹੋ ਤਾਂ ਟੈਨਸ਼ਨ ਤੁਹਾਡੀ ਹੈ ਜੀ ਹੂੰ ਤੁਸੀਂ ਸਵਾਲ ਕਰੋ ਉੱਥੇ ਜਾ ਕੇ ਦਿੱਲੀ ਪੁਲਿਸ ਨੂੰ ਕਿ ਜੀ ਕਿਉਂ ਇਹ ਕੀ ਹੋ ਰਿਹਾ ਦੱਸੋ ਕੁਝ ਕਰੋ ਬਿਆਨ ਇੱਕ ਸਾਨੂੰ ਮੈਂ ਹੋਰ ਦਾ ਦੰਨਾਗਾ ਹੂੰ ਜਿਹੜਾ ਸੀ ਪਹਿਲਾ ਕਿਸਾਨੀ ਅੰਦੋਲਨ ਜਿਹੜੇ ਨੈਰੇਟਿਵ ਦੀ ਆਪਾਂ ਗੱਲ ਕਰਦੇ ਆ ਜਿਹੜਾ ਨੈਰੇਟਿਵ ਪੰਜਾਬ ਦੇ ਮੀਡੀਆ ਨੂੰ ਸਿਰਜਣਾ ਚਾਹੀਦਾ ਹੈਗਾ ਬਿਲਕੁਲ ਉਹ ਨੈਰੇਟਿਵ ਇਹ ਸਿਰਜਣਾ ਚਾਹੀਦਾ ਜਿਹੜਾ ਪਹਿਲਾ ਕਿਸਾਨੀ ਅੰਦੋਲਨ ਸੀ ਉੱਥੇ ਸੀ ਬਹੁਤ ਕੁਝ ਦਿਖਾਇਆ ਹਮ ਮਤਲਬ ਅਸੀਂ ਇਹ ਵੀ ਦਿਖਾਇਆ ਵੀ ਆ ਲੰਗਰ ਲੱਗੇ ਆ ਵੱਡੇ ਜਾਂ ਅਸੀਂ ਦਿਖਾਤਾ ਏਸੀ ਵਾਲੀਆਂ ਟਰਾਲੀਆਂ ਪਰ ਹੁਣ ਜਿਹੜਾ ਨੈਰੇਟਿਵ ਆਣਾ ਉਹ ਬਹੁਤ ਸੀਰੀਅਸ ਹਮ ਪੱਤਰਕਾਰੀ ਕਰਨ ਦਾ ਬਹੁਤ ਸੀਰੀਅਸ ਗੱਲ ਕਰਨ ਦਾ ਤੇ ਇਸ ਵਾਰੀ ਜੇ ਕਿਸਾਨ ਦਿੱਲੀ ਪਹੁੰਚਦੇ ਆ ਉਹ ਤਸਵੀਰ ਪਹਿਲਾਂ ਨਾਲੋਂ ਬਹੁਤ ਕਿਤੇ ਵੱਡੀ ਹੋਣੀ ਹੈ ਇਹ ਹੂੰ ਜਿਵੇਂ ਆਪਾਂ ਕਹਿੰਦੇ ਨੇ ਵੀ ਪਹਿਲੀ ਫਿਲਮ ਸੁਪਰ ਹਿੱਟ ਸੀ ਇਹ ਸੁਪਰ ਡੂਪਰ ਹਿੱਟ ਹੋਊਗੀ ਇਹ ਫਿਲਮ ਸਾਨੂੰ ਗੱਲ ਦੱਸਦੀ ਕਿਉਂਕਿ ਜਿਹੜੀਆਂ ਹੋਰ ਬੈਰੀ ਬੁਰੀ ਕਿੱਟਾਂ ਲੱਗੀਆਂ ਨੇ ਜਿਹੜਾ ਜਿਹੜਾ ਅਤਿਸ਼ੱਦਤਾ ਨਾ ਇਸ ਨੇ ਕਿਰਕਰੀ ਵੀ ਇਹਨਾਂ ਦੀ ਬਹੁਤ ਕਰਾਤੀ ਇੰਟਰਨੈਸ਼ਨਲੀ ਇਹ ਦੋਨੇ ਸਰਕਾਰਾਂ ਦੀ ਸੈਂਟਰ ਗਵਰਨਮੈਂਟ ਦੀ ਤੇ ਹਰਿਆਣੇ ਦੀ ਸਰਕਾਰ ਦੀ ਤੇ ਬਚਨੇ ਆਪਣੇ ਵਾਲੇ ਵੀ ਨਹੀਂ ਜੇ ਨਾ ਬੋਲੇ ਇਹ ਬਿਲਕੁਲ ਜੇ ਨਾ ਬੋਲੇ ਐ ਨਹੀਂ ਹੁਣ ਪੰਜਾਬੀਆਂ ਨੇ ਐ ਨਹੀਂ ਅੰਦਰ ਪੜਨਦੇ ਨੇ ਸਮਝ ਗਏ ਨਾ ਯੂਥ ਯੂਥ ਵੀ ਸਮਝ ਗਏ ਬਜ਼ੁਰਗ ਵੀ ਸਮਝ ਗਏ ਉਹ ਸਮਝ ਗਏ ਨਲੇ ਇਹ 30 35 ਸਾਲ ਦਾ 25 ਸਾਲ ਦੀ ਬਖਵਾ ਹੁੰਦਾ ਇਹ ਸਮਝ ਗਏ ਕਿ ਜਿੰਨੀ ਤਰ੍ਹਾਂ ਠੀਕ ਹੈ ਉੱਥੇ ਜਾ ਕੇ ਸਾਡੇ ਲੱਖ ਮੱਤ ਪਏ ਸੀ ਪਹਿਲਾਂ ਵੀ ਓਨ ਐਸ ਕੰਮ ਵਾਲੇ ਵੀ ਬਿਆਨ ਦੇ ਜਾਂਦੇ ਆ ਹੋਰ ਜਥੇਬੰਦੀਆਂ ਵੀ ਅਗਰਾਹਾਂ ਨੇ ਵੀ ਕਹਤਾ ਵੀ ਅਸੀਂ ਰੇਲਾ ਰੋਕਣਗੇ ਇਹਨੇ ਮੁੜ ਕੇ ਉੱਥੇ ਹੀ ਵਗ ਜਾਣਾ ਸਾਰਿਆਂ ਨੇ ਹੂੰ ਕੀ ਇਕੱਠੇ ਤਾਂ ਹੋਣਾ ਹੀ ਪੈਣਾ ਹਾਂ ਤੇ ਹੋਣਗੇ ਵੀ ਹਾਂ ਇਹ ਬਹੁਤ ਸਖਦਾ ਹੋ ਰਿਹਾ ਹੁਣ ਜ਼ੁਲਮ ਕੀਤਾ ਜਾ ਰਿਹਾ ਹੁਣ ਹਾਂ ਇਹ ਇਕੱਠੇ ਤਾਂ ਹੋਣਗੇ ਕਿਉਂਕਿ ਉਹਨਾਂ ਨੂੰ ਸੈਂਟਰ ਨੂੰ ਵੀ ਪਤਾ ਨਾ ਉਹਨਾਂ ਨੂੰ ਵੀ ਪਤਾਗਾ ਵੀ ਉਹੋ ਪੰਥਕ ਗੱਲ ਤੋਂ ਜਾਂ ਕੇਸਰੀ ਨਿਸ਼ਾਨ ਤੋਂ ਹੀ ਜ਼ਿਆਦਾ ਕੰਮਦੇ ਨੇ ਜਿੱਥੋਂ ਸਾਰੀ ਪ੍ਰੋਬਲਮ ਸ਼ੁਰੂ ਹੁੰਦੀ ਆ ਤੇ ਇਹ ਦੋਨੇ ਗੱਲਾਂ ਲਈ ਓਪਨਲੀ ਜਿਹੜਾ ਸਰਬੰਸਿੰਘ ਭੰਦੇਰਾ ਸੰਘਰਸ਼ ਮਜ਼ਦੂਰ ਕਮੇਟੀ ਵਾਲਾ ਤੇ ਜਗਜੀਤ ਸਿੰਘ ਡੱਲੇ ਵਾਲਾ ਓਪਨਲੀ ਹੀ ਸਪਸ਼ਟਤਾ ਆ ਗਈ ਖਾਸ ਕਰਕੇ ਮਾਝੇ ਵਾਲਿਆਂ ਦੀ ਤਾਂ ਬਹੁਤ ਜ਼ਿਆਦਾ ਸਪਸ਼ਟਤਾ ਆ ਗਈ ਇਸ ਗੱਲ ਨੂੰ ਲੈ ਕੇ ਮਾਲਵੇਜ ਵੀ ਹੁਣ ਬਹੁਤ ਫਰਕ ਪੈਣ ਲੱਗ ਗਿਆ ਬਹੁਤ ਸਪਸ਼ਟਤਾ ਆ ਗਈ ਗੱਲ ਨੂੰ ਕਰਕੇ ਵੀ ਅਕਾਲਪੁਰਖ ਹੀ ਇਸ ਅੰਦੋਲਨ ਦੀ ਗਵਾਹੀ ਕਰ ਰਿਹਾ ਹੈਗਾ ਪਹਿਲਾਂ ਵੀ ਅਕਾਲਪੁਰਖ ਨੇ ਕਰੀ ਆ ਪਰ ਇਸ ਵਾਰੀ ਇਹ ਜਿਹੜੀ ਪਿਕਚਰ ਆਹੇ ਬਹੁਤ ਵੱਡੀ ਬਾਨੀ ਆ। ਕਿ ਕੇਸਰੀ ਝੰਡੇ ਦੀ ਗਵਾਈ ਰਹਿਣੀ ਰਹਿਣੀ ਆ। ਹਾਂ ਤੇ ਇਹ ਤੁਹਾਨੂੰ ਇੱਕ ਦੱਸ ਦੇਣਾਗਾ ਇੱਕ ਬਲੰਡਰ ਕਰਿਆ ਵਾ ਜਿਵੇਂ ਉਹ ਲਖੀਮਪੁਰ ਵਾਲਾ ਹੋ ਗਿਆ ਸੀ। ਇੱਕ ਸਰਕਾਰ ਦਾ ਬਲੰਡਰ ਕਰਿਆ ਵਾ। ਹੋ ਸਕਦਾ ਮੋਦੀ ਰਾਜ ਦਾ ਤਖਤਾ ਪਲਟ ਕਰ ਦੇ। ਚਾਹੇ ਜਿਹਨੂੰ ਮਰਜ਼ੀ ਰੱਦੀ ਤੇ ਬਿਠਾ ਦੇ ਚਾਹੇ ਏਦੂ ਮਾੜੇ ਨੂੰ ਏਦੂ ਚੰਗੇ ਨੂੰ ਪਰ ਕੁਝ ਵੀ ਹੋ ਸਕਦਾਗਾ। ਇੱਕ ਮਿਸਟੇਕ ਤਸਵੀਰ ਬਦ ਰਹੀ ਹੈ ਹਾਂ ਇੱਕ ਤਸਵੀਰ ਨਾਲ ਤਸਵੀਰ ਹੁਣ ਵੀ ਬਦ ਰਹੀ ਆ ਪਰ ਇੱਕ ਚੀਜ਼ ਨੇ ਸਾਰੇ ਦੇਸ਼ ਦਾ ਨੈਰੇਟਿਵ ਘੁਮਾ ਕੇ ਰੱਖ ਦੇਣਾਗਾ ਫਿਰ ਉੱਥੇ ਨਾ ਇਹਨਾਂ ਦਾ ਹਿੰਦੂ ਏਜੰਡਾ ਨਾ ਕੋਈ ਹੋਰ ਏਜੰਡਾ ਕੋਈ ਏਜੰਡਾ ਨਹੀਂ ਚੱਲਣਾ ਨਾ ਇਹਨਾਂ ਦਾ ਸੜਕਾਂ ਵਾਲਾ ਜਾਂ ਕੁਝ ਵੀ ਕੋਈ ਇੰਟਰਨੈਸ਼ਨਲੀ ਕੋਈ ਸਮਝੌਤੇ ਕੋਈ ਏਜੰਡਾ ਨਹੀਂ ਚੱਲਣਾ ਇਹਨੇ ਘੁਮਾ ਕੇ ਰੱਖ ਦੇਣੀ ਹੈ ਗੇਮ ਤੇ ਲੋਕਾਂ ਨੇ ਈਵੀਐਮ ਨੂੰ ਵੀ ਨਕਾਰ ਦੇਣਾਗਾ ਫਿਰ ਇਹ ਵੀ ਆ ਜੇ ਉਹ ਆਣਾ ਵੀ ਇੱਕ ਚਰਚਾ ਚੱਲਦੀ ਆ ਵੀ ਇਹਨੂੰ ਹੈਕ ਹੋ ਜਾਂਦਾ ਜਾਂ ਅਲਟੀਮੇਟ ਸਰਕਾਰ ਦੇ ਕੋਲ ਹੀ ਪਾਵਰ ਆ ਜਾਂ ਏਜੰਸੀਆਂ ਦੇ ਹੱਥ ਬਹੁਤ ਕੋਸ਼ਾ ਇਹ ਹੋਇਆਗਾ ਬਹੁਤ ਸਾਰੇ ਦੇਸ਼ਾਂ ਚ ਇਹਨਾਂ ਨੇ ਅੰਦਰ ਵੜ ਕੇ ਬੈਠ ਜਾਣਾ ਸਰਕਾਰੀ ਦਫ਼ਤਰਾਂ ਜੀ ਦਿੱਲੀ ਚ ਜਾ ਕੇ ਹੂੰ ਫਿਰ ਤੁਸੀਂ ਕੀ ਕਿਹੜਾ ਨੈਰੇਟਿਵ ਕਿਹੜੀ ਮਸ਼ੀਨ ਕਿਹੜਾ ਕੀ ਚਲਾਉਂਗੇ ਸਾਰੀ ਉਲਟ ਫੁਲਟ ਹੋ ਜਾਣਾਗਾ ਤੇ ਜੱਜਾਂ ਨੂੰ ਮਜਬੂਰ ਹੋਂ ਫੈਸਲੇ ਲੈਣੇ ਪੈ ਜਾਣੇ ਹੂੰ ਹੁਣ ਵੀ ਮਤਲਬ ਸਮਝ ਨਹੀਂ ਆ ਰਹੀ ਕਿ ਤੁਸੀਂ ਇਹਨਾਂ ਨੂੰ ਹਿਸਕ ਕਿਉਂ ਬਣਾ ਰਹੇ ਹੋ ਕੋਸ਼ਿਸ਼ ਤੁਹਾਡੀ ਆ ਹੂੰ ਆਪਾਂ ਦੇਖ ਰਹੇ ਹਾਂ ਕਿਸਾਨ ਜਾ ਕੇ ਉੱਥੇ ਬੈਠੇ ਆ ਉਹਨੇ ਦਿੱਲੀ ਜਾਣਾ ਹੂੰ ਉਨ੍ਹਾਂ ਦਾ ਕੋਈ ਰੌਲਾ ਕਿਸੇ ਨਾਲ ਤਾਂ ਹੈ ਨਹੀਂ ਤੇ ਤੁਸੀਂ ਵਿਚਾਲੇ ਅੜਚਣ ਬਣ ਰਹੇ ਹੋ ਜਦੋਂ ਆਪਾਂ ਦੇਖਿਆ ਪਰਸੋਂ ਸ਼ਾਮ ਨੂੰ ਸੂਰਜ ਛਿਪ ਗਿਆ ਤਾਂ ਉਦੋਂ ਸ਼ਾਮ ਤੱਕ ਜਦੋਂ ਹਨੇਰਾ ਹੋ ਗਿਆ ਸੀ ਮੂਹ ਨੇ ਰਾਜਾ ਤਾਂ ਪੁਲਿਸ ਨੇ ਵੀ ਲਗਭਗ ਮਤਲਬ ਸਰੈਂਡਰ ਜਾਉ ਹੋਏ ਹੋ ਕੀ ਸੀ ਰਿਲੈਕਸ ਮੂਡ ਸਾਰੇ ਕਿਸਾਨ ਵੀ ਤੇ ਉਹ ਤੇ ਗੱਲਾਂ ਵੀ ਕਰ ਰਹੇ ਸੀ ਆਪਾਂ ਦੇਖਿਆ ਜਦੋਂ ਪੈਰਾਮਿਲਟਰੀ ਫੋਰਸ ਪਹਿਲੇ ਦਿਨ ਪਹਿਲੇ ਦਿਨ ਹਾਂ ਪਹਿਲੇ ਦਿਨ ਕਿਉਂਕਿ ਗੁਰਪ੍ਰੀਤ ਨੂੰ ਕਹਿ ਰਹੇ ਸੀ ਕਿ ਬਾਈ ਬਣੇ ਮੰਨ ਗਿਆ ਯਾਰ ਵਾਪਸ ਜਾੜੋ ਤਾਂ ਦੂਸਰੇ ਪਾਸੇ ਆਪਣੇ ਨਾਲ ਕਹਿ ਰਹੇ ਸੀ ਕਿਦਾ ਸੀ ਜਾਣਾ ਦਿੱਲੀ ਆ। ਹੂੰ। ਥੋੜਾ ਵਿੱਚ ਰੋਲ ਹੀ ਹੈ ਨਹੀਂ। ਹੂੰ। ਬਾਕੀ ਤੁਸੀਂ ਸਾਡੇ ਭਰਾਓ ਯਾਰ। ਅਸੀਂ ਤੁਹਾਡੇ ਭਰਾ। ਕੋਈ ਚਾਹ ਪਾਣੀ ਪੀਣ ਤਾਂ ਦੋਸਤੋ। ਖੁੱਡ ਗਰੋਟੀ ਪਾਣੀ ਨਹੀਂ ਅਸੀਂ ਰੋਟੀ ਛਕਾ ਦਿੰਨੇ ਆ। ਸੋ ਲੰਗਰ ਛਕਾ ਦਿੰਨੇ ਆ। ਹੋਰ ਸਾਨੂੰ ਕੀ ਚਾਹੀਦਾ? ਕੋਈ ਪਾਣੀ ਚਾਹੀਦਾ। ਪਰ ਤੁਹਾਡੇ ਨਾਲ ਸਾਡਾ ਕੋਈ ਰੋਲਾ ਨਹੀਂ। ਹੂੰ। ਪਰ ਜੇ ਤੁਸੀਂ ਅਰਚਨ ਕਰ ਰਹੇ ਹੋ ਤਾਂ ਸਾਡੀ ਮਜਬੂਰੀ ਆ। ਹੂੰ। ਤਾਂ ਉੱਥੇ ਗੱਲਾਂ ਹੋ ਰਹੀਆਂ ਸੀ ਹਰ ਪਾਸੇ। ਦੂਸਰੇ ਪਾਸੇ ਵੀ ਕਈ ਜਵਾਨ ਜਿਹੜੇ ਕਹਿ ਰਹੇ ਸੀ ਕਿ ਸਾਡੇ ਵੀ ਭਰਾ ਤੁਹਾਡੇ ਸ਼ਾਮਲ ਨੇ। ਇੱਕ ਕਹਿ ਰਿਹਾ ਸੀ ਜਵਾਨ ਪੈਰਾਮੈਟਰੀ ਦਾ ਕਿ ਮੇਰਾ ਭਰਾ ਤੁਹਾਡੇ ਚ ਹੂੰ ਉਹ ਹਰਿਆਣੇ ਤੋਂ ਸੀ ਉਹਦਾ ਮੇਰਾ ਭਰਾ ਵੀ ਇੱਥੇ ਆਇਆ ਹੋਇਆ ਹੂੰ ਇਹ ਵੀ ਮਜਬੂਰ ਮਜਬੂਰੀ ਹੈ ਉਸ ਦੀ ਕਿਉਂ ਮੁਲਾਜ਼ਮਾਂ ਉਹਨੇ ਫਿਰ ਵੀ ਫਾਇਰ ਕਰਨੇ ਪੈ ਰਹੇ ਆ ਹੂੰ ਦੂਸਰੇ ਪਾਸੇ ਕਿਸਾਨੋ ਨੇ ਮਜਬੂਰੀ ਹੈ ਹੂੰ ਕਿ ਉਹਨਾਂ ਨੂੰ ਦਿੱਲੀ ਜਾਣੇ ਜਾਣਾ ਤੇ ਤੁਸੀਂ ਅਰਚਨਾ ਬਣਾ ਰਹੇ ਹੋ ਹੂੰ ਪਰ ਜਿਵੇਂ ਇੱਕ ਵੀਡੀਓ ਆਇਆ ਹਰਿਆਣੇ ਤੋਂ ਨਿਕਲ ਕੇ ਹਰਿਆਣੇ ਦੇ ਹੀ ਉਹ ਹਿੰਦੀ ਬੋਲ ਰਿਹਾ ਕਿਸਾਨ ਦੇ ਪੱਗ ਬੰਨੀਆਂ ਮੁਲਾਜ਼ਮ ਸਾਰੇ ਜਿਹੜੇ ਮੂਨੇ ਖੜੇ ਆ ਹਿੰਦੀ ਚ ਗੱਲ ਕਰ ਰਿਹਾ ਕਿਸਾਨ ਵੀ ਹੂੰ ਉਹ ਮੁਲਾलिम ਕਿਸਾਨ ਨੂੰ ਕਹਿ ਰਿਹਾ ਹੈਗਾ ਵੀ ਤੁਸੀਂ ਐਂ ਕਰ ਲੋ ਐਂ ਨਹੀਂ ਕਰਨਾ ਐਂ ਕਰ ਲੋ ਹਰਿਆਣੇ ਦੀ ਵੀਡੀਓ ਆ ਸ਼ਾਇਦ ਪੁਲਜੇ ਦੇ ਥੱਲੇ ਦੀ ਵੀਡੀਓ ਬਹੁਤ ਟਵਿੱਟਰ ਤੇ ਵਾਇਰਲ ਹੋ ਰਿਹਾ ਤੇ ਕਿਸਾਨ ਉਹਨੂੰ ਕਹਿ ਰਿਹਾ ਵੀ ਤੂੰ ਆਪਦੀ ਨੌਕਰੀ ਛੱਡ ਤੈਨੂੰ ਇੱਕ ਏਕੜ ਦਿੰਨਾਗਾ ਫਿਰ ਦੇਖਦੇ ਹਾਂ ਹਾਂ ਹੂੰ ਤੁਸੀਂ ਨਾ ਸਿਖਾਓ ਇਹਨਾਂ ਨੂੰ ਕਿ ਲੋਕ ਸਿੱਖ ਕੇ ਆਏ ਆ ਇਹ ਹੱਦਾਂ ਦੇ ਉੱਪਰ ਇਹਨਾਂ ਬਾਰਡਰਾਂ ਦੇ ਉੱਪਰ ਤੁਸੀਂ ਇੱਕ ਇੱਕ ਹੋਰ ਜੇ ਇਹ ਨਾ ਕੰਮ ਮੀਟਿੰਗ ਚ ਜਲੀ ਚ ਬਣਿਆ ਜਾਂ ਨਾ ਫੈਸਲਾ ਹੋਇਆ ਜੇ ਆਹੀ ਚੱਲਦਾ ਰਿਹਾ ਇਨਾਂ ਦਾ ਥਰੂ ਥਰੂ ਗਾਇਸ ਜਾਂ ਸਾਰਾ ਸਿਸਟਮ ਚੱਲ ਰਿਹਾ ਟੈਕਨੋਲੋਜੀ ਦੇਖਿਓ ਨਿਕਲਦੀ ਦੇਸੀ ਜਗਾੜ ਲਾਉਣਗੇ ਦੇਸੀ ਟੈਕਨੋਲੋਜੀ ਪੱਖੇ-ਪੁੱਖੇ ਤਿਆਰ ਆ ਟਰੈਕਟਰਾਂ ਇਹ ਤੇ ਹੋਰ ਉਹ ਸਪਰੇਅ ਸਪਰੂ ਵੀ ਪਾਈ ਬੈਠੇ ਆ ਆਪਦੀ ਹੂੰ ਕਰਨਗੇ ਤਾਂ ਹਲ ਤਾਂ ਕਰਨਾ ਹੀ ਪੈਣਾ ਪਰ ਦੂਸਰੇ ਪਾਸੇ ਜਿਹੜਾ ਸਜੁਇਤ ਕਿਸਾਨ ਮੋਰਚਾ ਹੂੰ ਤੇ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅੱਜ ਹੂੰ 15 ਤਰੀਕ ਨੂੰ ਟ੍ਰੇਨਾਂ ਰੋਕੀਆਂ ਜਾਣਗੀਆਂ ਗ੍ਰਾਹਾਂ ਦੇ ਵੱਲੋਂ 12 ਤੋਂ 4 ਵਜੇ ਤੱਕ ਆਸ-ਪਾਸ ਤੇ ਜਿਹੜੇ ਟੂਲ ਪਲਾਜ਼ੇ ਆ ਹੂੰ ਬਾਕੀ ਜਥੇ ਬੰਦਿਆਂ ਵੱਲੋਂ ਫ੍ਰੀ ਕੀਤੇ ਜਾਣਗੇ ਹੂੰ ਉਹ ਵੀ 4-5 ਘੰਟੇ ਤਾਂ ਦੂਸਰੇ ਪਾਸੇ ਕੱਲ ਨੂੰ ਫਿਰ ਭਾਰਤ ਬੰਦ ਦਾ ਐਲਾਨ ਹੂੰ 16 ਤਰੀਕ ਨੂੰ ਸਿੱਖਤ ਕਿਸਾਨ ਮੋਰਚਾ ਦੇ ਵੱਲੋਂ ਭਾਰਤ ਬੰਦ ਦਾ ਵੀ ਐਲਾਨ ਕੀਤਾ ਗਿਆ ਹੈ ਤੇ ਗਰਨਾਮ ਸਿੰਘ ਚੜੂਨੀ ਹੂੰ ਉਹਨਾਂ ਦੇ ਵੱਲੋਂ ਅੱਜ ਸੱਦੀ ਗਈ ਹੈ ਮੀਟਿੰਗ ਤਾਂ ਉਹ ਵੀ ਦੇਖਣਾ ਕਿ ਕੀ ਐਕਸ਼ਨ ਪਲਾਨ ਕਰਦੇ ਨੇ ਉਹ ਵੀ ਹੂੰ ਕੀ ਹੁਣ ਕਿਸਾਨ ਇਕੱਠੇ ਹੋਣੇ ਸ਼ੁਰੂ ਹੋਗੇ ਹੂੰ ਤਾਂ ਇਹ ਜ਼ਰੂਰੀ ਵੀ ਆ ਹੂੰ ਹੂੰ ਕਿਉਂਕਿ ਜੇ ਉਹ ਐਮਐਸਪੀ ਦੀ ਮੰਗ ਨੂੰ ਲੈ ਕੇ ਜਾ ਰਹੇ ਆ ਜਿਉ ਕਿਸਾਨਾਂ ਦੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਜਾ ਰਹੇ ਆ ਜਿਉ ਮੰਦਰੀਗਾ ਦੀ ਦਿਹਾੜੀ ਵਧਾਉਣ ਦੀ ਗੱਲ ਕਰ ਰਹੇ ਆ ਜੇਕਰ ਉਹ ਫਸਲਾਂ ਦੀ ਗੱਲ ਕਰ ਰਹੇ ਆ ਤਾਂ ਇਹ ਮੰਗਾਂ ਉਹਨਾਂ ਚਾਰਾ ਪੰਜਾਂ ਦੀਆਂ ਨਹੀਂ ਇਹ ਸਾਰਿਆਂ ਦੀਆਂ ਮੰਗਾਂ ਹੂੰ ਤੇ ਇਹ ਬਿੱਲ ਸਾਰਿਆਂ ਤੇ ਲਾਗੂ ਹੋਣਗੇ ਹੂੰ ਤੇ ਇਸ ਦੇ ਲਈ ਇਕੱਠੇ ਤਾਂ ਹੋਣਾ ਪੈਣਾ ਤੇ ਜਲਦ ਹੋਜੋਗੇ ਤਾਂ ਹਲ ਸ਼ੀਤੀ ਹੋ ਜਾਊਗਾ ਨਿਕੰ ਪੈਂਡਿੰਗ ਹੋ ਰਿਹਾ ਹੂੰ ਪਰ ਜੋ ਤਸਵੀਰਾਂ ਬਾਰਡਰਾਂ ਤੋਂ ਆ ਰਹੀਆਂ ਸ਼ਰਮਨਾਕ ਨੇ ਤੁਸੀਂ ਦੇਖੋ ਮੈਕਸੀਕੋ ਜਿਹੜੀ ਉਹ ਕੰਦ ਆ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੋਈ ਆ ਹੂੰ ਮਤਲਬ ਉੱਥੇ ਵੀ ਅਜਿਹੇ ਹਾਲਾਤ ਨਹੀਂ ਹੁੰਦੇ ਹੂੰ ਜਿਹੜੇ ਹਾਲਾਤ ਹੁਣ ਸ਼ੰਭੂ ਤੇਖਨੌਰੀ ਨੇ ਹੂੰ ਉਹ ਜਰਮਨ ਦੇ ਵਿੱਚ ਕੰਦ ਕੱਢੀ ਗਈ ਸੀ ਜੋ ਲੋਕਾਂ ਨੇ ਬਾਹਰ ਢਾਤਾ ਸੀ ਬਰਲਨ ਹਾਂ ਨਹੀਂ ਬਰਲਨ ਸੀ ਬਰਲਨ ਹੀ ਸੀ ਮੈਨੂੰ ਲੱਗਾ ਮੈਂ ਕਨਫਰਮ ਕਰਦਾ ਇਹ ਬਰਲਨ ਹੀ ਸੀ ਪਰ ਤੇ ਉਹ ਕੰਦ ਲੋਕਾਂ ਨੇ ਢਾਤੀ ਸੀ ਤੇ ਇਹ ਹੁਣ ਕੰਦਾਂ ਲੋਕ ਇੱਥੇ ਢਾ ਦੇਣਗੇ ਹੂੰ ਮਤਲਬ ਲੋਕਾਂ ਦੇ ਵਿੱਚ ਉਹ ਭਾਵਨਾ ਪੈਦਾ ਹੋ ਰਹੀ ਆ ਪੰਜਾਬ ਤੇ ਹਰਿਆਣੇ ਵਾਲੀ ਕਿ ਅਸੀਂ ਭਰਾ ਭਰਾ ਹੂੰ ਹੂੰ ਤੇ ਇੱਕ ਪਾਸੇ ਜੇ ਇਧਰੋਂ ਕੋਸ਼ਿਸ਼ਾਂ ਕਰ ਰਹੇ ਆ ਪੰਜਾਬ ਵਾਲੇ ਕਿਸਾਨ ਤੇ ਦੂਸਰੇ ਪਾਸਿਓਂ ਹਰਿਆਣੇ ਵਾਲੇ ਕਿਸਾਨ ਵੀ ਕੋਸ਼ਿਸ਼ਾਂ ਕਰ ਰਹੇ ਆ ਦੋਨੇ ਪਾਸਿਓਂ ਹੂੰ ਬਾਰਡਰ ਦੇੋਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਬੈਰੀਕੇਡਾਂ ਨੂੰ ਲਾਂਬੇ ਕਰਕੇ ਇੱਥੋਂ ਲੰਘਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਹੁਣ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਹੂੰ ਜਾਂ ਕੋਈ ਐਮਪੀ ਨੇ ਜਾਂ ਕੋਈ ਐਮ.ਐਲ.ਏ ਆ ਜਾਂ ਕੋਈ ਕੇਂਦਰੀ ਮੰਤਰੀ ਆ ਜਾਂ ਰਾਜ ਮੰਤਰੀ ਆ ਹੂੰ ਉਹਨਾਂ ਜੋਰ ਲੱਗਿਆ ਹੋਇਆ ਕਿ ਜੇ ਅਸੀਂ ਐਮ.ਐਸ.ਪੀ ਦੇਤੀ ਜੀ ਇਹਨਾਂ ਦਾ ਦੇਸ਼ਿਕ कंगाल ਹੋ ਜਾਊਗਾ ਹੂੰ ਉਹਨਕੋ ਵੀਰੋ ਜੇ ਤੁਸੀਂ ਅੰਬਾਨੀ ਅਡਾਨੀ ਹੋਰਾਂ ਦਾ ਰਾਈਟ ਆਫ ਕਰ ਰਹੇ ਹੋ ਕਰ ਜਾ ਉਹਦੇ ਨਾਲ ਤਾਂ ਦੇਸ਼ ਬਰਬਾਦ ਨਹੀਂ ਹੁੰਦਾ ਹੂੰ ਤੁਸੀਂ ਲਿਸਟ ਜਾਰੀ ਕਰ ਦਿਓ ਨਾ ਕੇਂਦਰ ਸਰਕਾਰ ਨੂੰ ਕਿਉਂ ਹੋਂ ਤੱਕ ਵਾਈਟ ਪੇਪਰ ਲੈ ਕੇ ਆਵੇ ਹੂੰ ਕਿ ਇਹਨਾਂ ਨੇ ਆਪਣੇ 10 ਸਾਲਾਂ ਦੇ ਵਿੱਚ ਹੂੰ ਕਿੰਨਿਆਂ ਦਾ ਕਰਜ਼ਾ ਰਾਈਟ ਆਫ ਕੀਤਾ ਮਾਫ ਕੀਤਾ ਉਹਨੂੰ ਡੁੱਬੇ ਖਾਤੇ ਚ ਪਾਇਆ ਜੇ ਉਹਨਾਂ ਕਰਜ਼ਾ ਕਿਸਾਨਾਂ ਦਾ ਮਾਫ ਹੁੰਦਾ ਤਾਂ ਉਹ ਕਿੰਨੇ ਕਿਸਾਨਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਸੀ ਹਮ ਇੱਕ ਹੋਰ ਵਾਈਟ ਪੇਪਰ ਲੈ ਕੇ ਆਉਣ ਕਿ ਇਹਨਾਂ ਦੇ ਰਾਜ ਦੇ ਵਿੱਚ 10 ਸਾਲਾਂ ਦੇ ਵਿੱਚ ਚੀਜ਼ਾਂ ਦੇ ਰੇਟ ਕਿੰਨੇ ਵਧਿਆ ਮਹਿੰਗਾਈ ਕਿੰਨੀ ਵਧੀਆ ਜੀ ਤੇ ਉਹਦੀ ਤੁਲਨਾ ਦੇ ਵਿੱਚ ਕਿਸਾਨਾਂ ਦੀ ਫਸਲ ਦਾ ਜਿਹੜਾ ਰੇਟ ਆ ਉਹ ਕਿੰਨਾ ਵਧਿਆ ਜੀ ਉਹਦਾ ਕਿੰਨਾ ਫੀਸ ਦੀ ਵਾਧਾ ਤੇ ਕਿਸਾਨਾਂ ਦੀ ਫਸਲ ਦਾ ਕਿੰਨਾ ਫੀਸ ਦੀ ਵਾਧਾ ਮੇਰੇ ਯਾਦ ਆ ਇਤੋਂ 7-8 ਸਾਲ ਤੱਕ ਪਹਿਲਾਂ ਅਸੀਂ ਨਰਮਾ ਵੇਚਦੇ ਹੁੰਦੇ ਸੀ ਜੀ ਤਾਂ ਉਦੋਂ ਇੱਕ ਵਾਰ ਅਸੀਂ ਨਰਮਾ 8000 ਨੂੰ ਵੇਚਿਆ ਹੂੰ ਇਤੋਂ 7-8 ਸਾਲ ਪੁਰਾਣੀ ਗੱਲ ਆ ਉਹ ਹੂੰ ਉਦੋਂ ਸਾਡੇ ਮੀਂਹ ਪੈਣ ਲੱਗ ਕੇ ਅਸੀਂ ਕਿਤੇ ਨਰਮਾ ਉਦੋਂ ਵੇਚਣ ਤੋਂ ਛੋਣਾ ਲਾਉਣ ਲੱਗੇ ਹੂੰ ਹੁਣ ਹਾਲਾਤ ਇਹ ਕਿਹੜਾ ਨਰਮਾ ਇਸ ਵਾਰ ਵਿਖ ਰਿਹਾ ਉਹ 7-8 ਹਜ਼ਾਰੋਂ ਵਿਖ ਰਿਹਾ ਹੂੰ ਇਸ ਵਾਰ ਕਿਸਾਨਾਂ ਦਾ ਨਰਮਾ ਪਿਛਲੇ 7 ਸਾਲ ਪਿੱਛੇ ਜਾ ਕੇ ਉਸ ਭਾਅ ਤੇ ਵਿਕਿਆ ਹੂੰ ਇਹ ਰੇਟ ਅਗੇ ਵਣ ਚਾਹੀਦਾ ਕਿ ਪਛਾਣਣਾ ਚਾਹੀਦਾ ਹੂੰ ਤੁਸੀਂ ਦੱਸੋ ਨਾ ਦੂਸਰੇ ਪਾਸੇ ਹਰਿਆਣਾ ਸਰਕਾਰ ਦਾਅਵੇ ਕਰ ਰਹੀ ਹੈ ਕਿ ਸਾਡੇ ਕਿਸਾਨ ਤਾਂ ਖੁਸ਼ ਆ ਜੀ ਹੂੰ ਪਰ ਕੇਂਦਰ ਸਰਕਾਰ ਨੇ ਆਪਣੇ ਡਿਪਾਰਟਮੈਂਟਾਂ ਤੋਂ ਸਾਰਿਆਂ ਤੋਂ ਇੱਕ ਲਿਸਟ ਬਣਵਾਈ ਸੀ ਹੂੰ ਕਿ ਜੇਕਰ ਆਪਾਂ ਐਮਐਸਪੀ ਦੇ ਰਹੇ ਹਾਂ ਜੀ ਤਾਂ ਇਹਨਾਂ ਕਿੰਨਾ ਨੁਕਸਾਨ ਹੋ ਰਿਹਾ ਤੇ ਜੇਕਰ ਆਪਾਂ ਐਮਐਸਪੀ ਬੰਦ ਕਰਦੇ ਤੇ ਆਪਾਂ ਨੂੰ ਕੀ ਫਾਇਦੇ ਹੋਣਗੇ ਹੂੰ ਤੇ ਆਪਾਂ ਕਿਵੇਂ ਕਰਗੇ ਹੂੰ ਤਾਂ ਉੱਚ ਭਾਰਤ ਸਰਕਾਰ ਦੇ ਸਾਰੇ ਡਿਪਾਰਟਮੈਂਟਾਂ ਦੇ ਵੱਲੋਂ ਜਿਨ੍ਹਾਂ ਨੇ ਰਾਇ ਲਈ ਸੀ ਉਹਨਾਂ ਨੇ ਇਹੀ ਕਿਹਾ ਕਿ ਜੇ ਐਮਐਸਪੀ ਬੰਦ ਕਰ ਦੋ ਆਪਾਂ ਨੂੰ ਐਮਐਸਪੀ ਦੇਣ ਦੀ ਕੋਈ ਜ਼ਰੂਰਤ ਨਹੀਂ ਹੂੰ ਚਾਚਾ ਤੇ ਵੀ ਆ ਰਹੀ ਆ ਜੇ ਖਬਰਾਂ ਤੇ ਵੀ ਆ ਰਹੀਆਂ ਨੇ ਉਹ ਕਹਿੰਦੇ ਆਪਾਂ ਬਾਹਰੋਂ ਸਸਤਾ ਖਰੀਦ ਲਾਂਗੇ ਜੇ ਆਪਾਂ ਇੱਥੇ 20 ਰੁਪਏ ਕਿਲੋ ਹਿਸਾਬ ਨਾਲ ਕਣਕ ਖਰੀਦ ਰਹੇ ਆ ਤੇ ਆਪਾਂ ਨੂੰ ਜੇ ਕਿਤੇ ਹੋਰ ਸੁੰਦਰੀ ਜਾ ਜਰੀਏ ਜਾਂ 10 ਰੁਪਏ ਮੇਰੇ ਤੇ ਫਿਰ ਆਪਾਂ ਇੱਥੋਂ ਕਿਉਂ ਖਰੀਦਾਂਗੇ ਹੂੰ ਤਾਂ ਵੀ ਹੈ ਨਾ ਕਿ ਕੇਂਦਰ ਸਰਕਾਰ ਤੁਹਾਡੇ ਲਈ ਯੋਜਨਾ ਬਹੁਤ ਬਣਾ ਰਹੀ ਆ ਜਿਹੜੀਆਂ ਸੜਕਾਂ ਬਣ ਰਹੀਆਂ ਜਿਉਂ ਲੈ ਕੇ ਆਮ ਚਰਚਾ ਹੁੰਦੀ ਆ ਹੂੰ ਲੋਕ ਕਹਿੰਦੇ ਸੜਕਾਂ ਸਾਡੀ ਛਾਤੀ ਉੱਤੇ ਤਾਂ ਬਣ ਰਹੀਆਂ ਸਾਡੇ ਦਿਲ ਉੱਤੇ ਤਾਂ ਬਣ ਰਹੀਆਂ ਪਰ ਸਾਡੇ ਲਈ ਨਹੀਂ ਬਣ ਰਹੀਆਂ ਜੀ ਇੱਥੇ ਕਿੰਨਾਂ ਦੇ ਟਰੱਕ ਭਜਣਗੇ ਹੂੰ ਜਾਂ ਕਿੰਨਾਂ ਦੀਆਂ ਰੇਲ ਗੱਡੀਆਂ ਚ ਸਮਾਨ ਆਊਗਾ ਕਿੰਨਾਂ ਦੀਆਂ ਬੰਦਰਗਾਹਾਂ ਤੋਂ ਸਮਾਨ ਆਊਗਾ ਜੀ ਇਹ ਨਹੀਂ ਅਸੀਂ ਸਹਾਰ ਸਕਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸੱਤਾ 'ਚ ਨਹੀਂ ਸੀ ਉਹ ਗੱਲ ਕਰਦੇ ਹੁੰਦੇ ਸੀ ਕਿ ਪੰਜਾਬ ਦਾੜਾ ਬਾਰਡਰ ਆ ਪਾਕਿਸਤਾਨ ਨਾਲ ਖੋਲ ਦੋ ਇੱਥੋਂ ਵਪਾਰ ਹੋਵੇ ਹਮ ਖੁਸ਼ਕ ਬੰਦਰਗਾਹ ਅਮਰਸਰ ਵਾਈਦੀ ਸੀ ਹਮ ਇਹ ਪੂਰਾ ਰੂਟ ਹਮ ਸੇਰਾ ਰੂਟ ਸੀ ਹਮ ਪਿਛਲੇ ਸਾਲਾਂ ਦੇ ਵਿੱਚ ਹਮ ਇੱਥੋਂ 400 500 600 700 ਸਾਲ ਪਿਛਲੇ ਸਾਲਾਂ ਦੇ ਵਿੱਚ ਤੇ ਹੁਣ ਮੁੱਖ ਮੰਤਰੀ ਮਾਨ ਸਾਹਿਬ ਦਾ ਬਿਆਨ ਸੀ ਪਿਛਲੇ ਸਾਲ ਕਿ ਇਹ ਬਾਰਡਰ ਨਹੀਂ ਖੋਲਣੇ ਜੀ ਸਕਿਉਰਿਟੀ ਪਰਪਸ ਆ ਹਮ ਜੇਕਰ ਕੋਈ ਚੀਜ਼ ਜੇਕਰ ਕੋਈ ਕੰਟੇਨਰ ਪਾਕਿਸਤਾਨ ਦੇ ਵਿੱਚੋਂ ਬੰਦਰਗਾਹ ਜਰੀਏ ਗੁਜਰਾਤ ਚ ਆਉਂਦਾ ਜਾਂ ਮਾਰਸਟਰ ਆਉਂਦਾ ਜੀ ਉਥੋਂ ਬਾਇਰੋਡ ਓਕੇ ਫਿਰ ਪੰਜਾਬ ਆਉਂਦਾ ਤਾਂ ਉਲਟਾ ਤੁਹਾਡੀ ਸੁਰੱਖਣ ਕੋਈ ਖਤਰਾ ਹੈ ਨਹੀਂ ਹਮ ਜੇ ਉਹੀ ਕੰਟੇਨਰ ਉਹੀ ਸਮਾਨ ਲਾਹੌਰ ਵਿੱਚ ਦੀ ਪੰਜਾਬ ਵਿੱਚ ਦੀ ਹਰਿਆਣਾ ਆਵੇ ਉੱਤਰ ਪ੍ਰਦੇਸ਼ ਜਾਵੇ ਗਾਂਹ ਜਾਵੇ ਤਾਂ ਕਿੰਨਾ ਟਾਈਮ ਪੈਂਦਾ ਜੀ ਤੇ ਕਿੰਨਾ ਵਪਾਰ ਵਧੂਗਾ ਤੇ ਕਿੰਨਾ ਪੈਸਾ ਆਉਣਾ ਜੀ ਪਰ ਕੇਂਦਰ ਸਰਕਾਰ ਜਾਂ ਕੇਂਦਰੀ ਏਜੰਸੀਆਂ ਕਹਿ ਲੋ ਤੁਸੀਂ ਜਾਂ ਪ੍ਰਸ਼ਾਸਨਿਕ ਅਧਿਕਾਰੀ ਕਹਿ ਲੋ ਉਹਨਾਂ ਦੀ ਪਾਲਿਸੀ ਇਹ ਕਿੜਾ ਪੰਜਾਬ ਆ ਨਾ ਇਸਥਿਰ ਨਾ ਰਹੇ ਹੂੰ ਇੱਥੋਂ ਦੇ ਕਿਸਾਨਾਂ ਦੇ ਕੋਲ ਪੈਸਾ ਨਾ ਆਵੇ ਜੀ ਇਹ ਭੁੱਖੇ ਮਰਦੇ ਰਹਿਣ ਤਾਂ ਠੀਕ ਰਹਿਣਗੇ ਤੁਸੀਂ ਕਰ ਲਓ ਨਾ ਦਿੱਲੀ ਹੋ ਗਿਆ ਤੇ ਪੰਜਾਬ ਹੋ ਗਿਆ ਜੀ ਭਾਰਤ ਦੇ ਸਭ ਤੋਂ ਖੁਸ਼ਹਾਰਾ ਜੇ ਆਉਂਦੇ ਆ ਹੂੰ ਤੁਸੀਂ ਐਂ ਕਰੋ ਇਹ ਦੱਖਣ ਚ ਜਾਇਓ ਥੋੜਾ ਜਾ ਜਾਂ ਪਰੇ ਜਾੜੋ ਚੜ੍ਹਦੇ ਵਾਲੇ ਪਾਸੇ ਬਿਹਾਰ ਹੋ ਗਿਆ ਉੱਤਰ ਪ੍ਰਦੇਸ਼ ਹੋ ਗਿਆ ਪੱਛਮੀ ਗਾਂਲ ਦਾ ਐਸਾ ਹੋ ਗਿਆ ਛਤੀਸਗੜ੍ਹ ਹੋ ਗਿਆ ਉੱਥੋਂ ਦੇ ਕੀ ਹਾਲਾਤ ਨੇ ਜੀ ਜਿਹੜੇ ਉਹ ਲੋਕ ਪੰਜਾਬ ਆਉਂਦੇ ਆ ਨਾ ਉਹ ਕਹਿੰਦੇ ਸਾਡਾ ਤਾਂ ਪੰਜਾਬ ਹੀ ਕੈਨੇਡਾ ਅਮਰੀਕਾ ਯਾਰ ਇੰਨਾ ਵਿਕਸਿਤ ਪੰਜਾਬ ਆ ਉੱਥੇ ਗੱਲਾਂ ਕਰਦੇ ਆ ਤੇ ਇਹ ਚਾਹੁੰਦੇ ਆ ਕਿ ਪੰਜਾਬ ਉੱਥੇ ਜਾਵੇ ਪੰਜਾਬ ਦੇ ਦੂਜੇ ਲੀਡਰ ਇੱਕ ਸੁਖਪਾਲ ਸਿੰਘ ਖੈਰੇ ਹੀ ਬੰਨਾਂ ਲੱਗੇ ਆ ਤੇ ਸ਼ੰਭੂ ਹਾਂ ਹੋਰ ਕੋਈ ਗਿਆ ਨਹੀਂ ਬਿਲਕੁਲ ਹੋਰ ਕਿਸ ਤਸਵੀਰ ਤਾਂ ਸਾਹਮਣੇ ਨਹੀਂ ਆਈ ਹਾਂ ਉਹੀ ਪਹੁੰਚੇ ਹੋਏ ਨੇ ਹਾਂ ਕਾਂਗਰਸ ਦੇ ਮਾੜੇ ਮੁੱਟੇ ਕੋਈ ਵਰਕਰ ਵੀ ਗਏ ਆ ਸ਼ਾਇਦ ਤੇ ਉਹ ਤਾਂ ਹਸਪੀਟਲ ਗਏ ਸੀ ਰਾਏਵੜਿੰਗ ਸਾਹਿਬ ਅੱਛੇ ਤਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਜਾਣ ਕੇ ਬੈਠਣਾ ਚਾਹੀਦਾ ਹੈਗਾ ਕਿਸਾਨ ਅਗਵਾਈ ਕਰ ਰਹੇ ਆ ਉਹਨਾਂ ਦੀਆਂ ਜਥੇਬੰਦੀਆਂ ਵਿੱਚ ਬੈਠ ਜਾਣਾ ਆਪਦੇ ਕਾਡਰ ਨੂੰ ਕਹਿਣ ਅਕਾਲੀ ਦਲ ਨੂੰ ਜਿਵੇਂ ਆਪਾਂ ਕੱਲ੍ਹ ਗੱਲ ਕਰੀ ਸੀ ਅਕਾਲੀ ਦਲ ਨੂੰ ਜਿਹੜੀ ਇਹ ਆ ਇਹਨਾਂ ਨੇ ਪੈਂਡਿੰਗ ਕਰਤੀ ਆ ਉਹਦੀ ਯਾਤਰਾ ਦੀ। ਹਾਂ ਜੱਤਰਾ ਮੁਲਤ ਵੀ ਕਰਤੀ 11 ਜੀ। ਇਹਨਾਂ ਨੂੰ ਸਮਰਪਤ। ਅੱਜ ਇਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਆ। ਇਹਨਾਂ ਨੂੰ ਕਹਿਣਾ ਚਾਹੀਦਾ ਵੀ ਜਿਹੜਾ ਕਾਡਰ ਥੋੜਾ ਰੈਲੀ 'ਚ ਸੀ ਉੱਥੇ ਜਾਵੜੋ। ਹੂੰ। ਭੇਜੋ। ਉਹ ਵੀ ਕਿਸਾਨਾਂ ਦੇ ਪੁੱਤ ਹੀ ਨੇ। ਹੂੰ। ਹੁਣ ਚਰਚਾ ਤੇ ਵੀ ਇਹ ਕੀ ਬਸਪਾ ਨੇ ਇਕੱਠ ਜੋੜ ਤੋੜਨ ਦਾ ਐਲਾਨ ਕਰਤਾ ਤੇ ਟੁੱਟ ਗਿਆ ਭਾਈ। ਹੂੰ। ਕਿਉਂ ਕਿ ਉਹਨੇ ਖਬਰਾਂ ਮਾਇਨੇ ਨਹੀਂ ਰੱਖਦੇ ਕਿਉਂਕਿ ਕਿਸਾਨਾਂ ਦਾ ਮੁੰਡਾ ਮੁੱਦਾ ਵੱਡਾ ਬਣ ਗਿਆ। ਹੂੰ। ਤੇ ਹੁਣ ਬਸ ਪਾਣੇ ਨਿਕਾਲ ਕਰ ਤੱਕੀ ਤੁਹਾਡੇ ਨਾਲ ਗਠਬੰਧ ਨਹੀਂ ਕਰਨਾ ਸੀ ਅਸੀਂ ਇਕੱਲੇ ਚੋਣ ਲੜਾਂਗੇ ਹੁਣ ਸੁਖਵੀਰ ਸਾਹਿਬ ਨੇ ਇਹ ਯਾਤਰਾ ਤਾਂ ਮੁਲਤਵੀ ਕੀਤੀ ਆ ਜਾਂ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋ ਰਹੀ ਆ ਤਾਂ ਹੋ ਰਹੀ ਆ ਜਾਂ ਕਿਸਾਨਾਂ ਨੂੰ ਲੈ ਕੇ ਹੋ ਰਹੀ ਆ ਇੱਕ ਪਾਸੇ ਤਾਂ ਪੰਜਾਬ ਦੇ ਕਿਸਾਨ ਹਰਿਆਣੇ ਦੇ ਕਿਸਾਨ ਐਮਐਸਪੀ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਲੜ ਰਹੇ ਨੇ ਪਰ ਦੂਸਰੇ ਪਾਸੇ ਖਬਰ ਆ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਮੀਟਿੰਗਾਂ ਕਰ ਰਹੇ ਨੇ ਹੂੰ ਮਤਲਬ ਜਿੱਥੋਂ ਤੁਸੀਂ ਇਹਦਾ ਯਾਰ ਤੈਨੂੰ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਹੂੰ ਵੀ ਇਹੇ ਨਾ ਸਮਝੌਤਾ ਕਰਨ ਇਹ ਅੱਜ ਵੀ ਨਾ ਕਰਨ ਹੂੰ ਜਾਂ ਫਿਰ ਕੋਈ ਸ਼ਰਤਾਂ ਉਹਨਾਂ ਨੂੰ ਪਰ ਕੋਈ ਸ਼ਰਤ ਮੰਨਣੀ ਨਹੀਂ ਇਹਨਾਂ ਦੀ ਇਹਨਾਂ ਦੀ ਉਹਨਾਂ ਨੂੰ ਵੀ ਪਤਾ ਵੀ ਇਹ ਤਲਾਂ ਚ ਕਿੰਨਾ ਕੁ ਤੇਲ ਆ ਠੀਕ ਹੈ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਵੀ ਉਹ ਕਿ ਤਲਾਂ ਚ ਕਿੰਨਾ ਕੁ ਤੇਲ ਆ ਇਹ ਵੀ ਗੱਲ ਹੈ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਸਰਫ ਜਿਹੜਾ ਉਹ ਤੇਲ ਦਿਖ ਰਿਆ ਨੇ ਇਹਨਾਂ ਨੂੰ ਦਿਖ ਰਿਆ ਵੀ ਉਹਦੇ ਨਾਲ ਸਾਡਾ ਘਰ ਚੱਲੂ ਲੋਕਾਂ ਦੇ ਚੱਲਣਾ ਨਾ ਚੱਲਣਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਇਹ ਦੇਖ ਨਾ ਇਹਨਾਂ ਦੀ ਬੰਦੀ ਸਿੰਘਾਂ ਵਾਲੀ ਗੱਲ ਨਾ ਹੋਰ ਇਹਨਾਂ ਦੀ ਗੱਲ ਨਹੀਂ ਮੰਨਣੀ ਇਹ ਕਦੇ ਕਿਸੇ ਨੂੰ ਲੈਟਰ ਜੀ ਲਿਖ ਦਿੰਦੇ ਆ ਕਦੇ ਕਿਸੇ ਨੂੰ ਇਹਨਾਂ ਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ 10 ਸਾਲ ਗਰਾਊਂਡ ਦੇ ਉੱਤੇ ਡਟ ਕੇ ਇਹਨਾਂ ਨੂੰ ਆਪ ਦਾ ਜਿਹੜਾ ਹੈਗਾ ਸਿਸਟਮ ਉਹ ਚਲਾਉਣਾ ਚਾਹੀਦਾ ਹੈਗਾ ਖੇਤਰੀ ਪਾਰਟੀ ਦੇ ਰੂਪ ਤੇ ਤੇ ਦੱਸਣਾ ਚਾਹੀਦਾ ਲੋਕਾਂ ਨੂੰ ਇਹ ਸਾਬਤ ਕਰਨ ਵੀ ਅਸੀਂ ਪੰਥਕ ਏਜੰਡੇ ਦੇ ਉੱਤੇ ਤੇ ਕਾਲ ਤੱਕ ਸਭ ਉਵੇਂ ਪੇਸ਼ ਹੋਣ ਜਿਵੇਂ ਪੇਸ਼ ਹੋਈਦਾਗਾ ਮਾਫੀ ਲਈ ਇਹ ਆਏ ਨਹੀਂ ਗੱਲਬਾਨੀ ਨਹੀਂ ਗੱਲਬਾਨੀ ਜਿੰਨਾ ਮਰਜੀ ਆ 27 ਚ ਸਰਕਾਰ ਆ ਜੀ ਬੀਜੇਪੀ ਨਾਲ ਰਲ ਕੇ ਆਦੇ ਪਹਿਲੀ ਗੱਲ ਤਾਂ ਇਹ ਹੋਣੀ ਨਹੀਂ ਹੁਣ ਪੰਜਾਬ 'ਚ ਜਿਹੜਾ ਸਿਸਟਮ ਚੱਲ ਰਿਹਾ ਹੈਗਾ ਕੁਛ ਮਰਜੀ ਚਾਹੇ ਇਹਨਾਂ ਦੇ ਸਾਰੇ ਜਿੱਤ ਜਾਣ ਯਾਰ ਤਾਂ ਵੀ ਇਹਨਾਂ ਤੋਂ ਪੰਜਾਬ ਵਾਲੇ ਨਹੀਂ ਖੁਸ਼ ਹੋਣੇ ਨਹੀਂ ਖੁਸ਼ ਹੋਣੇ ਜਿੰਨਾ ਟਾਈਮ ਇਹ ਪੰਥਕ ਏਜੰਡੇ ਦੇ ਉੱਤੇ ਵਾਪਸ ਨਹੀਂ ਆਉਂਦੇ ਬੀਜੇਪੀ ਨਾਲ ਪੱਕਾ ਜਿਹੜਾਗਾ ਮਤਲਬ ਇਹ ਕਹਿਣ ਵੀ ਅਸੀਂ ਤਾਂ ਕਦੇ ਨਹੀਂ ਕਰਨਾ ਇਨੇ ਸਾਲਾਂ ਲੀਸ ਤਾਂ ਬੈਨ ਲਾਉਣੇ ਆ ਬਿਲਕੁਲ ਜੀ ਇਹ ਪੱਕਾ ਕੰਮ ਇਹਨਾਂ ਨੂੰ ਕਰਨਾ ਪੈਣਾਗਾ ਫੇਰ ਕਿਤੇ ਖੇਤਰੀ ਪਾਰਟੀ ਪੰਜਾਬ ਦੀ ਚੱਲੂਗੀ ਨਹੀਂ ਇਹ ਕੰਮ ਖਤਮ ਆ ਇਹਨਾਂ ਦਾ ਰਤਨ ਜੀ ਇੱਕ ਆਗੂ ਸੀ ਹਮ ਮਨਜਿੰਦਰ ਸਿੰਘ ਸਰਸਾ ਹਮ ਜਿਹਨੂੰ ਲੋਕਾਂ ਨੇ ਪਹਿਲੇ ਕਿਸਾਨਿਆਂ ਦੋਨਾਂ ਵਾਲੇ ਬਹੁਤ ਪਿਆਰ ਦਿੱਤਾ ਹਮ ਬਹੁਤ ਸਤਿਕਾਰ ਦਿੱਤਾ ਹਾਂ ਉਹਨਾਂ ਦੀ ਇੱਕ ਵੀਡੀਓ ਆਈ ਹੈ ਹੁਣ ਹਮ ਇੱਕ ਬਿਆਨ ਆਇਆ ਹਮ ਉਹ ਕਹਿੰਦੇ ਜੀ ਮੈਂ ਭਾਏ ਭਾਈ ਬਾਅਦ ਚਾ ਮੈਂ ਕਿਸਾਨ ਪਹਿਲਾ ਹੂੰ ਮਾਚਲ ਸ਼ੁਕਰਾ ਕੋਈ ਵਧੀਆ ਗੱਲ ਕਰਨਗੇ ਹੂੰ ਉਹ ਕਹਿੰਦੇ ਦੇਖੋ ਜੀ ਕਾਂਗਰਸ ਪਾਰਟੀ ਨੇ ਹੂੰ ਐਮਐਸਪੀ ਦਿੱਤੀ ਨਹੀਂ ਹੂੰ ਇਹਨੇ ਕਿਸਾਨਾਂ ਦੇ ਮਸਲੇ ਹੱਲ ਕੀਤੇ ਨਹੀਂ ਹੂੰ ਆਮ ਆਦਮੀ ਪਾਰਟੀ ਕੁਝ ਨਹੀਂ ਕਰ ਰਹੀ ਜੀ ਹੂੰ ਇਹ ਕਿਸਾਨਾਂ ਤੇ ਐ ਕਰ ਰਹੀ ਆ ਉਹ ਕਰ ਰਹੀ ਆ ਕਰ ਰਹੀ ਆ ਉਸ ਗੱਲ ਤੇ ਤਾਂ ਉਹ ਆਈ ਨਹੀਂ ਹੂੰ ਕਿ ਤੁਹਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਜਿਹੜਾ ਗ੍ਰਹਿ ਮੰਤਰੀ ਤੁਹਾਡੇ ਘਰ ਤੱਕ ਆਏ ਸੀ ਤੁਸੀਂ ਕੀ ਕਰ ਰਹੇ ਹੋ ਉਹੀ ਮਨਸਾਬ ਵਾਲੀਆਂ ਗੱਲਾਂ ਹਾਂ ਗੱਲਾਂ ਹੀ ਨੇ ਉਹ ਪਹਿਲਾਂ ਪਹਿਲਾਂ ਵਾਲਿਆਂ ਨੇ ਯਾਰ ਜੇ ਨਹੀਂ ਕਰਿਆ ਉਹਨਾਂ ਨੂੰ ਖੁੰਝੇ ਲਾ ਦਿੱਤਾ rahul gandhi argene ਨੂੰ ਹੂੰ ਤੁਮ ਲਗਾਤਾਰ ਤਾਂ ਦੋ ਟਰਮਾਂ ਸੁਢੀ ਸਰਕਾਰ ਹੀ ਆ ਤੀਜੀ ਚ ਫੇਰ ਥੋੜਾ ਬੋਲਬਾਲਾ ਹੋ ਰਿਹਾ ਹੈਗਾ ਤੇ ਉਹ ਆਦੇ ਆਪ ਤਾਂ ਦਾਵਾ ਕਰਦੇ ਆ ਆਦੇ ਆਪ ਨੂੰ ਪੇਸ਼ ਕਰਦੇ ਆ ਕਿ ਸਿੱਖਾਂ ਦਾ ਹੂੰ ਜੇਕਰ ਭਾਇ ਆਪਣੇ ਕੋਈ ਸਭ ਤੋਂ ਵੱਡਾ ਆਗੂ ਤਾਂ ਮੈਂ ਹੀ ਆ ਹੂੰ ਉਹ ਕਲੇਮ ਕਰਦੇ ਆ ਤੇ ਫੇਰ ਬਣੋ ਵਿਚੋਲੇ ਭਾਈ ਹੂੰ ਕਰੋ ਪੈਰ ਭਈ ਹੂੰ ਮੰਗਾ ਮਣਾਓ ਤੇ ਕੁਝ ਗਲਤ ਵੀ ਨਹੀਂ ਹੂੰ ਹੁਣ ਸੁਆਮੀ ਨਾਥਨ ਦੀ ਧੀ ਉਹਨਾਂ ਦਾ ਵੀ ਬਿਆਨ ਆ ਹੋਰ ਵੀ ਕਈ ਸਮਾਜ ਸੇਵੀ ਆ ਜਿਹੜੇ ਮਤਲਬ ਹੁਣ ਕੇਂਦਰ ਸਰਕਾਰ ਇਹ ਦੋ ਫਾਰਮੂਲੇ ਆ A2 ਵਾਲਾ ਤੇ C2 ਵਾਲਾ ਕਿ ਇੱਕ ਚ ਤਾਂ ਇਹ ਕੱਲਾ ਜਿੰਨੀ ਅਮਾਉਂਟ ਖਰਚ ਹੁੰਦੀ ਆ ਉਹਦੇ ਨਾਲ ਦੇ ਰਿਹਾ ਐਮਐਸਪੀ ਇੱਕ ਪਾਸੇ ਹੁੰਦੀ ਆ ਕਿ ਜਿਹੜਿਆ ਕਿਸਾਨ ਆ ਉਹਦੀ ਲੇਬਰ ਲਾ ਕੇ ਵਿੱਚ ਕਈ ਕਈ ਸਮਾਜ ਸੇਵੀ ਆ ਜਿਹੜੇ ਤਾਂ ਬਾਜਰੀ ਖਾਂਦੇ ਆ ਗੁਰੂ ਘਰਾਂ ਦੀ ਹਾਂ ਗੁਰੂ ਦਾ ਗੁਰੂ ਦੀ ਹੈ ਤੇ ਹਾਜ਼ਰੀ ਭਰਦੇ ਉਹਨਾਂ ਦੀ ਬਿਲਕੁਲ ਹਰਿਆਣੇ ਦੇ ਵਿੱਚ ਖਾਸ ਕਰਕੇ ਨਾ ਉਹ ਦੇਖੇ ਨੇ ਉਹ ਤਾਂ ਫਿਰ ਪ੍ਰਧਾਨਗੀ ਲੈਣ ਵਾਸਤੇ ਸੀ ਨਾ ਹਾਂ ਤੇ ਐਸਜੀਪੀਸੀ ਨੂੰ ਵੀ ਵੱਡਾ ਸਟੇਟਮੈਂਟ ਦੇ ਕੇ ਉੱਥੇ ਵੱਧ ਤੋਂ ਵੱਧ ਰਾਸ਼ਨ ਦੀ ਗੱਲ ਹੋਵੇ ਮੈਡੀਕਲ ਖਾਸ ਕਰਕੇ ਮੈਡੀਕਲ ਸੂਲਤਾਵਾਂ ਦੀ ਗੱਲ ਹੋਵੇ ਕੋਈ ਵੀ ਚੀਜ਼ ਕਿਸਾਨਾਂ ਨੂੰ ਲੋੜ ਆ ਇਹਨੂੰ ਐਸਜੀਪੀਸੀ ਵਾਲਿਆਂ ਨੂੰ ਉੱਥੇ ਜਾਣਾ ਚਾਹੀਦਾ ਪ੍ਰਮੁੱਖ ਤੌਰ ਤੇ ਬਿਲਕੁਲ ਸ਼ੰਭੂ ਬੈਰੀਅਰ ਦੇ ਉੱਤੇ ਇੱਥੇ ਖਨੌਰੀ ਜਿੱਥੇ-ਜਿੱਥੇ ਲੋੜ ਆ ਇੱਥੇ ਜਾਣਾ ਚਾਹੀਦਾਗਾ ਮਦਦ ਕਰਨੀ ਚਾਹੀਦੀ ਤੇ ਡਟ ਕੇ ਹੂੰ ਪਰ ਇਹਨਾਂ ਦਾ ਧਿਆਨ ਤਾਂ ਸ਼ਾਇਦ ਹੋਰ ਕੰਮਾਂ 'ਚ ਆ ਹੂੰ ਪਰ ਕੇਂਦਰ ਸਰਕਾਰ ਜਾਂ ਹਰਿਆਣਾ ਪੁਲਿਸ ਜਾਂ ਪੈਰਾਮਿਲਟਰੀ ਫੋਰਸ ਦੇ ਜਵਾਨ ਮਤਲਬ ਉਹ ਟ੍ਰੀਟ ਕਰ ਰਿਹਾ ਐਜਾ ਟੈਰਰਿਸਟ ਕਿ ਇਹ ਅੱਤਵਾਦੀ ਆ ਰਹੇ ਆ ਮਤਲਬ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੂੰ ਦੂਸਰੇ ਪਾਸੇ ਜਿਹੜਾ ਨੈਸ਼ਨਲ ਮੀਡੀਆ ਜਾਂ ਆਈਟੀ ਸੈੱਲਾ ਪਾਰਟੀਆਂ ਦਾ ਭਾਰਤੀ ਜਨਤਾ ਪਾਰਟੀ ਦਾ ਜਾਂ ਜਿਹੜੇ ਨੈਟਿਵ ਸੈੱਟ ਕਰ ਰਹੇ ਇਹਨਾਂ ਨੇ ਲੋਕ ਰੱਖੇ ਹੋਏ ਆ ਉਹ ਇਹ ਕਲੇਮ ਕਰ ਰਹੇ ਆ ਕਿ ਖਾਲਿਸਤਾਨੀ ਰਾਜ ਧਾਨੀਵਲਵਾਦ ਰਹੇ ਨੇ ਹੂੰ ਇਹਨਾਂ ਨੂੰ ਰੋਕਿਆ ਜਾਵੇ ਇਹਨਾਂ ਨੂੰ ਅੱਗੇ ਵਧ ਨਾ ਦਿੱਤਾ ਜਾਵੇ ਤਾਂ ਤੁਸੀਂ ਦੇਖੋ ਕਿ ਤੁਹਾਡੇ ਲਈ ਦੇਸ਼ ਭਾਚ ਨੈਟਿਵ ਵੀ ਸੈਟ ਕੀਤਾ ਜਾ ਰਿਹਾ ਹੁਣ ਲੜਾਈਆਂ ਸਿਰਫ ਸੜਕਾਂ ਤੱਕ ਨਹੀਂ ਰਹਿ ਗਈਆਂ ਇਹ ਲੜਾਈਆਂ ਤੁਹਾਨੂੰ ਇੰਟਰਨੈਟ ਦੇ ਉੱਪਰ ਲੜਨੀਆਂ ਪੈਣਗੀਆਂ ਜੀ ਬਿਲਕੁਲ ਤਾਂ ਅਸੀਂ ਵੀ ਇਹ ਕਹਿੰਦੇ ਆ ਕਿ ਪੰਜਾਬ ਦੇ ਕੁਝ ਮੁੰਡੇ ਜਿਹੜੇ ਸੋਸ਼ਲ ਮੀਡੀਆ ਐਕਸਪਰਟ ਨੇ ਜਿਹੜੇ ਜਾਣਦੇ ਨੇ ਹਿੰਦੀ ਵਧੀਆ ਬੋਲਦੇ ਨੇ ਜੇ ਨੂੰ ਟੈਕਨਿਕਲ ਕੁਝ ਵੀ ਪਤਾ ਤਾਂ ਉਹ ਵੀ ਅਜਿਹੀਆਂ ਚੀਜ਼ ਜਿਹੜੀਆਂ ਫੇਕ ਨਿਊਜ਼ ਜਾਣਬੁੱਝ ਕੇ ਨੈਸ਼ਨਲ ਮੀਡੀਆ ਹੋਵੇ ਜਾਂ ਆਈਟੀ ਸੈੱਲ ਵਾਲੇ ਹੋਣ ਉਹ ਫਲਾ ਰਹੇ ਤੇ ਉਹਨਾਂ ਦੇ ਲਈ ਆਪਣੀਆਂ ਟੀਮਾਂ ਨਾਲ ਕੰਮ ਕਰਨ ਉਹ ਹੂੰ ਇਹ ਲੜਾਈ ਹੁਣ ਜੇਕਰ ਕਿਸਾਨ ਲੜ ਰਹੇ ਨੇ ਹੱਦਾਂ ਦੇ ਉੱਪਰ ਹੂੰ ਬਾਰਡਰਾਂ ਦੇ ਉੱਪਰ ਜੇਕਰ ਕਿਸਾਨ ਸੰਘਰਸ਼ ਕਰ ਰਹੇ ਆ ਉਹਨਾਂ ਦੇ ਉੱਪਰ ਆਸੂ ਗੈਸ ਦੇ ਗੋਲੇ ਵੀ ਆ ਰਹੇ ਆ ਪਾਣੀ ਦੀਆਂ ਬਾਛੜਾਂ ਵੀ ਆ ਰਹੀਆਂ ਤੇ ਗੋਲੀਆਂ ਵੀ ਆ ਰਹੀਆਂ ਤਾਂ ਇਹ ਲੜਾਈ ਹੁਣ ਸੋਸ਼ਲ ਮੀਡੀਆ ਤੇ ਲੜਨੀ ਪਊਗੀ ਨੌਜਵਾਨਾਂ ਨੂੰ ਹੂੰ ਦੇਖੋ ਟਰੈਕਟਰ ਤੋਂ ਟਵਿੱਟਰ ਦਾ ਅਕਾਊਂਟ ਇਹਨਾਂ ਨੇ ਵਿਦਹੈਲਡ ਕਰਤਾ ਦੋ ਦੋ ਪਤਾ ਨਹੀਂ ਕਿੰਨਾ ਅਕਾਊਂਟ ਬੰਦ ਕਰਦੇ ਉਹਨਾਂ ਦੇ ਹਾਂ ਮਤਲਬ ਜੇ ਹੁਣ ਉਹ ਨੇਟਿਵ ਸੈੱਟ ਕਰ ਰਹੇ ਦੂਸਰੇ ਪਾਸੇ ਆਈਟੀ ਸੈੱਲ ਵਾਲੇ ਹਾਂ ਤਾਂ ਉਸ ਨੇਟਿਵ ਨੂੰ ਤੋੜਨ ਦੇ ਲਈ ਤੇ ਅਸਲ ਪੱਖ ਪੇਸ਼ ਕਰਨ ਦੇ ਲਈ ਆਪਣੇ ਕੋਲੇ ਟੀਮਾਂ ਹੋਣੀਆਂ ਜ਼ਰੂਰੀ ਆ ਹਾਂ ਬਿਲਕੁਲ ਤਾਂ ਅਸੀਂ ਵੀ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਐਕਟਿਵ ਨੇ ਉਹ ਜ਼ਰੂਰ ਇੱਕ ਹੋਰ ਵੀ ਅਪੀਲ ਆ ਵੀ ਉੱਥੇ ਧਰਨੇ ਦੇ ਵਿੱਚ ਸ਼ਰਾਰਤ ਹੁੱਲੜਬਾਜੀ ਤੋਂ ਬਚਿਆ ਜਾਵੇ ਜਿਹੜਾ ਕੱਲ ਇੱਕ ਪੱਤਰਕਾਰ ਦੇ ਨਾਲ ਸੀਰੀਅਸ ਆ ਪੱਤਰਕਾਰ ਉਹ ਏਐਨਆਈ ਦਾ ਤੇ ਉਹੋ ਜੀ ਚੀਜ਼ ਦੀ ਕਿਸਾਨ ਆਗੂਆਂ ਨੇ ਵੀ ਮਾਫੀ ਮੰਗੀ ਹੈ ਤੇ ਉਹੋ ਜੀ ਚੀਜ਼ ਦਾ ਮਤਲਬ ਸੋਨੂ ਸ਼ਾਇਦ ਇਹ ਨਹੀਂ ਪਤਾ ਬਹੁਤ ਲੋਕਾਂ ਨੂੰ ਪਤਾ ਹੋਊ ਕੰਨਾਂ ਨੂੰ ਨਹੀਂ ਪਤਾ ਵੀ ਮੀਡੀਆ ਦੇ ਦਰਗੇ ਇਹਨਾਂ ਦੀ ਖਬਰ ਕਿੱਥੇ ਕਿੱਥੇ ਜਾ ਰਹੀ ਹੈ ਬਿਲਕੁਲ ਦੇਸ਼ ਦੇ ਕਿਹੜੇ ਕਿਹੜੇ ਕੋਨੇ ਦੇ ਵਿੱਚ ਜਾਂ ਦੁਨੀਆ ਦੇ ਕਿਹੜੇ ਕਿਹੜੇ ਕੋਨੇ ਦੇ ਵਿੱਚ ਜਾ ਰਹੀ ਹੈ ਤੇ ਮੈਂ ਸ਼ੁਰੂਆਤ ਚ ਗੱਲ ਜ਼ਿਕਰ ਕੀਤਾ ਨਾ ਕਿ ਤੁਸੀਂ ਇਹ ਨਾ ਸਮਝੋ ਕਿ ਇੱਥੇ ਵਿਊਆਂ ਦੀ ਰਿਆ ਰਿਹਾ ਸਿਰਫ ਤੁਹਾਡੀ ਖਬਰ ਦੇ ਲਈ ਹੂੰ ਮਤਲਬ ਕਿ ਜੇ ਆਪਾਂ ਇਹ ਖਬਰਾਂ ਪਾ ਰਹੇ ਆ ਇਹ ਆਸੂ ਗੈਸ ਦੇ ਗੋਲੇ ਚੱਲਦੇ ਦਿਖਾ ਰਹੇ ਆ ਤੇ ਆਪਣੇ ਪੇਜ ਵੀ ਨਿਸ਼ਾਨੇ ਤੇ ਨੇ ਹਾਂ ਹਾਂ ਬਿਲਕੁਲ 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 ਕੀ ਸਰਕਾਰ ਕਦੋਂ ਵੀ ਕੁਝ ਵੀ ਕਹਿ ਕੇ ਇਹਨਾਂ ਨੂੰ ਬੰਦ ਕਰ ਸਕਦੀ ਹੈ ਹੂੰ ਮਤਲਬ ਬਸ ਸੱਸੀ ਡਿਊਟੀ ਨਿਭਾ ਰਹੇ ਆ ਤਾਂ ਲੜਾਈਆਂ ਹਰੇਕ ਪੱਖ ਤੋਂ ਹੁੰਦੀਆਂ ਜੇ ਕੋਈ ਵੀ ਲੜਾਈ ਹੈ ਨਾ ਤਾਂ ਕੱਲੀ ਡਾਂਗਾ ਸੋਟਿਆਂ ਦੇ ਨਾਲ ਨਹੀਂ ਉਹ ਨੀਤੀ ਦੇ ਨਾਲ ਉਹ ਪ੍ਰਚਾਰ ਦੇ ਨਾਲ ਵੀ ਜਿੰਨੀ ਪੈਂਦੀ ਆ ਜੀ ਤਾਂ ਹੀ ਲੜਾਈਆਂ ਹੁਣ ਸ਼ੁਰੂ ਹੋ ਗਈਆਂ ਪੰਜਾਬ ਦੇ ਵੱਲੋਂ ਤੇ ਹੁਣ ਪੰਜਾਬ ਨੂੰ ਕਿੰਨਾ ਸਾਥ ਮਿਲਦਾ ਹਰਿਆਣਾ ਦਾ ਪੂਰਾ ਨਾਲ ਆ ਪਰ ਮਹਾਰਾਸ਼ਟਰ ਦੇ ਕਿਸਾਨ ਹੁਣ ਉੱਤਰ ਪ੍ਰਦੇਸ਼ ਦੇ ਬਿਹਾਰ ਦੇ ਜਾਂ ਦੱਖਣ ਤੋਂ ਜਾਂ ਚੜ੍ਹਦੇ ਵਾਲੇ ਪਾਸੇ ਹੋਰ ਉਹ ਕਿੰਨੇ ਸ਼ਾਮਲ ਹੁੰਦੇ ਇਸ ਚ ਇਹ ਵੇਖਣ ਵਾਲਾ ਹੋਊਗਾ ਹੂੰ ਕਿਉਂਕਿ ਕਾਫਲਾ ਜਿੰਨਾ ਵੱਡਾ ਹੁੰਦਾ ਜਾਊਗਾ ਦਬਾਅ ਉਹਨੇ ਹੀ ਬਣਦਾ ਜਾਣਾ ਹੂੰ ਬਿਲਕੁਲ ਪਰ ਅੱਜ ਦੀ ਮੀਟਿੰਗ ਤੇ ਬਹੁਤ ਕੁਝ ਨਿਰਪਰ ਕਰ ਰਿਆ ਹੂੰ ਪਰ ਜਿਹੜੀ ਸਭ ਤੋਂ ਵੱਡੀ ਮੰਗ ਹੈ ਐਮਐਸਪੀ ਦੀ ਤੇ ਕੇਂਦਰ ਸਰਕਾਰ ਉਹ ਕਿੱਥੋਂ ਚੱਲਦੀ ਆ ਹੂੰ ਕਿਹੜੇ ਵੱਡੀਆਂ ਕੰਪਨੀਆਂ ਇੰਟਰਨੈਸ਼ਨਲ ਕੰਪਨੀਆਂ ਚਲਾ ਰਹੀਆਂ ਹੂੰ ਕਿਹੜਾ ਵਰਲਡ ਟ੍ਰੇਡ ਤੋਂ ਚਲਾ ਰਿਆ ਉਹਨੇ ਤਾਂ ਉਥੋਂ ਚੱਲਣਾ ਬਾਕੀ ਇੱਕ ਹੋਰ ਵੀ ਹੈ ਤੂੰ ਇਹ ਦੇਖ ਵਿਰਤ ਕਾਲਰ 마스크 ਕੀ ਉਹ ਕੋਵਿਡ ਵਾਲੀ ਸ਼ੀਲਡ ਜੀ ਕੀ ਸਾਰਾ ਸਮਾਨ ਉੱਥੇ ਪਹੁੰਚਣ ਲੱਗੇ ਬਾਲਾ ਟਾਈਮ ਨਹੀਂ ਟਿਕਣ ਦੇਣਾ ਇਹਨਾਂ ਨੇ ਉਹ ਵੀ ਦੇ ਗੋਲੇ ਜੇ ਨਿਬੜ ਜਾਣੇ ਗੋਲੇ ਦੇਖੋ 13 ਸ਼ਾਮ ਨੂੰ ਥੋੜਾ ਜਿਹਾ ਮਾਹੌਲ ਮਤਲਬ ਉਦੋਂ ਰੋਟੀ ਪਾਈ ਦਾ ਔਖਾ ਸੀ ਕਿਉਂਕਿ ਕਿਸਾਨ 3:30-4 ਵਜੇ ਪਹੁੰਚੇ ਸੀ ਉਹਨਾਂ ਕੋਲ ਉਹਨੇ ਪ੍ਰਬੰਧ ਨਹੀਂ ਹੋਏ ਥੋੜਾ ਜਿਹਾ ਉਦੋਂ ਮਤਲਬ ਹੈ ਨਹੀਂ ਸੀ ਨਾ ਰਾਤ ਨੂੰ ਆ ਗਿਆ ਸੀ 10:30 ਨੂੰ ਲੰਗਰ ਆ ਗਿਆ ਸੀ ਉਹ ਲੱਗੇ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ 14 ਦੇ ਤੋਂ ਲੈ ਕੇ 14 ਸ਼ਾਮ ਤੱਕ ਲੋਕਾਂ ਨੇ ਲੰਗਰ ਇੰਨਾ ਆ ਗਿਆ ਕਿ ਮਤਲਬ ਕਿਸਾਨਾਂ ਨੂੰ ਰੋਟੀ ਪਕਾਉਣ ਦੀ ਲੋੜ ਨਹੀਂ ਪਈ। ਹੂੰ। ਮਤਲਬ ਇਹੀ ਹੁਣ ਤਾਂ ਹੋਰ ਦੁਕਾਨਾਂ ਦੁਬੰਨਾ ਵੀ ਪਹੁੰਚਣ ਲੱਗ ਗੀਆਂ ਬੋਰੀਆਂ, ਮਾਸਕ, ਬੋਰੀਆਂ, ਜਿਸਤਾਨੇ, ਪਾਣੀ ਹਰੇਕ ਚੀਜ਼ ਆ ਰਹੀ ਹੈ। ਹਾਂ। ਮਤਲਬ ਕਿ ਇਹੀ ਚੀਜ਼ ਆ ਜਿਹੜੀ ਸਿੱਖਾਂ ਨੂੰ ਆਪਸ ਚ ਜੋੜੀ ਬੈਠੀ ਆ ਜਾਂ ਸਾਡੇ ਗੁਰੂਆਂ ਨੇ ਜੋ ਲੰਗਰ ਸ਼ੁਰੂ ਕੀਤਾ ਹੂੰ ਉਹ ਇੱਕ ਜਰੀਆ ਸਾਨੂੰ ਆਪਸ ਜੋੜ ਕੇ ਰੱਖਣ ਦਾ। ਹੂੰ। ਜਿਵੇਂ ਪਤਾ ਲੱਗਦਾ ਹੈ ਕਿ ਬਈ ਕਿਸਾਨ ਇੱਥੇ ਬੈਠ ਗਏ ਤੇ ਆਸੇ ਪਿੰਡਾਂ ਪਾਸੇ ਦੇ ਪਿੰਡਾਂ ਦੇ ਵਿੱਚ ਹੋਗੇ ਵੱਜਣ ਸ਼ੁਰੂ ਹੋਗੇ ਕਿ ਭਾਈ ਚਲੋ ਉੱਥੇ ਲੰਗਰ ਲੈ ਕੇ ਕਰਗੇ ਕੋਈ ਪਾਣੀ ਪੂਣੀ ਦਾ ਪ੍ਰਬੰਧ ਆਪਾਂ ਤੇ ਇਹ ਹੀ ਚੀਜ਼ ਆ ਸਾਡੀ ਲੈਕਸੀ ਆ ਹਮ ਸਾਡਾ ਧਰਮ ਆ ਸਾਨੂੰ ਨਾਲ ਚੱਲਦੇ ਰਹਿ ਤੋ ਉਸ ਸਪੋਰਟ ਆ ਮੈਨੂੰ ਐਂ ਲੱਗ ਰਿਹਾ ਸੀ ਕੱਲ ਸੀਨ ਵੀ ਜੇ ਇਹਨਾਂ ਨੂੰ ਬੈਟ ਫੜਾਤੇ ਤਾਂ ਸਾਰਿਆਂ ਨੇ ਉਹਨੇ ਬੈਟ ਲੈ ਕੇ ਖੜ ਜਾਣਾ ਤੇ ਗੋਲੇ ਜਿਹੀ ਪੱਥੀ ਨਹੀਂ ਲੱਗਣੇ ਕਿੱਧਰ ਨੂੰ ਜਾਣਾ ਸਾਰਿਆਂ ਨੂੰ ਜੇ ਉਮੀ ਉਮੀ ਫੜਾਤੇ ਹਾਂ ਕਰੇ ਇਸ ਅਗਵੰਤ بیسਬਾਲ ਬੈਟ ਫੜਾ ਤੇ ਜਾਂ ਦੂਜੇ ਬੜਾ ਤੇ ਪਤਾ ਹੀ ਨਹੀਂ ਲੱਗਣਾ ਗੋਲੇ ਦੇ ਕਿੱਧਰ ਨੂੰ ਜਾਣੇ ਆ ਕੱਲ ਵੀ ਮੁੰਡੇ ਨਿਸ਼ਾਨੇ ਲਾ ਰਹੇ ਸੀ ਕੱਲ ਲਾ ਰਹੇ ਸੀ ਡੰਗਾਈਆਂ ਨਾਲ ਆ ਸੋਟੀਆਂ ਨਾਲ ਹਨਾ ਤੇ ਪਤਾ ਹੀ ਨਹੀਂ ਲੱਗਣਾ ਵੀ ਕੀ ਹੋਣਾ ਕੀ ਨਹੀਂ ਉੱਥੇ ਕੀ ਗੇੜਮਾਨੀ ਆ ਹਾਂ ਪਰ ਜੇ ਉਧਰੋਂ ਥੋੜਾ ਸੇਫ ਰਹਿੰਦਾ ਜੇ ਉਹ ਬੁਲਟ ਫਾਇਰ ਕਰ ਰਿਹਾ ਐਸਆਰ ਦੀ ਉਹ ਦੱਸ ਰਹੇ ਹੋ ਉਹ ਦਿਖਾ ਗਿਆਂ ਵੀ ਇੱਕ ਸਾਡਾ ਆਗੂਆਂ ਨੇ ਹਾਂ ਹਾਂ ਤਸਵੀਰਾਂ ਵੀ ਹੈਗੀਆਂ ਤਾਂ ਉਹ ਗਲਤ ਹੋ ਰਿਹਾ ਮਤਲਬ ਕਿ ਇਹ ਥੋੜੀ ਕਿ ਤੁਸੀਂ ਐਲਓਸੀ ਤੇ ਫਾਇਰਿੰਗ ਕਰ ਰਹੇ ਹੋ ਫਾਇਰਿੰਗ ਤਾਂ ਇੱਥੇ ਵੀ ਹੋਈ ਹੈ ਆਪਣੇ ਫਾਇਰਿੰਗ ਹੋਇਆ ਸ਼ਰਲੇ ਵਿੱਚ ਦੀ ਨੰਗੇ ਹਾਂ ਹੂੰ 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 ਮਤਲਬ ਇਹ ਤਾਂ ਹੱਦ ਆਣਾ ਫਿਰ ਹੂੰ ਪਰ ਜਵਾਬ ਦੇ ਤਾਂ ਤੁਹਾਨੂੰ ਦੇਣੀ ਪਊਗੀ ਹੂੰ ਹੁਣ ਤੁਸੀਂ ਸੜਕਾਂ ਪੱਟੀਆਂ ਬੈਰੀਕੇਡ ਲਾਏ ਇਹ ਸਭ ਕੁਝ ਖਰਚ ਹੋ ਰਿਹਾ ਪੱਤਰਕਾਰਾਂ ਦੇ ਸੱਟਾਂ ਬਣੀਆਂ ਸ਼ੰਭੂ ਹਾਂ ਕੈਮਰਾਮੈਨ ਨੀਲ ਭਲੇਂਦਰ ਨੇ ਸੀਨੀਅਰ ਪੱਤਰਕਾਰ ਹੈ ਹਾਂ ਕੈਮਰਾਮੈਨ ਸੀਗਾ ਉਹ ਮੈਂ ਉਹ ਉਹ ਵਜਿਆ ਹਾਂ ਇੱਥੇ ਸਾਰਾ ਕੁਝ ਬੋਲੀ ਗਈ ਹੈ ਮਤਲਬ ਇੱਕ ਹੋਰ ਮੁੰਡਾ ਡਿੱਗ ਪਿਆ ਸੀ ਤੋਂ ਉਹਨਾਂ ਲੱਗਿਆ ਸੀ ਦਾ ਗੋਲਾ ਤੇ ਉਹ ਵੀ ਡਿੱਗ ਪਿਆ ਸੀ ਇੱਕ ਚੈਨਲ ਦਾ ਹੂੰ ਤਾਂ ਹਾਲਾਤ ਸਾਬਦ ਦੇ ਲਈ ਔਖੇ ਆ ਜਿਹੜਾ ਕਵਰੇਜ ਕਰ ਰਿਹਾ ਜਾਂ ਜਿਹੜੇ ਕਿਸਾਨ ਲੜ ਰਹੇ ਅੱਗੇ ਹਾਲਾਤ ਉਹਨਾਂ ਲਈ ਔਖੇ ਆ ਪਰ ਜੇਕਰ ਪਿੱਛੋਂ ਸਪੋਰਟ ਹੈਗੀ ਤਾਂ ਉਹਨਾਂ ਲਈ ਸੌਖਾ ਹੋ ਜਾਂਦਾ ਹੂੰ ਕਿਉਂਕਿ ਹੁਣ ਬੋਰੀਆਂ ਲੈ ਕੇ ਆਏ ਜਾਂ ਨਵੀਆਂ ਨਵੀਆਂ ਸਕੀਮਾਂ ਪਤੰਗ ਵਾਲੀ ਹੋ ਗਈ ਹੂੰ ਕਈ ਗਲੇਲਾਂ ਵੀ ਤਿਆਰ ਕਰ ਰਹੇ ਆ ਹੂੰ ਪਰ ਇਹਦੇ ਵਿੱਚ ਸ਼ਰਾਸਤੀ ਅਨਸਰ ਆਪਾਂ ਕੱਲ ਦੇਖਿਆ ਕਿ ਜਦੋਂ ਸਾਰੇ ਸ਼ਾਂਤ ਹੁੰਦੇ ਸੀ ਤਾਂ ਉਹ ਤੋਂ ਡੜਾ ਛੱਡ ਦਿੰਦੇ ਸੀ ਤੋਂ ਡੜਾ ਮਾਰਦੇ ਵਿੱਚ ਸ਼ਰਾਰਤੀ ਅੰਸਰ ਆ ਉਹਨਾਂ ਤੋਂ ਬਚਣ ਦੀ ਲੋੜ ਆ ਹੂੰ ਤੇ ਕਿਸਾਨ ਆਗੂਆਂ ਵੱਲੋਂ ਵੀ ਅਜਿਹੇ ਲੋਕਾਂ ਨੂੰ ਵੈਰੀਫਾਈ ਕੀਤਾ ਜਾਵੇ ਜਾਂ ਜਿਹੜੇ ਉਹਨਾਂ ਦੀਆਂ ਬਲਾਕਾਂ ਦੇ ਲੋਕ ਆਏ ਆ ਉਹ ਵੀ ਕਿਉਂਕਿ ਉਹਨੂੰ ਪਤਾ ਨਜੇ ਮਸੀਂ ਮੱਲਾ ਇਸ ਬਲਾਕ ਦੇ ਆੜੇ ਆਸ-ਪਾਸ ਦੇ ਆ ਪਿੰਡਾਂ ਦੇ ਦੋ ਚਾਰ ਬੰਦੇ ਆ ਉਹਨਾਂ ਦੇ ਟਰਾਲੀਆਂ 'ਚ ਕੌਣ ਆ ਰਿਹਾ ਉੱਥੋਂ ਕੋਈ ਕੌਣ ਫਿਰਦਾ ਹੋਰ ਹੂੰ ਹੂੰ ਜੋ ਇੱਕ ਮੁਲਾਜ਼ਮ ਫੜਿਆ ਉਹਨੇ ਸੀ ਆਈਡੀ ਵਾਲਾ ਹਰਿਆਣੇ ਦੇ ਵੱਲੋਂ ਤੇ ਉਹਨੂੰ ਅਲੱਗ-ਅਲੱਗ ਥਾਵਾਂ ਤੋਂ ਫੋਨ ਆ ਰਹੇ ਸੀ ਡੱਬ ਵਾਲੀ ਤੋਂ ਵੀ ਆ ਰਹੇ ਸੀ ਹਿਸਾਰ ਤੋਂ ਵੀ ਆ ਰਹੇ ਸੀ ਤਿਉ ਜਿੰਨੇ ਉੱਥੇ ਕਿਸਾਨ ਫਿਰਦੇ ਸੀ ਉਹਨਾਂ ਦੀਆਂ ਗੱਡੀਆਂ ਦੇ ਨੰਬਰ ਉਹਨਾਂ ਦੇ ਨਾਮ ਟਰੈਕਟਰ ਟਰਾਲੀਆਂ ਦੇ ਜਿਹੜੇ ਕਿੰਨੀਆਂ ਆਈਆਂ ਤੇ ਟਰੈਕਟਰ ਦਾ ਨੰਬਰ ਕੀ ਆ ਉਸ ਸਾਰੇ ਨੋਟ ਕੀਤੇ ਜਾ ਰਹੇ ਸੀ ਹੂੰ ਤੇ ਉਹ ਡਰੋਨ ਜ਼ਰੀਏ ਤਸਵੀਰਾਂ ਖਿੱਚੀਆਂ ਜਾ ਰਹੀਆਂ ਹੂੰ ਮਤਲਬ ਕਿ ਸਰਕਾਰ ਉੱਥੇ ਵੀ ਅਨਾਊਂਸਮੈਂਟ ਕੀਤੀ ਜਾ ਰਹੀ ਸੀ ਕਿ ਤੁਹਾਡੇ ਪਰਚੇ ਹੋਣਗੇ ਹੂੰ ਫੇ ਜਿਹੜਾ ਇੱਕ ਟਰੈਕਟਰ ਗਿਆ ਖਾਸ ਤਿਉ ਜਿਹੜਾ ਇੱਕ ਮਹਿੰਦਰਾ ਟਰੈਕਟਰ ਜਦੋਂ ਕੋਸ਼ਿਸ਼ ਕੀਤੀ ਹੈ ਮੁੰਡੇ ਨੇ ਪਰਸੋਂ 13 ਸ਼ਾਮ ਨੂੰ ਮਾਝੇ ਕਣੀਗੋ ਆਇਆ ਸੀ ਹਾਂ ਹੂੰ ਉਹ ਮੁੰਡੇ ਕਿਵਾਂ ਦੀ ਕੋਸ਼ਿਸ਼ ਕੀਤੀ ਉਹਨੇ ਉੱਥੋਂ ਸਾਰ ਫਾਇਰ ਕਰਤੇ ਹੋ ਤੇ ਉਹ ਮੁੰਡੇ ਵਾਪਸ ਆ ਗਏ ਟਰੈਕਟਰ ਛੱਡ ਕੇ ਕਿਉਂਕਿ ਧੂਆਂ ਇੰਨਾ ਹੋ ਗਿਆ ਸੀ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਜਾਂ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਨੇ ਉਹ ਟਰੈਕਟਰ ਦਾ ਕੀ ਹਾਲ ਕੀਤਾ ਹੂੰ ਚਾਹੇ ਟਾਇਰਾਂ 'ਚ ਹਵਾ ਕੱਢਤੀ ਹੂੰ ਉਹਦੀਆਂ ਡੀਜ਼ਲ ਪਾਈਪਸ ਹੀ ਉਹ ਪਾੜਤੀ ਕਿੰਨਾ ਡੀਜ਼ਲ ਸਾਰਾ ਡੁੱਲ ਗਿਆ ਫਿਲਟਰ ਫਿਲਟਰ 'ਚ ਹੋਰ ਨੁਕਸਾਨ ਤੇ ਮਤਲਬ ਕਿ ਤੁਸੀਂ ਗੁੰਡੇ ਥੋੜੀਓ ਯਾਰ ਹੂੰ ਤੁਸੀਂ ਤਾਂ ਇੱਥੇ ਲੋਕਾਂ ਨੂੰ ਟਕਾਉਣ ਦੇ ਲਈ ਆਏ ਹੋ ਬਿਠਾਉਣ ਦੇ ਲਈ ਆਏ ਹੋ ਕਿ ਨਾ ਰਹਿਣਾ ਕਰੋ ਪਰ ਤੁਸੀਂ ਇਹ ਜਨ ਕਰਕੇ ਇਹ ਦਾਵਾ ਕਰ ਰਹੇ ਹਾਂ ਜੇ ਪੇਸ਼ ਕਰ ਰਹੇ ਹਾਂ ਕਿ ਹਾਂ ਅਸੀਂ ਹਿੰਸਾ ਤੁਹਾਡੇ ਨਾਲ ਵੱਡੇ ਹੂੰ ਤੁਹਾਡੇ ਨਾਲ ਵੱਡੀ ਹਿੰਸਾ ਸੀ ਕਰ ਰਹੇ ਹਾਂ ਆ ਦੇਖੋ ਤੁਹਾਡਾ ਡਾਕਟਰ ਆਇਆ ਤੇ ਅਸੀਂ ਉਹਨੂੰ ਨੁਕਸਾਨ ਕਰਤਾ ਹੂੰ ਤੇ ਇਧਰੋਂ ਆ ਜਿਹੜੇ ਕਿਸਾਨ ਨੇ ਉਹ ਕਹਿ ਰਿਹਾ ਬਾਈ ਤੁਸੀਂ ਪਾਸੇ ਹੋ ਜਾਓ ਯਾਰ ਤੁਹਾਡਾ ਨੁਕਸਾਨ ਅਸੀਂ ਨਹੀਂ ਕਰਨਾ ਹੂੰ ਰੋਟੀ ਪਾਣੀ ਛਕਣੇ ਦੱਸੋ ਯਾਰ ਹੂੰ ਇਹ ਤਾਂ ਐ ਕਹਿ ਰਿਹਾ ਤੁਸੀਂ ਉਹਨਾਂ ਦੇ ਵਿਕਲਾਂ ਨੁਕਸਾਨ ਕਰ ਰਹੇ ਹੋ ਹੂੰ ਤੇ ਦੂਸਰੇ ਪਾਸੇ ਇੱਕ ਹੋਰ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਕੀ ਜਾਣਬੁੱਝ ਕੇ ਹਰਿਆਣਾ ਤੋਂ ਲੈ ਕੇ ਦਿੱਲੀ ਤੱਕ ਖੜਕਾਂ ਦੇ ਉੱਪਰ ਅਜਿਹੇ ਵਹੀਕਲ ਖੜੇ ਕੀਤੇ ਜਾ ਰਿਹਾ ਇਹ ਟੁੱਟੇ ਭੱਜੇ ਜਾਂ ਪੁਰਾਣੇ ਵਹੀਕਲਾ ਕੀ ਜਦੋਂ ਕਿਸਾਨ ਅੱਗੇ ਵਧਣਗੇ ਤਾਂ ਇਨਾਂ ਕਿਸਾਨਾਂ ਵਿੱਚ ਕੁਝ ਅਸੀਂ ਸ਼ਰਾਤ ਤੇ ਅੰਸਰ ਵਾੜ ਕੇ ਜਿਵੇਂ ਅੱਗੇ ਵਧੇ ਇਨਾਂ ਵਹੀਕਲਾਂ ਸੀ ਅੱਗ ਲਵਾ ਦਾਂਗੇ ਹਾਂ ਤੇ ਮਾਹੌਲ ਖਾਵਾਂਗੇ ਦੇਖੋ ਜੀ ਹਿੰਸਾ ਕਰ ਰਿਹਾ ਹੈ ਮਤਲਬ ਕਿ ਸਟੇਟ ਸਟੇਟ ਅਕਸਾਰ ਆ ਕਿ ਸਾਨੂੰ ਤੁਸੀਂ ਹਿੰਸਾ ਕਰੋ ਪਰ ਕਿਸਾਨ ਕਹਿੰਦੇ ਨਹੀਂ ਅਸੀਂ ਹਿੰਸਾ ਨਹੀਂ ਕਰਨੀ ਦਾ ਸਟੇਟ ਹਰ ਤਰੀਕੇ ਨਾਲ ਕੰਮ ਕਰਦਾ ਹਮ ਆਪਾਂ ਤਾਂ ਆਪ ਹੀ ਹੁਣ ਦੇਖ ਲਿਆ ਨਾ ਸਾਰੇ ਸਾਹਮਣੇ ਤਸਵੀਰਾਂ ਆ ਰਹੀਆਂ ਹੁਣ ਜੀ ਕਿ ਸਟੇਟ ਹਰ ਪਾਸਿਓ ਉਹ ਸੋਸ਼ਲ ਮੀਡੀਆ ਹੋਵੇ ਉਹ ਗਰਾਉਂਡ ਜ਼ੀਰੋ ਹੋਵੇ ਲੋਕਾਂ ਨੂੰ ਭੜਕਾਉਣਾ ਹੋਵੇ ਲੋਕਾਂ ਨੂੰ ਗਮਰਾਹ ਕਰਨਾ ਹੋਵੇ ਹਰੇਕ ਪਾਸਿਓ ਹਮ ਉਹ ਲੋਕਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਗਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਵੀ ਹੁਣ ਵੱਡੀ ਗਿਣਤੀ ਤੈਨਾਤ ਕੀਤੀ ਜਾ ਰਹੀ ਹੈ ਐਂਟੀ ਰਾਈਟ ਪੁਲਿਸ ਵੀ ਪਾ ਦੇਖਿਆ ਖੌਲ ਵਿੱਚ ਖੜੀ ਹੋਈ ਸੀ ਕਿ ਹਾਲਾਤ ਨਾ ਵਿਗੜਨ ਤਨਾਤ ਕੀਤੀ ਜਾ ਰਹੀ ਆ ਜੀ ਪਰ ਅਸੀਂ ਤਾਂ ਇਹੀ ਅਪੀਲ ਕਰਦੇ ਆ ਕਿ ਮਾਹੌਲ ਸ਼ਾਂਤ ਰਹੇ ਜੀ ਅਜਾਇਆ ਕੁਝ ਵੀ ਨਾ ਹੋਵੇ ਤੇ ਦੂਸਰੇ ਪਾਸੇ ਇੱਕ ਸਟੋਰੀ ਕੀਤੀ ਸੀ ਦਾ ਕਾਰਬਨ ਨਿਮਲ ਦਾ ਹੂੰ ਕਿਸਾਨਾਂ ਨੂੰ ਲਿੱਖ ਕੀਤੀ ਸੀ ਉਹ ਵੀ ਇਹਨਾਂ ਨੇ ਹਟਾਤੀ ਸੀ ਹੂੰ ਸੋਸ਼ਲ ਮੀਡੀਆ ਤੋਂ ਤੇ ਅੱਜ ਇੱਕ ਖਬਰ ਆਈ ਆ ਇੰਡੀਅਨ ਐਕਸਪ੍ਰੈਸ ਦੀ ਖਬਰ ਆ ਕਿ ਉਹਨਾਂ ਲਿਆਂਦਾ ਕਿ ਟਰੱਕ ਦੇ ਉੱਤੇ ਲੱਗਿਆ ਇੱਕ ਟੋਕਰ ਆਇਆ ਵੱਡਾ ਸਾਰਾ ਪਲਾਸਟਿਕ ਦਾ ਬਣਿਆ ਹੋਇਆ ਲੋਹੇ ਦਾ ਬਣਿਆ ਉੱਚੋ ਵਾਸ਼ ਢਣਗੇ ਹੂੰ ਸਾਊਂਡ ਇਕੋ ਸਾਊਂਡ ਕੀ ਕਿਸਾਨ ਸੁਣ ਨਾ ਸਕਣ ਹੂੰ ਇੱਕ ਦੂਜੇ ਨਾਲ ਸਿੱਕ ਤਾਂ ਕਿ ਚੌਂਦੀ ਆਵਾਜ਼ ਇੰਨੀ ਕਰ ਦੇਣਗੇ ਕਿ ਉਹਨਾਂ ਦੇ ਕੰਨ ਭੱਟਣ ਲੱਗ ਜਾਣਗੇ ਹੂੰ ਜਦੋਂ ਕਦੀ ਸਪੀਕਰ ਚੱਲਦੇ ਨੇ ਤੇ ਉਹ ਸੁਰਜੀ ਹੋਣ ਲੱਗ ਜਾਂਦੇ ਉਹ ਚੀਕਾਂ ਮਾਰਦਾ ਹੁੰਦਾ ਤੋ ਆਪਾਂ ਕੰਨਾਂ ਚੁੰਗਾ ਦਿੰਨੇ ਆ ਕਿ ਆ ਨਹੀਂ ਸੁਣਨਾ ਯਾਰ ਹੂੰ ਤੋ ਤੁਹਾਡੀ ਇੱਕ ਹੱਦ ਹੁੰਦੀ ਆ ਸ਼ਾਇਦ 20000 ਮੈਗਾਵਾਟ ਹੁੰਦਾ ਇੰਨੀ 20000 ਕੁਝ ਹੁੰਦੀ ਆ ਉੱਥੇ ਤੱਕ ਸੁਣ ਸਕਦਾ ਇਨਸਾਨ ਉਸ ਤੋਂ ਵੱਧ ਫੇਰ ਉਹ ਪਰੇਸ਼ਾਨ ਹੁੰਦਾ ਤੇ ਹੁਣ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਉਹ ਵੀ ਲੈਂਦੇ ਜਾ ਰਹੇ ਆ। ਹਮ ਸ਼ੰਭੂ ਦੇ ਕੋਲ ਤਸਵੀਰ ਆਈ ਆ। ਆਵਾਜ਼ ਹਾਰਡ ਸਜ ਹੁੰਦੀ ਆ। ਮੈਗਾਟ ਸਬਿਜਲੀ ਹੁੰਦੀ ਆ। ਹਾਰਡ ਸਜ ਹੁੰਦੀ ਆ। ਹਮ ਚਲੋ ਉਹ ਕਰ ਲੈਣ ਦੋ। ਕਰਨ ਦੋ ਜੋ ਕੁਝ ਕਰਦੇ ਆ। ਕਿਸ ਤਰੀਕੇ ਦੇ ਨਾਲ ਚੀਜ਼ਾਂ ਕਰ ਰਹੇ ਹੋ? ਹਮ ਹੁਣ ਮੀਟਿੰਗ ਆ। ਹੁਣ ਇੱਕ ਪਾਸੇ ਤਾਂ ਮੀਟਿੰਗ ਹੋ ਰਹੀ ਵਧੀਆ ਗੱਲਾਂ ਚਲੋ। ਸ਼ੁਕਰ ਆ ਕਿ ਹਰੇਕ ਚੀਜ਼ ਦਾ ਹੱਲ ਤਾਂ ਨਿਕਲਣਾ ਆਨ ਟੇਬਲ ਆ ਕੇ। ਜੀ। ਜਿੰਨਾ ਚਿਰ ਤੁਸੀਂ ਇਹ ਮੇਜ਼ ਤੇ ਨਹੀਂ ਬਹਿੰਦੇ ਨਾ ਉਹਦਾ ਹੱਲ ਨਹੀਂ ਨਿਕਲਦਾ। ਇਹ ਤਾਂ ਹੈਗਾ ਹੀ ਆ। ਹੁਣ ਇਸ ਮੀਟਿੰਗ ਚੋਂ ਕੀ ਨਿਕਲਦਾ ਇਹ ਦੇਖਣਾ ਹਲੋਗਾ ਹਾਂਜੀ ਤਾਂ ਰਕੇਸ਼ ਟਖਤੋਰੀ ਵੀ ਉਹ ਐਸਕੀਮ ਦੇ ਵਿੱਚ ਨੇ ਹੂੰ ਤਾਂ ਉਹਨਾਂ ਦੇ ਇੱਕ ਬਿਆਨ ਆਇਆ ਮੈਂ ਦੇਖ ਲਿਆ ਨਾ ਮਾਰਾ ਉਹਨੇ ਤੇ ਉਹ ਵੀ ਸਪੋਰਟ ਕਰ ਰਹੇ ਨੇ ਹੁਣ ਜਿਵੇਂ ਸਭ ਕੁਝ ਹੋ ਰਿਹਾ ਫੇਕ ਚੀਜ਼ਾਂ ਤੋਂ ਬਚੋ ਫੇਕ ਫੇਕ ਖਬਰਾਂ ਫੇਕ ਬਹੁਤ ਬਹੁਤ ਸਾਰੀਆਂ ਚੀਜ਼ਾਂ ਨਾਲ ਹੂੰ ਜਿਹੜੇ ਅਖਬਾਰਾਂ ਤੇ ਜਾਂ ਹੋਰ ਵੈਬਸਾਈਟਾਂ ਤੇ ਤੁਸੀਂ ਭਰੋਸਾ ਕਰਦੇ ਹੋ ਉੱਥੇ ਰਹੋ ਹਣਾ ਹੂੰ ਬਹੁਤ ਸਾਰੀਆਂ ਫੀਡ ਤਾਂ ਰਿਕਵੈਸਟ ਕੀਤਾ ਉਹਦਾ ਬਿਆਨ ਆ ਗਿਆ ਕਿ ਜੇ 16 ਫਰਵਰੀ ਤੱਕ ਹੱਲ ਨਹੀਂ ਹੁੰਦਾ ਯਾਨੀ ਕਿ ਕੱਲ ਤੱਕ ਹੂੰ ਤਾਂ ਅਸੀਂ ਵੀ ਦਿੱਲੀ ਵੱਲ ਵਧਾਂਗੇ ਹੂੰ ਹੂੰ ਤੇ ਇਹ ਸਭ ਦੇ ਵਿਚਕਾਰ ਇੱਕ ਹੋਰ ਚੀਜ਼ ਵੀ ਆ ਜਿਹੜੇ ਐਨ ਆਰ ਆਈ ਆ ਹੂੰ ਕਿਤੇ ਹੁਣ ਕੇਂਦਰ ਸਰਕਾਰ ਉਹਨਾਂ ਨੂੰ ਪਰੇਸ਼ਾਨਾ ਕਰਨ ਲੱਗ ਜੇ ਜੀ ਹਾਂ ਉਹਨਾਂ ਲਈ ਵੀ ਇਹ ਅਪੀਲਾਂ ਨੇ ਕਿ ਥੋੜੀਆਂ ਜੀਆਂ ਟਿਕਟਾਂ ਦਾ ਹੁਣ ਬਹੁਤ ਬੁਰਾ ਹਾਲ ਹੋ ਗਿਆ ਹੂੰ ਜਿਹੜੇ ਸਮੇਂ ਵਿਦੇਸ਼ਾਂ ਚੋਂ ਆ ਰਹੇ ਨੇ ਤਾਂ ਉਹਨਾਂ ਲਈ ਵੀ ਥੋੜਾ ਜਿਹਾ ਔਖਾ ਹੋ ਸਕਦਾ ਕਿਉਂਕਿ ਪੰਜਾਬ 'ਚ ਤੁਸੀਂ ਬਾਈਰ ਆਉਣਾ ਥੋੜਾ ਜਿਹਾ ਔਖਾ ਕੀਤਾ ਹੋਇਆ ਸਰਕਾਰ ਨੇ ਹੂੰ ਹੂੰ ਜੇਕਰ ਤੁਸੀਂ ਬਾਈ 에ਰ ਆਉਣਾ ਤਾਂ ਠੀਕ ਹੈ ਪਰ ਉਹਦੀਆਂ ਟਿਕਟਾਂ ਬਹੁਤ ਮਹਿੰਗੀਆਂ ਹੋਣਗੀਆਂ ਹੂੰ ਕੰਪਨੀਆਂ ਦੇ ਵੱਲੋਂ ਰੇਟ ਵਧਾ ਦਿੱਤੇ ਗਏ ਨੇ ਤੇ ਲਗਾਤਾਰ ਉਹ ਟਿਕਟਾਂ ਬੁੱਕ ਹੋ ਰਹੀਆਂ ਤੇ ਉਹਦੇ ਨਾਲ ਕੰਪਨੀਆਂ ਨੂੰ ਫਾਇਦਾ ਕਿ ਅਸੀਂ ਹੁਣ ਪੈਸੇ ਕਮਾ ਲਈਏ ਹੂੰ ਦੂਸਰੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰੀ ਵਾਲਾ ਹੋਰਾਂ ਨੂੰ ਸੰਮਣ ਆ ਗਿਆ ਜੀ ਸ਼ਿੰਬਾ ਜੀ ਉਹਨਾਂ ਨੇ ਪੇਸ਼ ਹੋਣਾ 19 ਫਰਵਰੀ ਨੂੰ ਇੱਕੋ ਚੀਜ਼ ਹੋਰ ਹੋਈ ਸੱਚ ਇੱਕ ਆਪ ਅਪਡੇਟ ਤੈਨੂੰ ਭੁੱਲ ਗਏ ਕਈ ਜਰੀ ਹਾਲ ਤੋਂ ਯਾਦ ਆ ਗਈ ਇੱਕ ਜੇਲ ਦਾ ਇੱਕ ਸਟੇਡੀਅਮ ਦਾ ਕਿਹਾ ਸੀਗਾ ਸੈਂਟਰ ਗਵਰਨਮੈਂਟ ਨੇ ਹਰਿਆਣਾ ਸਰਕਾਰ ਨੂੰ ਜੀ ਜਿਵੇਂ ਦਿੱਲੀ ਦੇ ਵਿੱਚ ਜਿਹੜੀਆਂ ਦੋ ਮਤਲਬ ਸਹੀਆਂ ਸਟੇਡੀਅਮਾਂ ਨੂੰ ਉਹਨਾਂ ਨੂੰ ਜੇਲ ਲਾਣਿਆ ਗਿਆ ਸੌਰੀ ਦਿੱਲੀ 'ਚ ਨਹੀਂ ਹਰਿਆਣੇ 'ਚ ਹਰਿਆਣੇ 'ਚ ਦੋ ਸਟੇਡੀਅਮਾਂ ਨੂੰ ਓਪਨ ਜੇਲ ਲਾਣਤਾ ਸੈਂਟਰ ਗਵਰਨਮੈਂਟ ਨੇ ਦਿੱਲੀ ਸਰਕਾਰ ਨੂੰ ਕਿਹਾ ਸੀ ਵੀ ਫਲਾਨਾ ਸਟੇਡੀਅਮ ਸ਼ਾਇਦ ਬੱਬੇ ਦੇ ਨਾਮ ਦਾ ਬਲਵਾਣਾ ਪਤਾ ਨਹੀਂ ਐਂ ਦੇ ਕੋਈ ਸਟੇਡੀਅਮ ਆ ਵੀ ਉਹਨੂੰ ਤੁਸੀਂ ਓਪਨ ਜੇਲ ਤੇ ਉਹ ਦਿੱਲੀ ਸਰਕਾਰ ਨੇ ਬਣਾ ਕਰਤਾ ਉਹ ਕਹਿੰਦੇ ਵੀ ਅਸੀਂ ਨਹੀਂ ਲਾੜ ਸਕਦੇ ਇਹਨੂੰ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਤਾਂ ਉਹ ਉਹਨਾਂ ਦੇ ਉਹਦੇ ਚ ਆਉਂਦਾਗਾ ਸਰਕਾਰ ਦੇ ਅੰਡਰ ਆਉਂਦਾ ਉਹ ਖੇਡਾਂ ਵਾਲਾ ਸਾਰਾ ਸਿਸਟਮ ਤੇ ਉਹ ਕਹਿੰਦੇ ਵੀ ਸਟੇਡੀਅਮ ਅਸੀਂ ਨਹੀਂ ਹਲਾਣ ਸਕਦੇ ਕਈ ਵੀ ਹੋਈ ਇੱਕ ਹੁਣ ਦਾ ਹਿੰਦੂ ਦੀ ਖਬਰ ਵੀ ਆ ਗਈ ਕਿ ਸੈਂਟਰ ਯੂਜ਼ਡ ਵਿਚ ਬ੍ਰਿਟਿਸ਼ ਏਰੀਆ ਐਕਟ ਟੂ ਬਲੌਕ ਇੰਟਰਨੈਟ ਇਨ ਪੰਜਾਬ ਅਚੀਵਡ ਆਫ ਹਰਿਆਣਾ ਫਾਰਮਰ ਮਾਰਚ ਹੂੰ ਉਹ ਕਹਿੰਦੇ ਕਿ ਜਿਹੜਾ ਇੰਟਰਨੈਟ ਬੰਦ ਕੀਤਾ ਗਿਆ ਨਾ ਪੰਜਾਬ ਦੇ ਵਿੱਚ ਕੁਝ ਏਰੀਆ ਹਰਿਆਣਾ ਹੋ ਗਿਆ ਇਹਦੇ ਲਈ ਜਿਹੜਾ ਅੰਗਰੇਜ਼ਾਂ ਵੇਲੇ ਦਾ ਕਾਨੂੰਨ ਸੀ ਬ੍ਰਿਟਿਸ਼ ਕਾਨੂੰਨ ਸੀ ਉਹਦੀ ਵਰਤੋਂ ਕੀਤੀ ਗਈ ਆ ਹੂੰ ਪਟਿਆਲਾ, ਮੁਹਾਲੀ, ਬਠਿੰਡਾ, ਮੁਕਸਰ, ਮਾਨਸਾ, ਸੁਗਰੂਰ ਤੇ ਫਤਿਹਗੜ੍ਹ ਸਾਹਿਬ ਦੇ 20 ਥਾਣਿਆਂ ਦੇ ਵਿੱਚ ਹੂੰ ਕੇਂਦਰ ਨੇ ਇੰਟਰਨੈਟ ਬੰਦ ਕਰਾਇਆ। ਹੂੰ ਸੇ ਦੇਖੋ ਇਹ ਵੱਡੀ ਗੱਲ ਆ। ਹਾਂ ਇਹਦਾ ਕੋਈ ਲੀਗਲ ਨੋਟਿਸ ਨੋਟਿਸ ਤਾਂ ਨਹੀਂ ਆਇਆ ਚਲੋ ਕੋਈ ਨਹੀਂ। ਹਾਂ ਇਹ ਵੀ ਕਹਿ ਰਹੇ ਆ ਨਾ ਕਿ ਕੋਈ ਲੀਗਲ ਨੋਟਿਸ ਵੀ ਨਹੀਂ ਸ਼ਾਇਦ ਆ ਰਹੇ। ਕਿਉਂਕਿ ਆਪਣੇ ਉਹਦੇ ਬੰਦ ਹੋਇਆ ਤੇ ਅਸੀਂ ਵੀ ਇਹ ਗੱਲ ਕਰ ਰਹੇ ਸੀ। ਇਹ ਐਕਟ ਹੈਗਾ 1885 ਦਾ। ਇਹ ਵੀ ਦੇਖ ਕੇ ਇੰਡੀਆ ਟੈਲੀਗ੍ਰਾਫ ਐਕਟ 1885 ਆ ਇਹ ਦੇਖਦੇ ਪਤਾ ਨਹੀਂ ਕਿਹੋ ਜਿਹੇ ਲੀਡਰ ਸੀ ਇਹ ਹੋਇਆ ਆਪਣੇ ਵਾਲਾ ਮੁਲਖ ਜਾਂ ਇੱਧਰ ਇਹ ਪਾਕਿਸਤਾਨ ਹੋਇਆ ਜਿਹੜੋ ਉਹ ਵੀ ਆਪਣੀਆਂ ਅੰਗਰੇਜ਼ ਜੇ ਚਲੇ ਗਏ ਉਹਨਾਂ ਦੇ ਐਕਟ ਜੇ ਹਰੇ ਵੀ ਲਾਗੂ ਆ ਮਤਲਬ ਬਦਲਿਆ ਕੀ ਸਿਰਫ ਚਿਹਰੇ ਬਦਲੇ ਆ ਹੂੰ ਮਤਲਬ ਅਕਸਰ ਕਹਿੰਦੇ ਉਹੀ ਧਾਰਾਵਾਂ ਉਧਰ ਚੱਲਦੀਆਂ ਉਹੀ ਆਪਣੇ ਕਾਲ ਦੀਆਂ ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਜ ਜਾ ਰਿਹਾ ਉਹੀ ਧਾਰਾਵਾਂ ਜੀਆਂ ਚੱਲਦੀਆਂ ਗਈਆਂ ਹੂੰ ਚਲੋ ਜੀ ਦੇਖੋ ਸਿਰਫ ਚਿਹਰੇ ਬਦਲ ਰਹੇ ਆ ਕਿਤੇ ਕਾਂਗਰਸ ਅਨੇ ਚੇਰੇ ਕਦੇ ਕਾਲੀ ਵਾਲੇ ਆ ਜਾਂਦੇ ਆ ਪਰ ਜਿਹੜੇ ਮਗਰ ਬੈਠੇ ਬੰਦੇ ਕੰਮ ਕਰ ਰਹੇ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਉਹੀ ਨੇ ਹੂੰ ਮਤਲਬ ਜੇ ਕਾਂਗਰਸ ਆ ਤਾਂ ਡੀਸੀ ਮੰਨ ਲਓ ਜਿਹੜੇ ਹੈਗੇ ਮੰਨ ਲਓ ਪੰਜਾਬ ਦੇ ਤੇ ਹੀ ਆ ਜੇ ਕਾਲੀ ਆਗੇ ਤਾਂ ਡੀਸੀ ਤਾਂ ਉਹੀ ਹੈ ਤੇ ਹੂੰ ਹੈ ਉਹਦੋਂ ਬਾਅਦ ਜਿਹੜੇ ਸੈਕਟਰੀਟ ਨੇ ਬੈਠੇ ਹੋਏ ਨੇ ਉਹ ਵੀ ਸਾਰੇ ਉਹੀ ਨੇ ਤੇ ਹੁਣ ਇੱਕ ਖਬਰ ਹੋਰ ਆ ਰਹੀ ਆ ਅੰਬਾਲਾ ਡੀਸੀ ਦਾ ਜਵਾਬ ਆਇਆ ਜੀ ਡਰੋਨਾਂ ਵਾਲਾ ਡਰੋਨਾਂ ਵਾਲੇ ਤੇ ਉਹਦੇ ਕਿਸਾਨ ਚਾਈਨਿਸ ਡੋਰ ਸੇ ਪਤੰਗ ਉਡਾ ਰਹੇ ਹੈ ਕਾਰਵਾਈ ਕਰੇ ਅੱਛਾ ਤਰ ਇਧਰ ਆਪਣੇ ਡੀਸੀ ਨੇ ਲਿਖਿਆ ਸੀ ਨਾ ਪਟਿਆਲੇ ਨੇ ਕਿ ਤੁਹਾਡੇ ਡਰੋਨ ਇਧਰੋਂ ਆ ਰਹੇ ਨੇ ਤੇ ਅਸੀਂ ਕਾਰਵਾਈ ਕਰਾਂਗੇ ਕੋਈ ਨਹੀਂ ਕਾ ਕਰ ਦਾਂਗੇ ਹਾਂ ਤਾਂ ਹੁਣ ਇਧਰੋਂ ਹੁਣੀ ਹੁਣੀ ਆਇਆ ਹੈ ਹੂੰ ਹੂੰ ਮੈਂ ਅੰਬਾਲਾ ਕੇ ਡੀਸੀ ਡਾਕਟਰ ਹਜੇ ਤੱਕ ਬੜਾ ਕੁਝ ਉੱਡੂ ਸ਼ਾਲਿਨ ਨੇ ਮੀਡੀਆ ਕੀ ਜਾਣਕਾਰੀ ਇਸਕੇ ਬਾਰੇ ਵਿੱਚ ਦੱਸਿਆ ਹੈ ਕਿ ਉਹਨੇ ਕਹਾ ਕਿ ਪਤੰਗ ਉਡਾਣੇ ਵਾਲੋਂ ਪਰ ਕਾਰਵਾਈ ਕਰਕੇ ਸਰ ਹੋਏ ਤਾਂ ਪਤਾ ਨਹੀਂ ਇਹਨਾਂ ਨੇ ਆਪਣੇ ਵਾਲਾ ਨੇ ਪਰਮਿਸ਼ਨ ਜੀ ਵੀ ਨਹੀਂ ਲੈਣੀ ਜੰਨੇ ਨੇ ਡਰੋਨ ਜੇ ਲੈਲੇ ਸਾਰੇ ਨੇ ਹਾਂ ਉਡਾਉਣ ਦੀ ਹਾਂ ਮਤਲਬ ਡੀਸੀ ਸਿਰ ਕੀ ਕਹਿ ਰਿਹਾ ਓਕੇ ਕੈਮਰਾਮੈਨਾਂ ਤੇ ਭਾਰੂ ਰਹਿਣ ਵਾਲੇ ਆ ਇਹ ਦਿਨ ਹੈ ਕਿਹੜਾ ਕੈਮਰਾਮੈਨਾਂ ਤੇ ਭਾਰੂ ਰਹਿਣ ਵਾਲੇ ਆ ਇਹ ਦਿਨ ਹੈ ਹੈ ਕੀ ਰਹੀ ਸਗਵੰਤਾ ਹਨਾ ਅਜੇ ਤਾਂ ਰੈਕਨੋਲਜੇ ਤਿਆਰ ਖਰੀਆਂ ਹੂੰ ਟੈਕਨੋਲੋਜੀ ਤਿਆਰ ਕਰੀ ਜਾਂਦਾ ਮੈਨੂੰ ਵੀ ਰਾਤ ਫੋਟੋਆਂ ਫੋਟੋਆਂ ਪਾਈਆਂ ਉਹਨਾਂ ਨੇ ਜਾਲਾਂ ਜੂਲਾਂ ਦੀਆਂ ਦਰੋਨਾਂ ਨਾਲਾਂ ਜਾਲ ਜੇ ਬੰਨ ਕੇ ਕਹਿੰਦੇ ਐ ਫੜ ਲਿਆ ਕਰ ਇਹ ਦੇਖੀ ਹੂੰ ਜੇ ਜੇ ਨਾ ਖੱਲ ਹੋਵੇ ਫਿਰ ਦੇਖੀ ਹਾਂ ਜੇ ਲਗਾਤਾਰ ਹੱਲ ਦੀ ਗੱਲ ਇਹ ਆ ਗੁਰਪ੍ਰੀਤ ਵੀ ਜੇ ਬਨ ਕੇ ਚੱਲ ਵੀ ਇਹ ਲਗਾਤਾਰ ਆਹ ਚੱਲਦੇ ਰਹੇ ਗੋਲੇ ਗੂਲੇ ਜੇ ਚੱਲਦੇ ਰਹੇ ਫਿਰ ਬਹੁਤ ਔਖਾ ਹੋਣ ਵਾਲਾ ਫਿਰ ਤਾਂ ਬਹੁਤ ਸ਼ਰਮਨਾਕ ਤੀਜੇ ਮਤਲਬ ਦੋ ਦਿਨ ਤਾਂ ਹੋਈ ਗਏ ਅੱਜ ਦਾ ਚਲ ਅੱਜ ਹੈਗੀ ਉਮੀਦ ਅੱਜ ਕਿਸਾਨਾਂ ਨੂੰ ਵੀ ਵੀ ਮੀਟਿੰਗ ਆ ਭਾਈ ਹੂੰ ਜੰਗ ਲੱਗਣ ਵਾਲਾ ਕੰਮ ਹੋਇਆ ਹੂੰ ਜਾਂਗੀ ਇੱਕ ਤਰ੍ਹਾਂ ਦੀ ਜਾਂਗੀ ਆ ਬੌਰੀ ਹੋ ਰਹੀ ਹੈ ਇਹ ਹੋਰ ਕੀ ਹੈ ਇਹ ਨੈਸ਼ਨ ਆਪਣੇ ਪੀਐਮ ਸਾਹਿਬ ਤਾਂ ਅਵਦੇਸ਼ ਗਏ ਹੋਏ ਨੇ ਹੂੰ ਉਹ ਤਾਂ ਟੂ ਟੱਪੇ ਲਾਉਂਦੇ ਫਿਰਦੇ ਆ ਭਾਈ ਪਰ ਦੂਸਰੇ ਪਾਸੇ ਕਿਸਾਨ ਝੜਕਾਂਦੇ ਨੇ ਹੂੰ ਮਤਲਬ ਕਲੇਮ ਇਹ ਕਰੀ ਹੈ ਨਾ ਕਿ ਬੀਜਪੀ ਹੁਣੇ ਦਾਵਾ ਕਰ ਦਿਆ ਜਿਹੜੇ ਇਸ਼ਤਿਹਾਰ ਆਉਂਦੇ ਆ ਕਿ ਦੇਖੋ ਜੀ ਅਸੀਂ ਕਿਸਾਨਾਂ ਨੂੰ 6000 ਰੁਪਇਆ ਸਾਲਾਨਾ ਦੇ ਰਹੇ ਆ ਹੂੰ ਅਸੀਂ 1 ਕਰੋੜ ਰੁਪਇਆ ਕਿਸਾਨ ਨੂੰ ਦੇਤਾ ਹੂੰ ਮੰਤਰੀਓ ਜੇ ਇਹਨਾਂ ਦੇ ਐਮਐਲਏ ਤੁਸੀਂ 6000 ਰੁਪਇਆ ਲੈ ਲਓ 7 ਸਾਲ ਦਾ ਜੀ ਤੁਸੀਂ ਸਾਲਟ ਪੈ ਦਿਖਾਓ ਹੂੰ ਅਸੀਂ ਮਾਲੀ ਮਤ ਕਰ ਰਹੇ ਹਾਂ ਹੂੰ ਤਾਂ ਕਿੰਨੀ ਬੰਦੀ ਆ ਜੀ 1 ਮਹੀਨੇ ਦੀ ਲਾ ਲਓ ਉਸ ਨਾਲ ਤੁਲਨਾ ਕਰੋ ਨਾ ਹੂੰ ਤਾਂ ਕੁਝ ਵੀ ਨਹੀਂ ਹੁੰਦਾ ਹੂੰ 6000 ਰੁਪਇਆ ਸਾਲਾਨਾ ਤੁਸੀਂ ਦੇ ਰਹੇ ਕਿਸਾਨ ਉਹਨਾਂ ਕੀ ਹੋ ਜੂਗਾ ਪਰ ਜਦੋਂ ਅਮਾਉਂਟ ਦਿਖਾਉਣੇ ਕਰੋੜਾਂ ਚ ਅਤੇ ਦੇਖੋ ਜੀ ਇੰਨੇ ਕਰੋੜ ਰੁਪਏ ਸੀ ਕਿਸਾਨਾਂ ਨੂੰ ਜਾਰੀ ਕਰਤਾ ਉਹਦੀ 5ਵੀਂ ਕਿਸ਼ਤ ਆ ਗਈ ਜੀ 6ਵੀਂ ਕਿਸ਼ਤ ਆ ਗਈ 7ਵੀਂ ਕਿਸ਼ਤ ਆ ਗਈ ਜੀ ਹੂੰ ਤਾਂ ਉਹ ਸਿਰਫ ਇੱਕ ਜਦੋਂ ਵੋਟਾਂ ਹੁੰਦੀਆਂ ਉਹ ਤੋਂ ਭਾਂਦੇ 2000 ਰੁਪਏ ਜਾਂ 3-3000 ਇੱਕ ਵੋਟ ਖਰੀਦੂ ਤਰੀਕਾ ਹੋ ਗਿਆ ਇਹਨਾਂ ਦਾ ਹੂੰ ਤਾਂ ਨਵੇਂ ਤਰੀਕੇ ਆ ਗਏ ਨਾ ਹੂੰ ਹੁਣ ਆਮ ਆਦਮੀ ਪਾਰਟੀ ਪਹਿਲਾਂ ਗਰੰਟੀ ਵੰਡਣ ਲੱਗੀ ਆ ਹੂੰ ਉਸ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਵੀ ਗਰੰਟੀ ਵੰਡਣ ਲੱਗੀ ਜੀ ਪਰ ਜਿਹੜੀ ਗਰੰਟੀ ਹੁਣ ਕਿਸਾਨ ਮੰਗ ਰਹੇ ਆ ਉਹ ਗਰੰਟੀ ਕੇਂਦਰ ਦੇ ਨਹੀਂ ਦੇ ਹੂੰ ਔਰ ਤੁਸੀਂ ਇਹ ਪੱਕਾ ਕਰ ਦੋ ਕਿ ਸਾਡੀਆਂ 22 ਫਸਲਾਂ ਤੁਸੀਂ ਇਹ ਖਰੀਦੋ ਐਮ ਐਸ ਪੀ ਦੇ ਉੱਪਰ ਉਹ ਖਰੀਦੀ ਨਹੀਂ ਰੇ ਜੇਕਰ ਇੱਕ ਫੈਕਟਰੀ ਵਾਲੇ ਨੂੰ ਆਪਣੇ ਬਣੇ ਪਿੰਨ ਦੀ ਕੀਮਤ ਤੈਅ ਕਰਨ ਦਾ ਅਧਿਕਾਰ ਹੈਗਾ ਜੀ ਇੱਕ ਕੰਪਨੀ ਜਿਹੜੇ ਫੋਨ ਬਣਾ ਰਏ ਆ ਜਾਂ ਕੈਮਰੇ ਬਣਾ ਰਿਆ ਜਾਂ ਮਾਈਕ ਬਣਾ ਰਿਹਾ ਲਾਈਟ ਬਣਾ ਰਿਹਾ ਪੱਖਾ ਬਣਾ ਰਿਹਾ ਉਹਨਾਂ ਕੋਲੇ ਅਧਿਕਾਰ ਹੈ ਕਿ ਅਸੀਂ ਆਪ ਦੀ ਚੀਜ਼ ਦੀ ਕੀਮਤ ਆਪ ਤੈਅ ਕਰ ਸਕਦੇ ਆ ਤਾਂ ਫਿਰ ਕਿਸਾਨ ਕੋਲ ਕਿਉਂ ਹੈਣੀ ਕਿਉਂਕਿ ਜੇ ਇੱਕ ਕਣਕ ਕੋਈ ਕਿਸਾਨ ਵੇਚ ਰਿਹਾ ਝੋਨਾ ਉਹਦਾ ਦਾ ਬ੍ਰਾਂਡ ਆ ਉਹਦਾ ਉਹਦੀ ਮਿਹਨਤ ਆ ਹੋ ਜੀ ਤੁਸੀਂ ਉਹਦੀ ਮਿਹਨਤ ਨਾ ਦੇ ਕੇ ਜਾਂ ਤਾਂ ਮੁੱਲ ਨਾ ਤੈਅ ਕਰਕੇ ਤਾਂ ਬੇਨਸਾਫੀ ਤਾਂ ਕਰ ਰਹੇ ਹੋ ਨਾ ਹੂੰ ਇਹ ਜਿਹੜੀ ਪੰਜਾਬ ਚ ਜੰਗ ਸ਼ੁਰੂ ਹੋਈ ਆ ਜੀ ਇਹ ਕਿਸਾਨ ਸੜਕਾਂ ਤੇ ਆਏ ਨੇ ਇਹ ਸਿਰਫ ਪੰਜਾਬ ਨਹੀਂ ਹੂੰ ਆਪਾਂ ਗੱਲ ਕੀਤੀ ਜਰਮਨ ਹੋਵੇ ਇਟਲੀ ਹੋਵੇ ਕਈ ਦੇਸ਼ਾਂ ਚ ਇਹ ਹਾਲਾਤ ਬਣ ਰਹੇ ਨੇ ਕਿ ਕਿਸਾਨ ਸੜਕਾਂ ਦੇ ਉੱਪਰ ਆ ਰਹੇ ਨੇ ਹੂੰ ਅਮਰੀਕਾ ਦੇ ਵਿੱਚ ਤਾਂ ਹਾਲਾਤ ਇੰਨੇ ਵਿਗੜ ਚੁੱਕੇ ਆ ਕਿ ਲੋਕ ਕਿਸਾਨੀ ਛੱਡ ਕੇ ਹੋਰ ਕਿਤੇ ਤੱਕਾਰੇ ਨੇ ਕਿਉਂਕਿ ਜਿਹੜੇ ਲੋਕ ਦਾਵਾ ਕਰਦੇ ਹਨ ਕਿ ਆ ਦੇਖੋ ਜੀ ਵਿਦੇਸ਼ਾਂ ਦੇ ਕਿਸਾਨਾਂ ਦੇ ਕੋਲ ਵੱਡੇ ਵੱਡੇ ਟੈਕਨੇ ਮਨਜਿੰਦਰ ਸਿੰਘ ਸਿਰਸਾ ਦਾ ਇੱਕ ਬਿਆਨ ਆਇਆ ਇਹਦੇ ਦੇ ਦੇਖੀ ਮਾੜਾ ਜੀ ਉਹਨਾਂ ਨੇ ਟਵੀਟ ਕੀਤਾ ਭਲੰਦੀਕਾ ਲਿਖਿਆ ਖਬਰ ਵਾਲਿਆਂ ਨੇ ਇਹ ਦੱਸ ਦੇਣਾ ਚ ਲੰਗਣ ਵਾਲੀ ਚੋਣ ਜਾਬਤਾ ਫੇਰ ਕੀ ਕਰਨਗੇ ਕਿਸਾਨ ਹਾਂ ਲੰਗਣ ਵਾਲਾ ਚੋਣ ਇਹ ਕਿ ਮੈਂ ਸਕਿਪ ਕਰ ਗਿਆ ਸੀ ਇਹ ਮੈਂ ਸੁਣਿਆ ਬਿਆਨ ਹੀ ਜਿਹਨੇ ਹੀ ਕਿਹਾ ਕਿ ਇਹ ਤੁਸੀਂ ਦੇਖੋ ਜੀ ਇਹ ਚਾਲ ਆ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਕਹਿੰਦੇ ਵਿਰੋਧੀਆਂ ਦੀ ਚਾਲ ਆ ਜੀ ਕਹਿੰਦੇ ਫਰਵਰੀ ਦੇ ਅਖੀਰ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਹੂੰ ਆ ਲਈ ਫਿਰਦਾ ਲੈ ਨਿੰਗ ਸਿੰਘ ਮੋਟਰਸਾਈਕਲ ਵਿੱਚ ਲਈ ਫਿਰਦਾ ਲੈ ਹਾਂ ਦੇਖਿਆ ਮੈਂ ਹਾਂ ਉਹ ਦੂਜਾ ਹੈ ਵੀ ਦੂਜਾ ਉਹ ਜਿੱਦੀ ਆ ਪੁਰਾਣਾ ਰਾਜਦੂਤ ਜਾਂ ਰਾਈਡਿੰਗ ਵਾਲੇ ਰਾਈਡਿੰਗ ਜਾਨੇ ਹੂੰ ਇਹ ਤੈਨੂੰ ਦੱਸੀ ਜਨਾ ਇਹ ਕੌਮ ਹੋਰ ਸਾਭ ਦੀ ਆ ਆਪਣਾ ਫੋਟੋ ਜਿਹਾ ਵਾਇਰਲ ਹੋ ਰਹੀ ਆ ਹੂੰ ਨਿੰਗ ਸਿੰਘ ਦੀ ਪੱਥਰ ਤੇ ਆਏ ਪੁਲਿਸ ਨੇ ਭੰਨੇ ਕਿਸਾਨਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਹਾਂ ਆ ਗਈਆਂ ਤਸਵੀਰਾਂ ਤਾਂ ਇਹ ਤੁਸੀਂ ਗਲਤ ਆ ਨਾ ਫਿਰ ਤੁਸੀਂ ਹਿੱਸਾ ਦਾ ਤੁਸੀਂ ਪਾਇਦਾ ਕਰ ਰਹੇ ਹੋ ਹੂੰ ਚਲੋ ਦੇਖਦੇ ਆਂ ਕੀ ਬੰਦਦਾ ਪਰ ਇਹਨਾਂ ਸਭ ਦੇ ਵਿਚਕਾਰ ਨੁਕਸਾਨ ਫਿਰ ਪੰਜਾਬ ਦਾ ਹੀ ਹੋ ਰਿਹਾ ਲੁਧਿਆਣੇ ਬਾਈ ਫਿਰ ਪੰਪਾਂ ਦੇ ਅੱਗੇ ਲੱਗੀਆਂ ਵੱਡੀਆਂ ਕਤਾਰਾਂ ਉਹ ਗੱਲ ਇਦਾਂ ਜਿਹੜੀ ਇਹਨਾਂ ਇੱਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੂੰ ਹੂੰ ਪੰਪ ਮਾਲਕਾਂ ਦੇ ਵੱਲੋਂ ਕਿ ਸਾਡੇ ਜਿਹੜਾ ਮਾਰਜਨ ਹੂੰ ਪ੍ਰਤੀ ਲੀਟਰੋ ਚ ਵਾਧਾ ਕੀਤਾ ਜਾਵੇ ਜੀ ਤਾਂ ਉਹਨੂੰ ਲੈ ਕੇ ਆਪਾਂ ਜਾਣਾ ਮਿੱਤਰਾ ਬਾਰਡਰ ਤੇ ਤੇ ਉਹ ਭਰਾ ਲਿਆ ਗੱਡੀ ਦੀ ਟੈਂਕੀ ਤੂੰ ਵੀ ਇਸ ਨੂੰ ਲੈ ਕੇ ਕੇ ਨਹੀਂ ਇਹ ਕੀਤਾ ਜਾ ਰਿਹਾ ਆਪਾਂ ਇੰਤਜ਼ਾਮ ਕਰਕੇ ਰੱਖੀਏ ਪੂਰਾ ਮੈਂ ਦੇਖ ਰਿਹਾ ਕਿ ਕੋਈ ਜਦ ਤੱਕ ਪੋਸਟ ਆਪਣਾ ਪੋਡਕਾਸਟ ਅਪੈਂਡ ਕਰਨਾ ਤੇ ਕੋਈ ਖਬਰ ਨਾ ਰਹੀ ਇਹ ਮਨਿੰਦਰ ਸਰਸਾ ਕਹਿੰਦਾ ਵੀ 10 ਦਿਨਾਂ ਨੂੰ ਚੋਣ ਜਬਤਾ ਲੱਗ ਜੂ ਵੀ ਫੇਰ ਕੀ ਕਰਨਗੇ ਹਾਂ ਕੋਈ ਨਹੀਂ ਫਿਰ ਕੋਈ ਉਹਦੇ ਫਰਵਰੀ ਦੇ ਅਖੀਰ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਜੀ ਇਹ ਤਾਂ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਚਾਲ ਆ ਜੀ ਹੂੰ ਸਾਨੂੰ ਇੱਥੇ ਭੇਜ ਰਹੇ ਆ ਇਹ ਹੂੰ ਜੇ ਤੁਸੀਂ ਐਮਐਸਪੀ ਦੇ ਦੋ ਹੂੰ ਤਾਂ ਕਿਸਾਨ ਕਿਉਂਣਗੇ ਇਹਨਾਂ ਨੇ ਖੁਦ ਹੀ ਕਿਹਾ 36 ਗੜ ਚ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਨੇ ਕਿਹਾ ਸੀ ਵੀ ਦਾਣ ਕਾ ਮੁੱਲ ਹਮ 3100 ਰੁਪਿਆ ਦੇਵਾਂਗੇ ਹੂੰ 2100 ਰੁਪਏ ਆ ਗਿਆ ਇਹਨਾਂ ਦਾ ਆਪ ਦਾ ਐਲਾਨ ਹੈ ਇਹ 36 ਗੜ੍ਹ ਚ ਹੂੰ ਹਾਂ ਦਿੱਤਾ ਤਾਂ ਚਲੋ ਉੱਥੇ ਵੀ ਨਹੀਂ ਇਹਨਾਂ ਨੇ ਵਾਦਾ ਕਰ ਲਿਆ ਜਿਵੇਂ ਇੱਥੇ ਗਰੰਟੀਆਂ ਵਾਲਾ ਸ਼ੋਸ਼ਾ ਛੱਡਿਆ ਵਗਾ ਉਵੇਂ ਵਾਦਾ ਕਰ ਲਿਆ ਇਹਦਾ ਆਪ ਇਹ ਕਹਿ ਰਹੇ ਆ ਹੂੰ ਹੂੰ ਜਿੱਥੇ ਮੰਨ ਕੇ ਚਲੋ ਇਹਨਾਂ ਦੀ ਸਰਕਾਰ ਨਹੀਂ ਹੋਰ ਪਾਰਟੀ ਦੀ ਸਰਕਾਰ ਆ ਉੱਥੇ ਐਮਐਸਪੀ ਦਾ ਇਹ ਵਾਦਾ ਕਰ ਰਹੇ ਆ ਇਹ ਦੇਖੋ ਨਾ ਕਿ ਹੁਣ ਨਤੀਸ਼ ਕੁਮਾਰ ਦੇ ਨਾਲ ਇਹਨਾਂ ਨੇ ਸਰਕਾਰ ਬਣਾਈ ਭਾਰਤੀ ਜਨਤਾ ਪਾਰਟੀ ਨੇ ਇਸ ਤੋਂ ਪਹਿਲਾਂ ਕੀ ਸੀ ਹੂੰ ਕਿ ਵੇਖੋ ਜੀ ਬਿਹਾਰ ਤਾਂ ਗੁੰਡਾ ਰਾਜ ਆ ਹੂੰ ਇੱਥੇ ਕੋਈ ਹੈ ਨਹੀਂ ਵਾਲੀ ਵਾਰ ਸੀ ਨਹੀਂ ਇੱਥੇ ਲੁੱਟਾਂ ਖੋਹਾਂ ਹੋ ਰਹੀਆਂ ਜੀ ਹੂੰ ਪਰ ਜਿੱਦਾਂ ਦਾ ਨतीश ਕੁਮਾਰ ਜੀ ਦੇ ਨਾਲ ਗੱਠਜੋੜ ਕਰ ਲਿਆ ਉਹ ਦਿਨ ਆਰਾਮ ਰਾਜ ਆ ਗਿਆ ਹੂੰ ਉਹ ਦੇਖੋ ਬਿਹਾਰ ਸਭ ਤੋਂ ਅੱਛਾ ਰਾਜ ਹੂੰ ਇਹ ਤਾਂ ਹਾਲਾਤ ਨੇ ਹੂੰ ਤੇ ਹੈ ਉੱਤਰ ਪ੍ਰਦੇਸ਼ ਚ ਜੀ ਇੱਥੇ ਸਰਕਾਰ ਹੈਣੀ ਇਹਨਾਂ ਦੀ ਉਹ ਤਾਂ ਰਾਜ ਵਾਸੀ ਲੁੱਟਿਆ ਗਿਆ ਪੱਟਿਆ ਗਿਆ ਉਹਦਾ ਖਰਾਬ ਹੋ ਗਿਆ ਜਿੱਥੇ ਇਹਨਾਂ ਦੀ ਸਰਕਾਰ ਆ ਉਦੋਂ ਵਾਰ ਕਰਾ ਅੱਜ ਕੋਈ ਹੈ ਨਹੀਂ ਬਸ ਫਿਰ ਆਈਆਂ ਹੋਰ ਜੀ ਸੁਵੰਤ ਸਿੰਘ ਜੀ ਕਿਵੇਂ ਲੱਗਿਆ ਅੰਦੋਲਨ ਠੀਕ ਆ ਬਈ ਬਸ ਚੜ੍ਹਦੀ ਕੜਾਈ ਆ ਆ ਬਦਲ ਗਿਆ ਚੱਲ 40 50 ਮਿੰਟਾਂ ਬਾਅਦ ਪੈ ਗਿਆ ਫਰਕ ਮੈਂ ਵੀ ਜਾਣ ਕੇ ਪੁੱਛਿਆ ਦੁਬਾਰਾ ਇਹ ਤੋਂ ਕੀ ਹੋਈ ਹੂੰ ਇਸ ਤੋਂ ਤਾਂ ਯਮਨ ਕੱਲ ਦੇਖੀ ਵਾਲਾ ਚੜ੍ਹਦੀ ਕੜਾਾਈ ਬਾਈ ਮੈਨੂੰ ਕਿਰਪਾ ਕਰ ਹੂੰ ਪੈਂਦੇ ਹੀ ਪਟਾਕੇ ਫਿਰ ਤਾਂ ਪਟਾਕੇ ਤਾਂ ਪੈਣੀ ਆ ਹੂੰ ਪਹਿਲੀ ਰਾਤ ਤਾਂ ਆਪਣੇ ਘਣੀ ਵੀ ਡਾਂਗਾਈਆਂ ਲੈ ਕੇ ਹੋਏ ਸੀ ਹਣਾ ਸਿੱਧੇ ਜਿੱਦਨ ਆਪਾਂ ਗਏ ਹਣਾ ਜਿਵੇਂ ਅਰਜਨ ਦਾ ਹੂੰ ਕਰ ਕਸ ਨੂੰ ਡਾਟਾ ਆਫਲਾ ਹੂੰ ਤੁਸੀਂ ਹੁਣੇ ਦੇਖੋ ਕਿ ਮੈ ਹੁਣੇ ਵੀ ਖਬਰ ਆਈ ਆ ਕਿ ਇੱਕ ਖਬਰ ਵਾਇਰਲ ਕੀਤੀ ਜਾ ਰਹੀ ਆ ਕਿ ਕਿਸਾਨ ਨੇੜੇ ਉਹ ਦੁਕਾਨਾਂ ਤੇ ਹਮਲੇ ਕਰ ਰਹੇ ਆ ਹੂੰ ਇਹ ਹੈਰਾਨੇਜਾ ਰਹੀ ਹੈ ਦਾਦਾ ਨਾ ਉਹਦਾ ਇੱਕ ਪੁਰਾਣੀ ਵੀਡੀਓ ਆ ਉਹਨੂੰ ਵਾਇਰਲ ਕੀਤਾ ਜਾ ਰਿਹਾ ਇੱਕ ਅਸ਼ੀਸ਼ ਗੁਪਤਾ ਐ ਹੂੰ ਟਵਿੱਟਰ ਤੇ ਟਵਿੱਟਰ ਤੇ ਇੱਕ ਰਾਜਪੂਤ ਸਬੀਤ ਸਿੰਘ ਆ ਇਹ ਟਵਿੱਟਰ ਤੇ ਇਹ ਜਿਹੜੀਆਂ ਫੇਕ ਖਬਰਾਂ ਇਹ ਹੁੰਦੀਆਂ ਇਹ ਆਪਾਦਨਾ ਕਹਿੰਨੇ ਲਿਖ ਕੇ ਹੁਣ ਇਹ ਜਿਹੜਾ ਉਹ ਹਮਲਾ ਨਹੀਂ ਜਦੋਂ ਪਟਿਆਲੇ ਹੋਇਆ ਸੀ ਹੂੰ ਹੂੰ ਸਮਝ ਗਾਵੇਂ ਉਹਦੀਆਂ ਕਲਿੱਪਾਂ ਚੱਕ ਚੱਕ ਕੇ ਜਾਂ ਹੋਰ ਕਲਿੱਪਾਂ ਕੋਈ ਬਾਹਰੋਂ ਜੋੜ ਜੋੜ ਕੇ ਕਿ ਵੇਖੋ ਇਹ ਖਾਲਿਸਤਾਨੀ ਮੰਗੇ ਮੰਗ ਮੰਗੇ ਮਰਵਾਉਣੇ ਨਹੀਂ ਲਈ ਆਏ ਇਹ ਤਾਂ ਦੁਕਾਨਾਂ ਉੱਪਰ ਹਮਲੇ ਕਰ ਰਹੇ ਹਨ ਤੇ ਉੱਪਰ ਵੀਡੀਓ ਹੈਗੀਆਂ 29 ਅਪ੍ਰੈਲ 2022 ਦੀ ਸੋਵਾਲਾਂ ਦੇ ਘੇਰੇ ਚ ਹਰਿਆਣਾ ਸਰਕਾਰ ਡਰੋਨਾਂ ਵਾਲੇ ਮਾਮਲੇ ਨੂੰ ਲੈ ਕੇ ਜਿਹੜੇ ਇਹਨਾਂ ਨੇ ਆ ਲੋਕਲ ਸਪਲਾਈਅਰ ਤੋਂ ਆ ਲਏ ਅਥਰੂ ਗਏ ਸੋ ਹੋਰ ਪਰਮਿਸ਼ਨ ਕਿਹਨੇ ਦਿੱਤੀ ਆ ਭਾਖੜਾ ਦਾ ਪਾਣੀ ਚੱਕ ਕੇ ਉਧਰ ਲਾਇਆ ਖੇਤਾਂ ਦੇ ਵਿੱਚ ਇਹਨਾਂ ਤੇ ਜਵਾਬ ਦੇਵੇ ਨਾ ਪ੍ਰਸ਼ਾਸਨ ਹੂੰ ਪਰ ਪ੍ਰਸ਼ਾਸਨ ਨੇ ਕੀ ਬੋਲਣਾ ਹਤਾ ਹੂੰ ਇਹਦਾ ਜਵਾਬ ਮੰਗਨ ਨਾ ਹੂੰ ਇਹ ਤਾਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤਾਂ ਮੈਂਟੋ ਮੈਂਟੀ ਟਵੀਟ ਕਰ ਦਿੰਦੇ ਆ ਹੂੰ ਜੇ ਕੋਈ ਹੋਰ ਗੱਲ ਹੋ ਜੇ ਕਾਲੀਦਲ ਦੀ ਯਾਤਰਾ ਹੋਵੇ ਤਾਂ ਮਾਨ ਸਾਹਿਬ ਟਵਿੱਟਰ ਨਾਲ ਥੋੜਾ ਜਿਹਾ ਉਹਨਾਂ ਦਾ ਹੌਲੀ ਡਾਊਨ ਕਿ ਉਹਨਾਂ ਦੇ ਬੰਦ ਕਰਤਾ ਉਹਨਾਂ ਦੇ ਘਰੇ ਨਟ ਬੰਦ ਕਰਤਾ ਉਹਨਾਂ ਨੇ ਕਰੀ ਅੱਛਾ ਅੱਛਾ ਨਹੀਂ ਇੱਥੇ ਸੁਖਬੀਰ ਬਾਦਲ ਨੇ ਸ਼ੁਰੂ ਕਰਨੀ ਹੋਵੇ ਯਾਤਰਾ ਉਹ ਤਾਂ ਬੈਠੇ ਉਹਨੂੰ ਵਾਪਸਾਂ ਚ ਉੱਥੇ ట్ਵੀਟ ਹੋ ਜਾਂਦਾ ਨਹੀਂ ਇੱਥੇ ਤਾਂ ਸਟੈਂਡ ਲੈਣਾ ਚਾਹੀਦਾ ਯਾਰ ਸਟੈਂਡ ਮੈਂ ਤੁਹਾਨੂੰ ਦੱਸਦਾਗਾ ਦੇਖੋ ਕੁਛ ਮਰਜੀ ਸੀ ਆਪਾਂ ਦੇਖੋ ਇੱਕ ਤਾਰੀਫ਼ ਤਾਂ ਕਰਨੀ ਬਣਦੀ ਆ ਚਰਨਜੀਤ ਚੰਨੀ ਜਿਵੇਂ ਉਹਨਾਂ ਨੇ ਥਾਪੀ ਮਾਰੀ ਸੀ ਪਰਧਾਨ ਮੰਤਰੀ ਬਿਲਕੁਲ ਉਹ ਉਹ ਕਿਵੇਂ ਚੰਗਾ ਹੀ ਮੜਾ ਜਦੋਂ ਚੰਗਾ ਹੀ ਮੜਾ ਸੀ ਹਾਂ ਮਤਲਬ ਠੀਕ ਹੈ ਨਾ ਹੁਣ ਤੱਕ ਹਾਂ ਲੋਕ ਕਹਿੰਦੇ ਸੀ ਕਿ ਹਾਂ ਮੁੱਖ ਮੰਤਰੀ ਹੈ ਹੂੰ ਕੀ ਆ ਗੱਲ ਕਰਦੇ ਆ ਯਾਰ ਹੂੰ ਢੜਲਾ ਮਾਰਿਆ ਕਿਸੇ ਨੇ ਹੂੰ 15 ਮਿੰਟ ਖੜਨਾ ਹੀ ਪੈ ਗਿਆ ਕਹਿੰਦਾ ਹੂੰ ਮਤਲਬ ਕਿ ਮੈਂ ਆਪਦੇ ਕਿਸਾਨਾਂ ਨੂੰ ਕੁਝ ਨਹੀਂ ਕਹੂੰਗਾ ਹੂੰ ਮਤਲਬ ਇਹ ਉਹਨਾਂ ਦਾ ਬਿਆਨ ਪਿਛਲੇ ਮੁੱਖ ਮੰਤਰੀ ਦਾ ਤੋਂ ਸਿਰਾ ਬਿਆਨ ਉਹਨਾਂ ਦਾ ਸੀ ਜਿਹੜਾ ਆਪਦੇ ਪੰਜਾਬੀਆਂ ਲਈ ਖੜ ਗਿਆ ਹਾਂ ਮਤਲਬ ਇੱਕ ਬਿਆਨ ਇੱਕ ਬੰਦੇ ਦਾ ਉਹ ਲੈ ਗਿਆ ਇਤਿਹਾਸ 'ਚ ਗੱਲ ਲੱਗ ਗਿਆ ਠੀਕ ਹੈ ਉਹ ਕਿਵੇਂ ਕਿਹਨਾਂ ਨੇ ਉਹਨੂੰ ਮਜ਼ਾਕ ਦਾ ਪਾਤਰ ਲੈ ਲਿਆ ਚਰਨਜੀਤ ਚੰਨੀ ਨੂੰ ਕਿਵੇਂ ਬਹੁਤ ਕੁਝ ਹੋਇਆ ਠੀਕ ਹੈ ਅਜਿਹੀ 100 ਕਮੀਆਂ ਹੋ ਸਕਦੀਆਂ 100 ਹੋ ਸਕਦੀਆਂ ਪਰ ਉਹਨਾਂ ਦਾ ਇਹ ਬਿਆਨ ਵਾਕਈ ਪੰਜਾਬ ਲਈ ਸੀ ਮੈਂ ਤੈਨੂੰ ਉਹੀ ਗੱਲ ਦੱਸਦਾਗਾ ਇਹ ਜਿਹੜੀ ਆਪਣੀ ਕੌਮ ਆ ਇਹ ਜਦੋਂ ਇੱਕ ਬੰਦਾ ਜਿੱਥੇ ਲੋੜ ਆ ਆਪਦੇ ਲੋਕਾਂ ਲਈ ਜਦੋਂ ਬੰਦਾ ਖੜਦਾਏ ਉਹਨੂੰ ਯਾਦ ਰੱਖਦੇ ਚਾਹੇ ਉਹ ਡੱਡਾ ਮਰਜੀ ਬੇਈਮਾਨ ਹੋਵੇ ਉਹਨੇ ਕੁਝ ਮਰਜੀ ਸਾਰੇ ਉਹਦੇ ਪਾਪ ਉੱਤੇ ਜਾਂਦੇ ਆ ਇੱਕ ਗੱਲ ਇੱਕ ਗੱਲ ਬਦਲ ਦਿੰਦੀ ਆ ਤੇ ਇੱਕ ਗੱਲ ਬੰਦੇ ਨੂੰ ਉਲਟਾ ਪਾ ਦਿੰਦੀ ਆ ਹੂੰ ਹੂੰ ਇਹਦਾ ਹੈ ਹੂੰ ਦੂਸਰੇ ਪਾਸੇ ਆਪਾਂ ਇਹ ਵੀ ਦੇਖਿਆ ਕਿ ਜਿਹੜੀਆਂ ਹੁਣ ਪੀਆਰਟੀਜ਼ ਦੀਆਂ ਬੱਸਾਂ ਉਹ ਕਾਫੀ ਖੜੀਆਂ ਹੋਈਆਂ ਹੂੰ ਪੁਲਿਸ ਸਰਵਿਸ ਗਏ ਹੋਏ ਨੇ ਤਾਂ ਆ ਐਂਟੀ ਰਾਇਡਸ ਫੋਰਸ ਵੀ ਲਾਈ ਆ ਪੰਜਾਬ ਨੇ ਕੱਲ ਇਹ ਕੱਲ ਲਾਈ ਆ ਖਨੋਰੀ ਕੱਲ ਲਾਈ ਆ ਸ਼ੰਭੂ ਤੋਂ ਇਹਦੀ ਕੋਈ ਆਪਣਾ ਜਾਣਕਾਰੀ ਨਹੀਂ ਪਰ ਪੰਜਾਬ ਨੇ ਲਾਈ ਆ ਕੱਲ ਹੂੰ ਤੇ ਇਹ ਕੋਈ ਵੀ ਆ ਵੀ ਜੇ ਏ ਡੀ ਜੀ ਪੀ ਸਾਹਮਣੇ ਉੱਥੇ ਮੌਨਨਾ ਕਰਿਆ ਜਾਂ ਹੋਰ ਕੋਸ਼ਾ ਇਹਦਾ ਤਾਂ ਬਹੁਤ ਵੱਡਾ ਸਖਤ ਤਕਸ਼ਣ ਹੋਣਾ ਚਾਹੀਦਾ ਜੇ ਹਰਿਆਣੇ ਵਾਲੇ ਇੱਧਰ ਆਉਣਗੇ ਪੰਜਾਬ ਚ ਆਏ ਫਿਰ ਨਹੀਂ ਤੁਸੀਂ ਲੀਗਲ ਹੁਕਮ ਪ੍ਰਸ਼ਾਸਨ ਹੁਣ ਡੀ ਸੀ ਨੇ ਸ਼ਕਤ ਵਰਤ ਪਰਿਆ ਜਿਹੜੇ ਪਹਿਲਾਂ ਬਠਿੰਡੇ ਸੀ ਹੁਣ ਪਟਿਆਲੇ ਆ ਹੂੰ ਉਹਨਾਂ ਨੇ ਭੇਜਿਆ ਸੀ ਇਹ ਲੈਟਰ ਤੇ ਅਗੂ ਹੁਣ ਉਹਨਾਂ ਨੇ ਨਹੀਂ ਭੇਜਿਆ ਹੋਰ ਆ ਪਟਿਆਲੇ ਡੀਸੀ ਨਹੀਂ ਸ਼ਕਤਪੁਰ ਪਰੇ ਹੀ ਆ ਨਹੀਂ ਨਹੀਂ ਦੇਖੋ ਚੈੱਕ ਕਰੋ ਮੈਨੂੰ ਲੱਗਦਾ ਹੋਰ ਆ ਮੁੰਡਾ ਨਹੀਂ ਮੈਂ ਤੁਹਾਨੂੰ ਕਰਦਣਾ ਹੁਣੀ ਪਰ ਸ਼ਕਤਪੁਰ ਪਰੇ ਹੀ ਆ ਜੇ ਉਹ ਆ ਤਾਂ ਉਹ ਤਾਂ ਇੱਕ ਨੰਬਰ ਆ ਸਾਰੇ ਡੀਸੀਆਂ ਜੋ ਪੰਜਾਬ ਦੇ ਜਿਹੜੇ ਨੇ ਜੇ ਨਾ ਜੇ ਉਹ ਡੀਸੀ ਆਪਣੇ ਅੱਗੇ ਬਠਿੰਡੇ ਰਿਹਾਗਾ ਉਹ ਤਾਂ ਬੰਦਾ ਹਾਂ ਜੀ ਐਸ ਵੀ ਨਹੀਂ ਚੇਂਜ ਹੋਏ ਨੇ ਹਾਂ ਉਹਨੇ ਅੱਗੇ ਮੰਤਰੀ ਨੂੰ ਵੀ ਮੈਨੂੰ ਨਹੀਂ ਉਹ ਨਹੀਂ ਯਾਰ ਸ਼ਾਇਦ ਪਟਿਆਲੇ ਉਹੀ ਨੇ ਆ ਉਹਨੇ ਐਮਐਲਏ ਹਾਂ ਉਹਨਾਂ ਰਾਹ ਪੈਣੇ ਤੇ ਜੇ ਉਹ ਡੀਸੀ ਹੋਇਆ ਪਟਿਆਲੇ ਉਹਨੇ ਹੋਰ ਵੀ ਕੋਈ ਸੱਪ ਕੱਢ ਦੇਣਾ ਦੇਖੀ ਜਾਈਂ ਤੂੰ ਗੱਲ ਇਹ ਜੀ ਕਾਨੂੰਨ ਦੀ ਕੱਢ ਕੇ ਲੈ ਕੇ ਆਉ ਉਹ ਜਿਹੜਾ ਜਵਾਬ ਨਹੀਂ ਦਿੱਤਾ ਜਾਣਾ ਅੱਗੇ ਵੀ ਉਹਨੇ ਹਾਂ ਡੀਸੀ ਸ਼ੌਕ ਤੇ ਹਮਤ ਪਰਈ ਆ ਪਟਿਆਲ ਬਸ ਫਿਰ ਹੂੰ ਤੇ ਸੈਨੋ ਤਾਂ ਠੀਕ ਹਨ ਤਾਂ ਵਧੀਆ ਹੋ ਮਤਲਬ ਉਹ ਇੱਕ ਨੰਬਰ ਬੰਦਾ ਆ ਹੋ ਹਾਂ ਜਦੋਂ ਉਹ ਬਠਿੰਡੇ ਸੀ ਤੇ ਉਹ ਰੌਲਾ ਪਿਆ ਸੀ ਦੋ ਤਿੰਨ ਇੱਕ ਤਾਂ ਐਮਐਲਏ ਲਾ ਹੂੰ ਜਿਹੜੇ ਸਤਕਾਰ ਭਾਲਦੇ ਸੀ ਜਿਹੜਾ ਕਹਿੰਦਾ ਮੈਨੂੰ ਇਨਵਾਈਟ ਨਹੀਂ ਕਰਿਆ ਹਾਂ ਉਹ ਕਹਿੰਦਾ ਕਰਦੇ ਆ ਇਨਵਾਈਟ ਕੋਈ ਬਿਲਕੁਲ ਬਿਲਕੁਲ ਤੇ ਦੂਸਰੇ ਜਦੋਂ ਸਕੂਲ ਚ ਥੱਲਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਨੀ ਸੀਦਾ ਉਹਦਾ ਬਹੁਤ ਵੱਡਾ ਹੈਗਾ ਹਾਂ ਬਹੁਤ ਜ਼ਿਆਦਾ ਵੱਡਾ ਹੈਗਾ ਆਪਦੇ ਜ਼ਿਲ੍ਹੇ ਨੂੰ ਲੈ ਕੇ ਤਾਂ ਉਹ ਜ਼ਿਲ੍ਹੇ ਦਾ ਡੀਸੀ ਕਾਹਨ ਜ਼ਿਲ੍ਹੇ ਦਾ ਮਾਲਕ ਆ ਬਿਲਕੁਲ ਜੀ ਬਿਲਕੁਲ ਸਾਰੇ ਦਾ ਹਮ ਸਾਰਾ ਕੁਝ ਉਹਦੇ ਅੰਡਰ ਆ ਹਮ ਹਮ ਪਰ ਪੰਜਾਬ ਸਰਕਾਰ ਉ ਤਾਂ ਕੰਗਸਾ ਮੈਂਟੋ ਮੈਂਟੀ ਆ ਜਾਂਦੇ ਹੁੰਦੇ ਆ ਉਹ ਕਿੱਥੇ ਨੇ ਉਹ ਡਰੋਨਾ ਡਰੋਨ ਵਾਲੇ ਮਾਮਲੇ ਚ ਆ ਹੀ ਨਹੀਂ ਰਹੇ ਹਮ ਮੜਾ ਚੈੱਕ ਕਰ ਲਗਣਾ ਹੁਣ ਆਪਾਂ ਵੀ ਆਮ ਆਦਮੀ ਦੀ ਪਾਰਟੀ ਵਾਲੇ ਕੀ ਕਹਿੰਦੇ ਕਿਤੇ ਐ ਖਣ ਸਾਡੇ ਕੋਲ ਤੁਸੀਂ ਗੱਲ ਹੀ ਨਹੀਂ ਕਰਦੇ ਅਸੀਂ ਤਾਂ ਆਈ ਨੇ ਟਵੀਟ ਕਰੀ ਜੰਨੇ ਆ ਹੂੰ ਇਹ ਤਾਂ ਪੰਜਾਬ ਦੇ ਲੋਕਾਂ ਦੀ ਇੰਨੀ ਗੱਲ ਕਰ ਰਹੇ ਆ ਇੱਕ ਨਾ ਕੈਪਟਨ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਪੁਰਾਣੀ ਲੱਗ ਰਹੀ ਆ ਯਾਰ ਮਤਲਬ ਆਪਾਂ ਕਨਫਰਮ ਨਹੀਂ ਕਰਦੇ ਉਹ ਪੁਰਾਣੀ ਹੈ ਕਿ ਨਵੀਂ ਆ ਬਟ ਟਵਿੱਟਰ ਤੇ ਤਾਜੀ ਨਹੀਂ ਉਹਨਾਂ ਦਾ ਉਹਨੇ ਅਕਾਊਂਟ ਤੇ ਤਾਂ ਹੈ ਨਹੀਂ ਹੂੰ ਤੇ ਕਈ ਚੈਨਲਸ ਤੇ ਆਪਾਂ ਦੇਖੀ ਆ ਪਰ ਉਹ ਹੈ ਨਹੀਂ ਹਜੇ ਕਨਫਰਮ ਤੁਸੀਂ ਇਹ ਦੇਖੋ ਜੀ ਮਾਨ ਸਾਹਿਬ ਨੇ ਇੱਕ ਦਿਨ ਪਹਿਲਾਂ ਟਵੀਟ ਕੀਤਾ ਹੋਇਆ ਇਹ ਟਵੀਟ 8:14 ਟਾਂ ਤੇ ਆਇਆ ਸੀ 14 ਦੂ 2024 ਨੂੰ ਹੂੰ ਉਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਕੋਈ ਟਵੀਟ ਹੀ ਨਹੀਂ ਕੀਤਾ ਹੂੰ ਪਰ ਉਹਨਾਂ ਦਾ ਇੱਕ ਬਿਆਨ ਤਾਂ ਪਹਿਲਾਂ ਹੈਗਾ ਸੀ ਭਾਈ ਕਿ ਜੀ ਤੁਸੀਂ ਤੱਕਾ ਨਾ ਕਰੋ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂਜੀ ਇਹ ਤਾਂ ਉਹਨਾਂ ਦਾ ਬਿਆਨ ਆਇਆ ਸੀ ਤੇ ਉਹ ਤਾਂ ਪ੍ਰੀਤ ਵੀ ਕੀਤੀ ਸੀ ਹੂੰ ਕਿ ਜੀ ਇਹ ਤੁਹਾਡਾ ਗੱਲ ਠੀਕ ਆ ਤੁਸੀਂ ਸਹੀ ਕਰ ਰਹੇ ਹੋ ਜੀ ਤੁਸੀਂ ਮੜਾ ਜਿੱਕੇ ਕਰਦੋਂ ਪੰਦੇਸਾ ਹੋਰਾਂ ਨੂੰ ਫੋਨ ਆ ਰਹੇ ਨੇ ਬਾਹਰੋਂ ਬੱਜੀ ਹਾਂ ਉਹ ਤਾਂ ਉਹਨਾਂ ਨੂੰ ਵੱਡੀਆਂ ਅਖਬਾਰਾਂ ਦੇ ਕਿਸਾਨ ਲੀਡਰਾਂ ਨੂੰ ਸਰਬੰਸ ਸਿੰਘ ਬੰਦੇਰ ਨੂੰ ਜਗਜੀਤ ਸਿੰਘ ਡੱਲੇਆਲ ਨੂੰ ਵਾਸ਼ਿੰਗਟਨ ਟਾਈਮਸ ਨੇ ਤੇ ਨਿਊਯਾਰਕ ਟਾਈਮਸ ਨੇ ਉਹਨਾਂ ਨੂੰ ਸੰਪਰਕ ਕੀਤਾਗਾ ਹਾਂ ਉਹਨਾਂ ਦਾ ਇੰਟਰਵਿਊ ਆਰਟੀਕਲ ਵਗੈਰਾ ਆਉਣ ਵਾਲੇ ਦਿਨਾਂ 'ਚ ਆਉਣਗੇ ਇਹੀ ਗੱਲ ਆ ਬਸ ਜਿੱਥੇ ਤੁਹਾਡੀ ਇੰਟਰਨੈਸ਼ਨਲਲੀ ਬਾਤ ਚੱਕੀ ਜਾਂਦੀ ਆ ਜਾਂ ਹੋਰ ਆ ਜਾਂ ਅੱਜ ਸਵੇਰ ਦੀਆਂ ਤਸਵੀਰਾਂ ਆ ਰਹੀਆਂ ਨੇ ਕਿਸਾਨ ਸਫਾਈ ਕਰ ਰਹੇ ਆ ਬਾਰਡਰ ਦੇ ਉੱਤੇ ਹਾਂ ਕੋਈ ਲੰਗਰਾਂ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਚੀਜ਼ਾਂ ਗੀਆਂ ਪਲਾਸਟਿਕ ਵਾਲੀਆਂ ਉੱਥੇ ਖਿਲਰ ਹੌਲਰ ਜਾਂਦੀਆਂ ਗਈਆਂ ਹਾਂ ਡਿਸਪੋਜ਼ਲ ਉੱਥੇ ਖਿਲਰ ਜਾਂਦਾ ਤਾਂ ਦੇਖਦੇ ਆਂ ਜੀ ਕੀ ਬੰਦਦਾ ਪਰ ਥੋੜੀ ਸ਼ਾਂਤੀ ਬਣਾ ਕੇ ਰੱਖੋ ਜਿਵੇਂ ਤੁਹਾਡੇ ਕਿਸਾਨ ਆਗੂ ਕਹਿੰਦੇ ਆ ਉਵੇਂ ਕਰੋ ਹੂੰ ਹੁਲੜ ਬਾਜਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹਿ ਗੁੱਟ ਵੀ ਟਾਮ ਆਦਮੀ ਪਾਰਟੀ ਵਾਲਿਆਂ ਨੇ ਕੁਝ ਉਹ ਤਾਂ ਰਹਿ ਗਿਆ ਮਾਨ ਸਾਹਿਬ ਦੇਖਣ ਲੱਗ ਗਿਆ ਸੀ ਦੇਖ ਉਹਨਾਂ ਟਵੀਟ ਤਾਂ ਉਹਨੇ ਬਹੁਤ ਆਈ ਸੁਦੇ ਮਾਲਵਿੰਦਰ ਕੰਗ ਮਾਲਵਿੰਦਰ ਕੰਗ ਨੇ ਕੁਝ ਕਰਿਆ ਹਾਂ ਸਰਕਾਰ ਦਾ ਪੱਖ ਵੀ ਦੇਣਾ ਜ਼ਰੂਰੀ ਆ ਐਵੇਂ ਬਾਅਦ ਚ ਨਾਰਾਜ਼ ਹੋਣਗੇ ਕਿ ਸਾਡਾ ਸਿੱਧੂ ਵੀ ਕੱਲ ਸ਼ੰਭੂ ਸ਼ੰਭੂ ਬਾਰਡਰ ਪਹੁੰਚਿਆ ਪਾਨੇ ਨੂੰ ਉਦੋਂ ਰਿਹਾਈ ਮਿਲਦੀ ਆ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਬਿਆਨ ਦਿੱਤਾ ਸੀ ਉੱਥੀ ਸੀਗੇ ਤੇ ਇੱਕ ਗੱਲ ਬੜੀ ਵੱਡੀ ਆ ਇੱਥੇ ਹੁਣ ਪੰਜਾਬ ਸਰਕਾਰ ਦੀ ਵੀ ਕਰ ਲਈਏ ਵੀ ਉਹਨੇ ਬਹੁਤ ਵੱਡੇ આરોਪ ਲਾਤੇ ਹਾਂ ਪੰਜਾਬ ਸਰਕਾਰ ਬਹੁਤ ਵੱਡੇ ਸੀਰੀਅਸ આરોਪ ਲਾਤੇ ਉਹਨੂੰ ਨੰਗਾ ਕਰਕੇ ਵੀਡੀਓਜ਼ ਬਣਾਉਣਾ ਕਰਨਾਂ ਜਾਂ ਸ਼ੀਰ ਸ਼ਾਰਕ ਕੀਤੀ ਕੀ ਜੋ ਵੀ ਉਹਨਾਂ ਨੇ ਕਿਹਾ ਵੀ ਲੰਬਾ ਪਾਇਆ ਗਿਆ ਉਹਨਾਂ ਨੂੰ ਨੰਗਾ ਕਰਕੇ ਲੁਧਿਆਣੇ ਇਹ ਹੋਇਆਗਾ ਤੇ ਕਿਹੜੇ ਅਫਸਰ ਸੀ ਕਿਹੜੇ ਕਿਵੇਂ ਸੀ ਤੇ ਉਹਨਾਂ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਵੀ ਭਗਵੰਤ ਮਾਨ ਨੂੰ ਭਗਤ ਸਿੰਘ ਵਾਲੀ ਪੱਗ ਲਾ ਦੇਣੀ ਚਾਹੀਦੀ ਆ ਵੀ ਇਹ ਇਹ ਚੀਜ਼ ਆ ਹਾਂ ਬਹੁਤ ਵੱਡਾ ਸਟੇਟਮੈਂਟ ਆ ਤੇ ਫਿਰ ਮੈਡੀਕਲ ਦੇ ਵਿੱਚ ਜਦੋਂ ਉਹਨਾਂ ਦਾ ਮੈਡੀਕਲ ਹੁੰਦਾ ਉਹ ਚ ਟਾਈਫਾਈਡ ਆਉਂਦਾਗਾ ਹੂੰ ਇਹ ਮਤਲਬ ਬਹੁਤ ਵੱਡੀ ਗੱਲ ਆ ਉਹਨਾਂ ਨੇ ਇਹ ਵੀ ਕਿਹਾ ਨਾ ਕਿ ਤੁਸੀਂ ਇਹ ਦੇਖੋ ਕਿ ਮੈਂ ਉੱਥੇ ਗਿਆ ਜੇਕਰ ਮੇਰੇ ਨਾਲ ਇਹ ਹੋ ਰਿਹਾ ਹੂੰ ਮਤਲਬ ਮੈਨੂੰ ਇਹ ਕਿਹਾ ਗਿਆ ਕਿ ਤੂੰ ਮਾਫੀ ਮੰਗ ਹੂੰ ਨੰਬਰ ਇੱਕ ਤਾਂ ਮਾਫੀ ਮੰਗ ਤੇ ਇੱਕ ਇਹ ਉਹ ਸਾਡਾ ਵਾਅਦਾ ਕਰ ਕਿ ਤੂੰ ਇਸ ਤੋਂ ਬਾਅਦ ਕਦੇ ਵੀ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲੇਗਾ ਹੂੰ ਤੇ ਫਿਰ ਜਦੋਂ ਭਾਨਾ ਸਿੱਧੂ ਨੂੰ ਲਿਆਂਦਾ ਗਿਆ ਹੂੰ ਉੱਥੋਂ ਜੇਲ੍ਹ ਚੋਂ ਹੂੰ ਪਿੰਡ ਤੱਕ ਹੂੰ ਤੇ ਪੋਰਸ ਵੀ ਨਾਲ ਸੀ ਸੀਆਈਡੀ ਦੀਆਂ ਗੱਡੀਆਂ ਹਾਂ 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 ਸੀਆਈਡੀ ਦੀਆਂ ਗੱਡੀਆਂ ਬਤੌਰ ਨਾਲ ਸੀ ਜ਼ਿਲ੍ਹੇ ਵਾਈਜ਼ ਉਹ ਚੇਂਜ ਹੁੰਦੀਆਂ ਰਹਿਣਾ ਹੂੰ ਮਲੇਰ ਕੋਟਲੇ ਤੋਂ ਬਾਅਦ ਇਹ ਚੱਲਿਆ ਸੰਗਰੂਰ ਫਿਰ ਬਰਨਾਲਾ ਆਇਆ ਉਹ ਚੇਂਜ ਹੋਣਾ ਗੱਡੀਆਂ ਤੇ ਨਾਲ ਸੀਗੀਆਂ ਟੀਮਾਂ ਹੂੰ ਸਿਵਲ ਦੇ ਵਿੱਚ ਨਾਲ ਸੀ ਮਤਲਬ ਪਤਾ ਨਹੀਂ ਦੇਖੋ ਕੀ ਆ ਕੀ ਹਾਂ ਹਾਂ ਮਤਲਬ ਕੀ ਹੁਣ ਉਸ ਪਾਸਿਓਂ ਵੀ ਹਮਦਰਦ ਜੀਆਂ ਲੋਕਾਂ ਨੂੰ ਕਿਉਂਕਿ ਉਦੋਂ ਇਹ ਚਰਚਾ ਸੀ ਜੇ ਭਾਨਾ ਨਾ ਬਾਹਰ ਆਇਆ ਤਾਂ ਕੁਝ ਲੋਕ ਵੰਡੇ ਜਾਣਗੇ ਹੂੰ ਤਾਂ ਪਰ ਨਹੀਂ ਚਲੋ ਹੱਲ ਹੋ ਗਏ ਤੇ ਲੋਕ ਵੱਧ ਰਹੇ ਅੱਗੇ ਤਾਂ ਮੁੱਦਾ ਐਮਐਸਪੀ ਦਾ ਬਹੁਤ ਵੱਡਾ ਜੀ ਤਾਂ ਹੁਣ ਦੇਖਦੇ ਆ ਵੀ ਕੀ ਬੰਦਦਾ ਤੇ ਆਪਾਂ ਹੁਣ ਮਿਲਾਂਗੇ ਮੰਗਲਵਾਰ ਹੂੰ ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਪਹੁੰਚ ਕੇ ਪੋਡਕਾਸਟ ਲਈ ਹਾਂ ਕੋਸ਼ਿਸ਼ ਕਰਾਂਗੇ ਹਾਂ ਕਿਉਂਕਿ ਅੱਜ ਵੀ ਅਸੀਂ ਸਪੈਸ਼ਲ ਪੋਡਕਾਸਟ ਲਈ ਪਹੁੰਚੇ ਹਾਂ ਦੂੰਗੀ ਅੱਜ ਥੋੜਾ ਜਿਹਾ ਮੀਟਿੰਗ ਵਾਲਾ ਸੀ ਸਾਨੂੰ ਪਤਾ ਹੀ ਮਾਹੌਲ ਥੋੜਾ ਜਿਹਾ ਉਮਰ ਰੂ ਤਾਂ ਨਹੀਂ ਹੋ ਸਕਦਾ ਕੱਲ ਆਪਾਂ ਅਪਡੇਟ ਦੇਤੀ ਸੀ ਵੀ ਹੋ ਸਕਦਾ ਆਪਾਂ ਨਾ ਪਹੁੰਚ ਜਾਵੇ ਨਾ ਨਾ ਪਾਉਂਦੇ ਮਤਲਬ ਉਹ ਬਿਲਕੁਲ ਕਿ ਮੀਟਿੰਗ ਦਾ ਪਤਾ ਹੀ ਸ਼ਾਮ ਨੂੰ ਲੱਗਿਆ ਹਾਂ ਸ਼ਨੀਵਾਰ ਵਾਲਾ ਦੇਖਾਂਗੇ ਬਾਈ ਪੌਡਕਾਸਟ ਕਿਵੇਂ ਆ ਸ਼ਾਇਦ ਇੱਕ ਸ਼ਾਇਦ ਪੌਡਕਾਸਟ ਆ ਵੀ ਜਾਵੇ ਮੈਨੂੰ ਪੱਕਾ ਨਹੀਂ ਪਤਾ ਵੀ ਹੋਏ ਆ ਕਿਵੇਂ ਆ ਸਿਸਟਮ ਤੇ ਨਹੀਂ ਫਿਰ ਆਪਾਂ ਮੰਗਲਵਾਰ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਕਿਵੇਂ ਕੀ ਚੱਲਦਾ ਸੀ ਕੋਸ਼ਿਸ਼ ਕਰਾਂਗੇ ਕਿ ਉਹ ਤਾਂ ਕਿੱਥੇ ਹੁੰਨੇ ਆ ਹਾਂ ਕਿ ਖਨੌਰੀ ਬੈਠੇ ਰਵਾਂਗੇ ਕਿ ਕਿਸਾਨਾਂ ਕੀ ਵਧਣਗੇ ਇਹ ਜੇ ਪਹਿਲਾਂ ਵੀ ਹੋ ਸਕਿਆ ਜੀ ਸੋਮਵਾਰ ਨੂੰ ਕਿਵੇਂ ਹਾਂ ਕੀ ਪਤਾ ਜੀ ਅਡਜਸਟ ਕਰਕੇ ਹਾਂ ਦੇਖ ਲਾ ਜਿਵੇਂ ਹੋਇਆ ਕੋਸ਼ਿਸ਼ ਸ਼ੁਰੂ ਕਰਾਂਗੇ ਜੀ ਧੰਨਵਾਦ ਜੀ ਤੇ ਆਪਣਾ ਸਾਰੇ ਖਿਆਲ ਰੱਖਿਓ ਤੇ ਬਚੋ ਹਾਂ ਤੇ ਤੁਸੀਂ ਵੱਧ ਤੋਂ ਵੱਧ ਜਿਹੜੀ ਸਹਾਇਤਾ ਕੀ ਖਾਸ ਕਰਕੇ ਮੈਡੀਕਲ ਦੇ ਰੂਪ ਦੇ ਵਿੱਚ ਜਾਂ ਹੋਰ ਜਿਹੜੀ ਵੀ ਉੱਥੋਂ ਅਨਾਉਂਸਮੈਂਟਸ ਹੁੰਦੀਆਂ ਆਗੀਆਂ ਸ਼ੰਭੂ ਬੈਰੀਅਰ ਦੇ ਉੱਤੇ ਵੀ ਤੇ ਖਨੌਰੀ ਵੀ ਜਿੱਥੇ ਕਿਸਾਨ ਵੱਡੀ ਗੰਤੀ ਦੇ ਵਿੱਚ ਬੈਠੇ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਸਮਝ ਰਿਹਾ ਕਿ ਹੈ ਪ੍ਰੋਟੈਸਟ ਜਾਰੀ ਰੱਖਣਾਗਾ ਜਿਹੇ ਦਾ ਮੁਰੰਗਲ ਦੇ ਸੇ ਬੰਦੀਆਂ ਦਾ ਜਾਂ ਹੋਰ ਹੈਗਾਗਾ ਤੇ ਖਾਸ ਕਰਕੇ ਇਹ ਵੀ ਲੋੜ ਆ ਪੱਤਰਕਾਰ ਭਾਈਚਾਰੇ ਨੂੰ ਵੀ ਆਮ ਜਿਹੜੇ ਸੋਸ਼ਲ ਐਕਟਿਵਿਸਟ ਨੇ ਜਾਂ ਚਾਹੇ ਉਹ ਬਲੌਗਰ ਨੇ ਕੋਈ ਵੀ ਨੇ ਯਾਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਨੇ ਵੀ ਸੀਰੀਅਸ ਐਤ ਕੀ ਗੱਲ ਦੀ ਲੋੜ ਆ ਸੀਰੀਅਸ ਕਿ ਇਹ ਨਾ ਹੋਵੇ ਵੀ ਅਸੀਂ ਇੱਕ ਮਜ਼ਾਕ ਦਾ ਪਾਤਰ ਜਾਂ ਉਵੇਂ ਹੀ ਅਸੀਂ ਚੀਜ਼ਾਂ ਦਾ ਕਰੀਏ ਸਟੋਰੀ ਕੰਟੈਂਟ ਹੀ ਰਹਿ ਜਗੇਗਾ ਹਾਂ ਵੀ ਚੜ੍ਹਦੀ ਕਲਾ ਆਪਾਂ ਸੀਰੀਅਸ ਪੱਖ ਤੋਂ ਕਰਨੀ ਆ ਵੀ ਉਹ ਪਤਾ ਲੱਗੇ ਵੀ ਹਾਂ ਕੀ ਹੋ ਰਿਹਾ ਪਹਿਲਾਂ ਸਾਡੇ ਚ ਕੀ ਉੰਤਾਨਾਂ ਰਹਿ ਗਈਆਂ ਤੇ ਹੁਣ ਅਸੀਂ ਕਿਹੜੀਆਂ ਮੰਗਾਂ ਨੂੰ ਲੈ ਕੇ ਜਾਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ ਕੌਣ ਸੁਖਵੰਤ ਜੀ ਠੀਕ ਹੈ ਜੀ ਠੀਕ ਹੈ ਜੀ ਚੜ੍ਹਦੀ ਕਲਾ ਚੋਂ ਚੜ੍ਹਦੀ ਕਲਾ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਮਿਲਾਂਗੇ ਅਗਲੇ ਹਫ਼ਤੇ ਮਿਲਦੇ ਆ ਕਿਸੇ ਦਿਨ ਤੇ ਤੁਸੀਂ ਆਪਣਾ ਸਮਾਂ ਦਿੱਤਾ ਹੀ ਧੰਨਵਾਦ ਧੰਨਵਾਦ